ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਬਰਜ ਮਹਾ ਤੁਹਾਡੀ ਹੋਸਟ ਅਨਿਰਮਕੋਟ ਮਾ ਟੀਵੀਏਜੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਕੱਲ ਸਾਨੂੰ ਫੇਰ ਸੰਦਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਉਣ ਨਾਲ ਗੱਲਬਾਤ ਕਰਕੇ ਆਏ ਦੇ ਐਮਚੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤੱਥਸਰਾਂ ਚਾਹੁੰਦੇ ਆ ਜੀ ਰਾਤ ਸਾਹਿਬ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 20 ਅਕਤੂਬਰ 2020 6 ਕਤਕ ਨਾਨਕਸ਼ਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰੇਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾਸੀ ਵਿਅਰਜ਼ਾ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਬਲਫਾਈਕਨ ਇਨ ਕੈਨੇਡਾ ਰੋਕੋ ਚਾਦੂ ਬਾਕਸ ਅੱਛਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਅਨ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਈਅਰਜ਼ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵਾਤ ਤੋਂ ਵਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੌਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਸਿੱਖ ਕੌਮ ਦੇ ਲਈ ਸਾਡੇ ਸਾਰਿਆਂ ਦੇ ਲਈ ਅੱਜ ਦਾ ਜੋ ਦਿਨ ਹੈ ਉਹ ਬਹੁਤ ਹੀ ਮੁਬਾਰਕ ਭਰਿਆ ਦਿਨ ਹੈ ਸੋ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 312ਵਾਂ ਗੁਰਗੱਦੀ ਦਿਵਸ ਹੈ ਔਰ ਅੱਜ ਦੇ ਦਿਨ ਹੀ ਯਾਨੀ ਕਿ 20 ਅਕਤੂਬਰ 1708 ਨੂੰ 10ਵੇਂ ਪਾਤਸ਼ਾਹ ਸਰਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਤੀ ਬਖਸ਼ ਕੇ ਫਰਮਾਇਆ ਸੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਇਸ ਮੁਬਾਰਕ ਦਿਨ ਤੇ ਅਸੀਂ ਆਪਣੀ ਸਭ ਸਿੱਖ ਕੌਮ ਨੂੰ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਸੋ ਇਸ ਨਾਲ ਜੋ ਰਿਲੇਟਡ ਵਿਚਾਰਾ ਹੋਣ ਗਿਆ ਆਪਾਂ ਚੌਥੇ ਸਗਮਨ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਅਹਿਮ issue ਬਾਰੇ ਕਿ ਪੰਜਾਬ ਐਸੈਂਬਲੀ ਸਰਬਸੰਮਤੀ ਨਾਲ ਜਿਹੜੇ ਪਾਸ ਕੀਤੇ ਗਏ ਖੇਤੀਬਾੜੀ ਬਿੱਲ ਨੇ ਉਹਨਾਂ ਸੰਬੰਧੀ ਆਪਾਂ ਵਿਚਾਰ-ਚਰਚਾ ਕਰਨ ਜਾ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਪੰਜਾਬ ਐਸੈਂਬਲੀ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਕਿਸਾਨ ਮੋਰਚੇ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਉੱਥੇ ਇਸ ਨਾਲ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਤੇ ਸਵਾਲ ਨੇ ਉਹ ਪੈਦਾ ਹੋ ਰਹੇ ਨੇ ਔਰ ਕਿਸਾਨਾਂ ਦਾ ਅਸਲ ਜਿਹੜਾ ਸਟਾਪ ਐ ਉਹ ਕੀ ਹੋਣਾ ਚਾਹੀਦਾ ਹੈ ਅਤੇ ਦਿੱਲੀ ਦਰਬਾਰ ਵਿੱਚ ਜਿਹੜਾ ਦਿੱਲੀ ਦਰਬਾਰ ਹੈ ਕਿਸ ਮਾਰਤੇ ਜੋ ਹੈ ਉਹ ਬੈਠਾ ਹੋਇਆ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਰਾਟਾ ਸਾਹਿਬ ਕੀ ਵਿਚਾਰ ਹਨ ਦੇਖੋ ਅਕਸਰ ਸਿੱਖ ਕੌਮ ਬਾਰੇ ਬੀਤੇ ਇਤਿਹਾਸ ਦੀ ਰੌਸ਼ਨੀ ਵਿੱਚ ਇਹ ਟਿੱਪਣੀ ਜਾਂ ਇਹ ਕਮੈਂਟ ਕੀਤਾ ਜਾਂਦਾ ਹੈ कि ਅਸੀਂ ਜੰਗ ਦੇ ਮੈਦਾਨ ਵਿੱਚ ਜਿੱਤਦੇ ਹਾਂ ਪਰ ਗੱਲਬਾਤ ਦੀ ਮੇਜ਼ ਦੇ ਉੱਤੇ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਹਾਰਦੇ ਬਿਲਕੁਲ ਔਰ ਬਹੁਤ ਸਾਰਾ 18ਵੀਂ ਸਦੀ ਤੋਂ ਲੈ ਕੇ 1947 ਤੱਕ ਦਾ ਪੀਰੀਅਡ ਜੇ ਅਸੀਂ ਦੇਖੀਏ ਤੇ 1947 ਦਾ ਦੌਰ ਆਪਣੇ ਆਪ ਚੀ ਇਹ ਗੱਲ ਦੱਸਦਾ ਹੈ ਕਿ ਕਿਵੇਂ ਇੱਕ ਓਪਰਚੁਨਿਟੀ ਇੱਕ ਮੌਕਾ ਕਿੰਨੇ ਪੋਜ਼ਿਟਿਵ ਫੈਕਟਰ ਜਿਹੜੇ ਕਿ ਸਿੱਖਾਂ ਨੂੰ ਸਿੱਖ ਲੀਡਰਸ਼ਿਪ ਨੂੰ ਆਪਣਾ ਮੁਲਕ ਲੈਣ ਦੇ ਲਈ ਆਧਾਰ ਬਣਾਉਂਦੇ ਸਨ ਆਧਾਰ ਦਿੰਦੇ ਸਨ ਜੀ ਉਹਨਾਂ ਨੇ ਉਸ ਸਭ ਨੂੰ ਇਗਨੋਰ ਕਰਕੇ ਕਿਵੇਂ ਅੱਖਾਂ ਬੰਦ ਕਰਕੇ ਕਾਂਗਰਸ ਵੱਲ ਜਾ ਕੇ ਐਸੀ ਛਲਾਂਗ ਲਾਈ ਕਿ ਉਹਨਾਂ ਨੇ 15 ਅਗਸਤ 1947 ਨੂੰ ਇੱਕ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲ ਕੇ ਸਿੱਖ ਕੌਮ ਲਈ ਦੂਸਰੀ ਗੁਲਾਮੀ ਦੇ ਦਰਵਾਜ਼ੇ ਖੋਲ ਦਿੱਤੇ ਜੀ ਔਰ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਨ ਨਾਲ ਇਸ ਗੁਲਾਮੀ ਦਾ ਸਾਡਾ ਦੌਰ ਸ਼ੁਰੂ ਹੋਇਆ ਹੈ ਔਰ 26 ਜਨਵਰੀ 1950 ਨੂੰ ਲਾਗੂ ਕੀਤੇ ਗਏ ਭਾਰਤੀ ਸੰਵਿਧਾਨ ਵਿੱਚ ਭਾਰਤੀ ਕਨਸਟੀਟਿਊਸ਼ਨ ਵਿੱਚ ਸਿੱਖਾਂ ਨੂੰ Hindu ਬਣਾ ਦਿੱਤਾ ਗਿਆ ਆਰਟੀਕਲ 25B ਦੇ ਥੱਲੇ ਔਰ ਇਸ ਦੇ ਨਾਲ ਫਿਰ ਗੁਰੂ ਗ੍ਰੰਥ ਔਰ ਗੁਰੂ ਪੰਥ ਬਿਲਕੁਲ ਦੋਨਾਂ ਦੇ ਉੱਤੇ ਭਾਰਤੀ ਸਟੇਟ ਉਹਨਾਂ ਦੀਆਂ ਏਜੰਸੀਆਂ ਉਹਨਾਂ ਵੱਲੋਂ ਖੜੇ ਕੀਤੇ ਗਏ ਕਿਸ ਕਿਸਮ ਦੇ ਜਿਹੜੇ ਡੰਮੀ ਸਿੱਖ ਉਹਨਾਂ ਰਾਈ ਕਿਵੇਂ ਚੈਲੰਜਸ ਹੋਏ ਇਹ ਅਕਸਰ ਸਾਡੀ ਆਲਮੋਸਟ ਹਰ ਰੋਜ਼ ਗੱਲਬਾਤ ਦਾ ਹੀ ਹਿੱਸਾ ਹੁੰਦਾ ਹੈ ਕਿਸੇ ਨਾ ਕਿਸੇ ਖਬਰ ਦੇ ਹਵਾਲੇ ਨਾਲ ਔਰ ਅੱਜ ਜਿਵੇਂ ਤੁਸੀਂ ਮੁਬਾਰਕਬਾਦ ਦਿੱਤੀ ਹੈ ਜੀ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਹੈ ਬਿਲਕੁਲ ਔਰ ਅੱਜ ਦੇ ਦਿਨ 20 ਅਕਤੂਬਰ 1708 ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਨੰਦਰ ਮਹਾਰਾਸ਼ਟਰ ਤਖਤ ਸਾਹਿਬ ਸਾਡਾ ਸੁਭਾਏਮਾਨ ਹੈ ਉੱਥੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਚੁਕਾ ਕੇ ਆਪਣੀ ਉਮਤ ਨੂੰ ਆਪਣੀ ਕੌਮ ਨੂੰ ਹਰ ਗੁਰੂ ਨਾਨਕ ਨਾਮ ਲੈਵਾਨ ਨੂੰ ਇਹ ਆਦੇਸ਼ ਦਿੱਤਾ ਇਹ ਫਰਮਾਇਆ ਹੈ ਹੁਕਮ ਦਿੱਤਾ ਹੈ ਜੀ ਕਿ ਅੱਜ ਤੋਂ ਬਾਅਦ ਹੁਣ ਕੋਈ ਵੀ ਫਿਜ਼ੀਕਲ ਫਾਰਮ ਦੇ ਵਿੱਚ ਗੁਰੂ ਨਹੀਂ ਹੋਏਗਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਜਿਸ ਦੇ ਵਿੱਚ ਸਿਰਫ ਤੇ ਸਿਰਫ ਰੱਬ ਦੀ ਸਿਫਤ ਸਲਾ ਹੈ ਅਕਾਲ ਪੁਰਖ ਦਾ ਗੁਣ ਗਾਇਨ ਹੈ ਔਰ 6 ਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ ਭਗਤਾਂ ਦੀ ਪੱਟਾਂ ਦੀ ਜਿਨਾਜ ਬਾਬਾ ਫਰੀਦ ਗਨ ਸ਼ਕਰ ਨੇ ਪਾਈ ਪੀਖਨ ਨੇ ਔਰ ਇਸ ਤੇ ਨਾਲ-ਨਾਲ ਅਸੀਂ ਦੇਖਦੇ ਆਂ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਸ਼ੂਦਰ ਐਲਾਨਿਆ ਹੋਇਆ ਸੀ ਉਹਨਾਂ ਦੀ ਬਾਣੀ ਹੈ ਔਰ ਇਹ ਸਾਡੇ ਲਈ ਗੁਰੂ ਗ੍ਰੰਥ ਗੁਰੂ ਪੰਥ ਇਹ ਦੋ ਪਿੱਲਰ ਨੇ ਜਿਸ ਦੇ ਉੱਤੇ ਸਿੱਖੀ ਦੀ ਸਿੱਖੀ ਦੇ ਜਿਹੜੇ ਪਿੱਲਰ ਨੇ ਸਿੱਖੀ ਖਲੋਤੀ ਆ ਜੇ ਕਹਿਣਾ ਹੋਵੇ ਸਧਾਰਨ ਜ਼ੁਬਾਨ ਦੇ ਵਿੱਚ ਸੋ ਇਸ ਸਬਜੈਕਟ ਦੇ ਉੱਤੇ ਅਸੀਂ ਅਖੀਰਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਬਿਲਕੁਲ ਔਰ ਇਹ ਸਮੁੱਚਾ ਪ੍ਰੋਗਰਾਮ ਜਿਹੜਾ ਅੱਜ ਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਤਾ ਦਿਵਸ ਨੂੰ ਸਮਰਪਿਤ ਕਰਦੇ ਹਾਂ ਜ਼ਾਰ ਹੈ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਕਿ ਪਾਈ ਅਸੀਂ ਜੰਗ ਜਿੱਤਦੇ ਆਂ ਔਰ ਨੈਗੋਸ਼ੀਏਸ਼ਨ ਟੇਬਲ ਤੇ ਹਾਰਦੇ ਆਂ ਇਸ ਵੇਲੇ ਹੁਣ ਇੱਕ ਪਰਖ ਦਾ ਸਮਾਂ ਸਾਡੇ ਸਾਹਮਣੇ ਜੀ ਕਿਸਾਨ ਮੂਵਮੈਂਟ ਅੰਦੋਲਨ ਸਟਰਗਲ ਜਿਸ ਲਈ ਅਸੀਂ ਆਲਮੋਸਟ ਰੋਜ਼ਾਨਾ ਜਿਹੜਾ ਇੱਕ ਸੈਗਮੈਂਟ ਨੂੰ ਸਮਰਪਿਤ ਕਰਦੇ ਆਂ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਵੇਂ ਪੰਜਾਬ ਦਾ ਕਿਸਾਨ ਹੀ ਨਹੀਂ ਪੰਜਾਬ ਦੇ ਸ਼ਹਿਰੀ ਕਿਵੇਂ ਉਹ ਸਾਡੀਆਂ ਮਾਤਾਵਾਂ ਪੈਣਾ ਹੋਣ ਬੱਚੇ ਬੱਚੀਆਂ ਹੋਣ ਬਜ਼ੁਰਗ ਹੋਣ ਸ਼ੰਭੂ ਬਾਰਡਰ ਤੋਂ ਲੈ ਕੇ ਕਿਉਂਕਿ ਸ਼ੰਭੂ ਉਹ ਮਕਾਮ ਹੈ ਜਿੱਥੇ ਹਰਿਆਣਾ ਸਟੇਟ ਦੇ ਨਾਲ ਸਾਡੀ ਹੱਦ ਲੱਗਦੀ ਹੈ ਔਰ ਉੱਥੋਂ ਦਾ ਉਹਨਾਂ ਨੂੰ ਕ੍ਰੋਸ ਨਹੀਂ ਕਰਨ ਦਿੱਤਾ ਗਿਆ ਫਾਰਮਰਸ ਨੂੰ ਦਿੱਲੀ ਵੀ ਜਾਣਾ ਚਾਹੁੰਦੇ ਸੀ ਪਰ ਉੱਥੇ ਹਰਿਆਣਾ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਔਰ ਉੱਥੇ ਇੱਕ ਵੱਡਾ ਮੋਰਚੇ ਦਾ ਮਕਾਮ ਹੈ ਪਰ ਪੰਜਾਬ ਦਾ ਲਗਭਗ 50300 ਸਕਰ ਕਿਲੋਮੀਟਰ ਏਰੀਆ ਲਗਭਗ ਸਾਰੇ ਹੀ ਮੋਰਚੇ ਦਾ ਹੀ ਵੈਨਿਊ ਹੈ ਕਿਉਂਕਿ ਉਹ ਰੇਲਦਾਂ ਦੀਆਂ ਪਟੜੀਆਂ ਹੋਣ ਵੱਡੇ ਵੱਡੇ ਅੰਬਾਨੀਆਂ ਅਡਾਨੀਆਂ ਦੇ ਸਟੋਰ ਹੋਣ ਪੈਟਰੋਲ ਪੰਪ ਹੋਣ ਔਰ ਈਵਨ ਭਾਜਪੀ ਦੇ ਜਿਹੜੇ ਹਿੰਦੂਤਵੀ ਲੀਡਰ ਐਮ ਐਲ ਏ ਐਮ ਪੀ ਸਾਬਕਾ ਹੁੰਦੇ ਉਹਨਾਂ ਦਾ ਐਡਮਿਨਿਸਟ੍ਰੇਟਿਵ ਢਾਂਚਾ ਉਹਨਾਂ ਦੇ ਘਰ ਹੋਣ ਦਫ਼ਤਰ ਹੋਣ ਹਰ ਥਾਂ ਤੇ ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਕਿਸਾਨ ਧਰਨਿਆਂ ਤੇ ਬੈਠੇ ਨੇ ਔਰ ਟ੍ਰੇਨਾਂ ਵੀ ਰੋਕੀਆਂ ਹੋਈਆਂ ਔਰ ਬਿਲਕੁਲ ਕੜਫ ਕੀਤਾ ਹੈ ਬਾਕੀਆਂ ਨਾਲੋਂ ਔਰ ਇਹ ਇੱਕ ਇਨੀ ਸਕਸੈਸ ਦਾ ਪ੍ਰਤੀਕ ਬਣਿਆ ਔਰ ਖਾਸ ਤੌਰ ਤੇ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਕਿ ਬਹੁਤ ਸਾਰੇ ਕਲਾਕਾਰ ਵੀ ਐਕਟਿਵਿਸਟ ਵੀ ਪੰਥਕ ਘਰਾਂ ਵੀ ਸਾਰਿਆਂ ਨੇ ਜਿਹੜਾ ਆਪਣੀ ਹਾਜ਼ਰੀ ਵੀ ਲਵਾਈ ਔਰ ਤੁਹਾਨੂੰ ਬਹੁਤ ਸਾਰੀਆਂ ਮੋਟੀਵੇਸ਼ਨਲ ਸਪੀਚਸ ਉਹਨਾਂ ਛੋਟੇ-ਛੋਟੇ ਬੱਚਿਆਂ ਦੀਆਂ ਵੀ ਹੋਰ ਬੀਬੀਆਂ ਦੀਆਂ ਵੀ ਉਹ ਇਵੇਂ ਲੱਗਦਾ ਹੈ ਜਿਹੜਾ ਪ੍ਰਭਾਵ ਚਾਰ ਚਫੇਰੇ ਹੈ ਕਿ ਇਸ ਵੇਲੇ ਸਾਰਾ ਪੰਜਾਬ ਸੋਲੀਡੈਰਿਟੀ ਦੀ ਸੋਲੀਡੈਰਿਟੀ ਦੇ ਨਾਲ ਯਕਜ਼ਤੀ ਦੇ ਨਾਲ ਆਪਣੇ ਹੱਕਾਂ ਦੇ ਲਈ ਖਲੋ ਗਿਆ ਗੱਲ ਹੁਣ ਸਿਰਫ ਕਿਸਾਨਾਂ ਜਾਂ ਮਿਨੀਮਮ ਸਪੋਰਟ ਪ੍ਰਾਈਸ ਜਾਂ ਤਿੰਨ ਖੇਤੀਬਾੜੀ ਨਾਲ ਸੰਬੰਧ ਜਿਹੜੇ ਉਹਨਾਂ ਨੇ ਨਾਦਰ ਸ਼ਾਹੀ ਫਰਮਾਨ ਦੇ ਆਂਦੇ ਨੇ ਔਰ ਤੱਕੇਣਾਡ ਨੂੰ ਪਾਰਲੀਮੈਂਟ ਔਰ ਰਾਜਸਭਾ ਚੋਂ ਵੀ ਪਾਸ ਕਰਵਾਇਆ ਗੱਲ ਉਥੋਂ ਤੱਕ ਮਹਿਦੂਦ ਨਹੀਂ ਹੈ ਗੱਲ ਉਸ ਤੋਂ ਅੱਗੇ ਜਾ ਕੇ ਕਿਉਂਕਿ ਜਦੋਂ ਕੋਈ ਤੁਹਾਨੂੰ ਤਾਜ਼ਾ ਸੱਟ ਲੱਗਦੀ ਹੈ ਤੇ ਫਿਰ ਤੁਹਾਨੂੰ ਜਿਹੜੀਆਂ ਸੱਟਾਂ ਕਈ ਬਰੇ ਪਹਿਲਾਂ ਲੱਗੀਆਂ ਹੁੰਦੀਆਂ ਉਹ ਭੁੱਲੀਆਂ ਹੁੰਦੀਆਂ ਤੇ ਜਿਹਨੇ ਤਾਜ਼ਾ ਸੱਟ ਲਾਈ ਹੁੰਦੀ ਹੈ ਉਹਦੀਆਂ ਲਾਈਆਂ ਪੁਰਾਣੀਆਂ ਸੱਟਾਂ ਵੀ ਤੁਹਾਨੂੰ ਯਾਦ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ ਬਿਲਕੁਲ ਔਰ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਜਿਹੜਾ ਉੱਥੇ ਨੈਰੇਟਿਵ ਹੈ ਉਹ ਇਹੀ ਹੈ ਜਿਸ ਟੰਗ ਦੇ ਨਾਲ ਕੇਸ ਨੂੰ ਡਿਸਕਸ ਕੀਤਾ ਜਾਂਦਾ ਹੈ ਕਿ 72 ਸਾਲਾਂ ਦੇ ਵਿੱਚ ਸਾਡੇ ਨਾਲ ਕੀ ਕੀ ਨਹੀਂ ਹੋਇਆ ਜੀ ਔਰ ਕਿਵੇਂ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਅ ਕਿਰਸਾਣੀ ਨੂੰ ਕਿਵੇਂ ਐਕਸਪਲੋਇਟ ਕੀਤਾ ਗਿਆ ਔਰ ਇਹ ਵੀ ਉਹਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਕਿ ਕਦੇ ਇਸੇ ਧਰਤੀ ਦੇ ਪੁੱਤਰ ਨੇ ਜਿਨ੍ਹਾਂ ਨੂੰ ਤੁਸੀਂ ਵਰਤੇ ਜੰਗਾਂ ਦੇ ਵਿੱਚ ਇੱਕ ਰਾ ਮਟੀਰੀਅਲ ਬਣਾ ਕੇ ਫਾਰਡਰ ਬਣਾ ਕੇ ਚਾਰਾ ਬਣਾ ਕੇ ਜੀ ਔਰ ਤੁਸੀਂ ਅੱਜ ਜਿਹੜੇ ਮੁੱਢਲੇ ਹੱਕ ਨੇ ਔਰ ਇਹ ਵੀ ਇੱਕ ਜਿਹੜੀ ਜਵੇਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਅਸੈਂਬਲੀ ਦੇ ਵਿੱਚ ਅੱਜ ਜਿਹੜੇ ਨੇ ਚਾਰ ਕਾਨੂੰਨ ਤਿੰਨ ਤਾਂ ਜਿਹੜੇ ਨੇ ਜ਼ਾਹਰ ਹੈ ਕਿ ਵੀ ਪ੍ਰੋਪਰ ਬਿਲ ਨੇ ਜਿਹੜੇ ਕਿ ਲਾ ਬਣੇ ਨੇ ਪਰ ਅਜੇ ਨਹੀਂ ਕਿਉਂਕਿ ਜਦੋਂ ਤੱਕ ਗਵਰਨਰ ਦੇ ਸਾਈਨ ਨਹੀਂ ਹੁੰਦੇ ਜੀ ਲੇਕਿਨ ਇੱਕ ਇਹਦੇ ਨਾਲ ਜਿਹੜਾ ਇਲੈਕਟ੍ਰਿਸਿਟੀ ਐਮੈਂਡਮੈਂਟ ਬਿਲ ਨੂੰ ਰਿਜੈਕਟ ਕਰਨ ਦਾ ਬਿਲ ਵੀ ਜਿਹੜਾ ਮੂਵ ਕੀਤਾ ਸੋ ਕੁੱਲ ਗਿਣਤੀ 4 ਹੈ ਪੰਜਾਬ ਅਸੈਂਬਲੀ ਦੇ ਕੁੱਲ 117 ਐਮਐਲਏ ਨੇ ਜਿਨ੍ਹਾਂ ਦੇ ਵਿੱਚ ਦੋ ਬੀਜਪੀ ਨਾਲ ਸੰਬੰਧਤ ਨੇ ਲੇਕਿਨ ਬੀਜਪੀ ਦੇ ਦੋਨੋਂ ਐਮਐਲਏ ਇਸ ਅਸੈਂਬਲੀ ਸੈਸ਼ਨਸ ਨਹੀਂ ਆਏ ਪਾਰਕ 115 ਐਮਐਲਏਜ਼ ਨੇ ਜਿਨ੍ਹਾਂ ਦੇ ਵਿੱਚ ਜ਼ਾਰ ਹੈ ਰੂਲਿੰਗ ਪਾਰਟੀ ਕਾਂਗਰਸ ਹੈ ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਪਾਰਟੀ ਆਮ ਆਦਮੀ ਪਾਰਟੀ ਹੈ ਫਿਰ ਅਕਾਲੀ ਦਲ ਹੈ ਜਿਹੜਾ ਨੰਬਰ 3 ਤੇ ਚਲਾ ਗਿਆ ਹੈ ਜੀ ਫਿਰ ਲੋਕ ਇਨਸਾਫ ਪਾਰਟੀ ਹੈ ਸਿਮਰਜੀਤ ਸਿੰਘ ਬੈਂਸ ਦੀ ਸੋ ਉਹਨਾਂ ਸਾਰਿਆਂ ਨੇ ਜਿਹੜਾ ਇਕੱਠੇ ਹੋ ਕੇ ਇਹ ਸਾਰੇ ਨੂੰ ਵੋਟ ਕੀਤਾ ਇਹਨਾਂ ਸਾਰੇ ਚਾਰਾ ਹੀ ਜਿਹੜਾ ਉਹਦੇ ਚ ਜ਼ਾਹਰ ਹੈ ਕਿ ਭਾਰਤ ਦੀ ਹਕੂਮਤ ਵੱਲੋਂ ਉਹਨਾਂ ਦੀ ਪਾਰਲੀਮੈਂਟ ਔਰ ਰਾਜਸਭਾ ਵੱਲੋਂ ਜਿਹੜੇ ਪਾਸ ਕੀਤੇ ਗਏ ਕਾਨੂੰਨ ਨੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਨੇ ਦਸਤਖਤ ਕਰਕੇ ਕਾਨੂੰਨ ਬਣਾ ਦਿੱਤਾ ਉਹਨਾਂ ਨੂੰ ਵੀ ਰਿਜੈਕਟ ਕੀਤਾ ਗਿਆ ਜੀ ਉਹਦੇ ਨਾਲ ਉਹਨਾਂ ਨੇ ਜਿੱਥੇ ਰਿਜੈਕਸ਼ਨ ਦਾ ਤਾਂ ਪਹਿਲਾਂ ਵੀ ਵਿਧਾਨ ਸਭਾ ਨੇ ਮਤਾ ਕਰੀ ਦਿੱਤਾ ਸੀ ਲੇਕਿਨ ਪ੍ਰੋਪਰਲੀ ਫਾਰਮੂਲੇਟ ਕਰਕੇ ਜਿਹੜਾ ਤਿੰਨ ਬਿੱਲ ਜਿਹੜੇ ਕਿ ਉਹਨਾਂ ਦੀ ਤੁਸੀਂ ਸਬਸਟੀਟਿਊਟ ਕਹੋਗੇ ਕਿ ਵੀ ਉਹਨਾਂ ਨੂੰ ਨਾ ਰਿਜੈਕਟ ਕਰਕੇ ਕਿਵੇਂ ਜਿਹੜੇ ਆਪਣੇ ਬਿੱਲ ਆਂਦੇ ਨੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ ਅੱਛਾ ਔਰ ਇਸ ਨੂੰ ਲੈ ਕੇ ਇੱਕ ਖਾਸ ਯੂਫੋਰੀਆ ਵੀ ਹੈ ਜਿਸ ਨੂੰ ਤੁਸੀਂ ਕਹੋ ਕਿ ਜਿਹਨੂੰ ਅਸੀਂ ਆਪਣੀ ਹੈਡਲਾਈਨ ਦੇ ਵਿੱਚ ਹੂਪ ਲਾ ਕੇ ਹੈ ਹੂਪਲਾ ਬਹੁਤ ਸ਼ੋਰ ਸ਼ਰਾਬਾ ਵੀ ਹੁੰਦਾ ਹੈ ਜਿੱਤ ਗਏ ਜਿੱਤ ਗਏ ਵੀ ਹੁੰਦਾ ਹੈ ਔਰ ਇਹ ਵੀ ਜਿਵੇਂ ਆ ਕਿ ਜੀ ਦੇਖੋ ਕਿਆ ਜਾਂਦਾ ਕਿ ਸਾਡੇ ਚ ਫੁੱਟ ਆ ਅਸੀਂ ਇਕੱਠੇ ਨਹੀਂ ਹੋ ਸਕਦੇ ਅੱਜ ਪੰਜਾਬ ਦੇ ਹਿੱਤਾਂ ਲਈ ਜਿਹੜੇ ਨੇ ਇਹਨਾਂ ਦੇ ਭਾਜਪੀ ਦੇ ਦੋ ਹਿੰਦੂ ਤਵੀਆ ਨੂੰ ਛੱਡ ਕੇ ਸਾਰੇ 113 ਐਮਐਲਏ ਜਿਹੜੇ ਨੇ 115 ਐਮਐਲਏ ਬਿਨਾ ਪਾਰਟੀ ਦੀ ਪਰਵਾਹ ਕੀਤੇ ਉਹ ਸਾਰੇ ਨੇ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਗਵਰਨਰ ਨੂੰ ਮਿਲ ਕੇ ਆਏ ਕਿਉਂਕਿ ਸਾਰੇ ਉਹਨਾਂ ਦੇ ਜਿਹੜਾ ਨਾਲ ਗਏ ਔਰ ਬਾਹਰ ਜਦੋਂ ਐਡਰੈਸ ਵੀ ਕਰ ਰਹੇ ਨੇ ਪ੍ਰੈਸ ਕਾਨਫਰੰਸ ਨੂੰ ਮੀਡੀਆ ਕਾਨਫਰੰਸ ਨੂੰ ਤੇ ਇੱਕ ਪਾਸੇ ਅਕਾਲੀਆਂ ਦਾ ਜਿਹੜਾ ਲੀਡਰ ਹੈ ਲੈਜਿਸਲੇਚਰ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਉਹ ਖੜਾ ਹੈ ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਖੜਾ ਹੈ ਔਰ ਬਿਲਕੁਲ ਉਹ ਜਿਹੜਾ ਹੈ ਇੱਕ ਪਾਸੇ ਜਿੱਥੇ ਮਜ਼ਬੂਤੀ ਦੇ ਨਾਲ ਇਹ ਕਹਿ ਰਹੇ ਨੇ ਔਰ ਉਹ ਅਕਾਲੀ ਸ਼ਰਨਜੀਤ ਢਿੱਲੋਂ ਜਿਨ੍ਹਾਂ ਦੀ ਨੁਮਾਇੰਦਗੀ ਕਰਦਾ ਹੈ ਜਿਨ੍ਹਾਂ ਨੇ ਪਿਛਲੇ 50 ਸਾਲ ਤੋਂ ਜਾ ਕੇ ਸਿੱਖ ਕੌਮ ਨੂੰ ਆਰਐਸਐਸ ਦੀ ਜਿਹੜੀ ਹੈ ਉਹ ਐਕਸਟੈਂਸ਼ਨ ਬਣਾਇਆ ਉਹ ਵੀ ਕਹਿ ਰਿਹਾ ਕਿ ਜੀ ਇਹ ਨਾ ਸੈਂਟਰ ਸੋਚਿਆ ਕਿ ਅਸੀਂ ਇੱਕ ਛੋਟਾ ਸੂਬਾ ਸਾਰੀਆਂ ਮੂਵਮੈਂਟਾਂ ਇੱਥੋਂ ਹੀ ਨਿਕਲੀਆਂ ਨੇ ਇਹ ਸਾਰੀ ਰੈਵੋਲੂਸ਼ਨ ਦੀ ਧਰਤੀ ਹੈ ਫਲਾਣਾ ਢਮਕਾ ਸੋ ਚਲੋ ਇਹ ਗੱਲ ਬਹੁਤਿਆਂ ਨੂੰ ਚੰਗੀ ਲੱਗੀ ਦੇਖੋ ਜੀ ਸਾਰੇ ਇਕੱਠੇ ਹੋ ਗਏ ਨੇ ਹੁਣ ਸਾਰੇ ਜਿਹੜੇ ਨੇ ਰਣ ਕੇ ਕਰਨਗੇ ਪਰ ਅਸੀਂ ਕਿਉਂਕਿ ਜ਼ਾਰ ਹੈ ਕਿ ਬਾਹਰ ਬੈਠੇ ਆ ਬੇਸ਼ੱਕ ਸਾਡਾ ਦਿਲ ਉੱਥੇ ਟੜਕਦਾ ਅਸੀਂ ਅਰਦਾਸ ਕਰਦੇ ਆਂ ਕਾਮਨਾ ਕਰਦੇ ਆਂ ਔਰ ਜੋ ਸਾਡੇ ਕੋਲ ਜਿੰਨਾਕ ਜੋ ਅਸੀਂ ਕਰ ਸਕਦੇ ਆ ਇੱਕ ਐਕਟਿਵਿਸਟ ਐਕਟਿਵਿਸਟ ਦੇ ਲਈ ਕੀ ਕਰ ਸਕਦਾ ਆ ਆਵਾਜ਼ ਹੀ ਬੁਲੰਦ ਕਰ ਸਕਦਾ ਆ ਜਿਹੜਾ ਪ੍ਰੋਪਰ ਜਿਹੜਾ ਥੋੜਾ ਬਹੁਤ ਅਸੀਂ ਜੋ ਹਮਾਇਤ ਕਰ ਸਕਦੇ ਆ ਇੱਥੇ ਵਿਰੋਧ ਲਾਈਨ ਜਿਹੜੀ ਜਿਹੜੀ ਲਾਈਨ ਦੀ ਆ ਉਹਦੇ ਚ ਅਸੀਂ ਨਾਲ ਖੜੋਂਦੇ ਜੀ ਲੇਕਨ ਜਿਹੜੇ ਵਾਰਨਿੰਗ ਸਾਈਨ ਹੈ ਕਿਉਂਕਿ ਠੋਕਾ ਠਾਕ ਬਾਕੀ ਤਾਂ ਤੁਸੀਂ ਤਾਰੀਖ ਦੇ ਵਿੱਚ ਦੇਖਦੇ ਹੋ ਕਿ ਕਿੱਥੇ ਸ਼ਾ ਮੁਹੰਮਦ ਦੇ ਕਹਿਣਾਂ ਕਿ ਸ਼ਾ ਮੁਹੰਮਦ ਆ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਆਤਰੂ ਹਾਰੀਆਂ ਨੇ ਇਹ ਸ਼ਾਹ ਮੁਹੰਮਦ ਪਹਿਲੀ ਐਂਗਲੋ ਸਿੱਖ ਵਾਰ ਦੀ ਗੱਲ ਕਰ ਰਿਹਾ ਹੈ ਕਿ ਇੱਕ ਪਾਸੇ ਫਰੰਗੀ ਹੈ ਇੱਕ ਪਾਸੇ ਸਿੱਖ ਫੌਜ ਹੈ ਜਿਹਦੇ ਵਿਚ ਜ਼ਾਹਰ ਹੈ ਮੁਸਲਮਾਨ ਤੋਪਚੀ ਵੀ ਸਨ ਔਰ ਪੂਰੇ ਉਹਨਾਂ ਦੇ ਫੌਜੀ ਵੀ ਸਨ ਜਦੋਂ ਸ਼ਾਹ ਮੁਹੰਮਦ ਹੀ ਕਹਿੰਦਾ ਹੈ ਕਿ ਮੇਵਾ ਸਿੰਘ ਤੇ ਮਾਖੇਖਾ ਹੋਏ ਸਦੇ ਖੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ ਸੋ ਤਿੰਨ ਵਾਰ ਫਰੰਗੀ ਦਾ ਜਿਹੜਾ ਚੜ੍ਹਾ ਸੀ ਉਹ ਉਹਨਾਂ ਨੇ ਪਛਾਣ ਆ ਰਿਹਾ ਹੈ ਔਰ ਇਹ ਵੀ ਸ਼ਾਹ ਮੁਹੰਮਦ ਕਹਿੰਦਾ ਹੈ ਸ਼ਾਹ ਮੁਹੰਮਦਾ ਸਿੰਗਾ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ਸੋ ਜੰਗ ਦੇ ਵਿੱਚ ਨਾ ਬਹਾਦਰੀ ਦੀ ਕਮੀ ਸੀ ਤੇ ਨਿੰਬੂਆਂ ਵਾਂਗ ਲਹੂ ਨਿਚੋੜ ਸੁੱਟਣਾ ਵੀ ਤੇ ਤਿੰਨ ਉਹਨਾਂ ਦੇ ਹੱਲੇ ਪਛਾੜ ਦੇਣਾ ਪਰ ਐਂਡ ਉਸ ਸਾਰੇ ਜੰਗਨਾਮਾ ਹਿੰਦ ਪੰਜਾਬ ਦਾ ਇਹੀ ਹੁੰਦਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਹੁਣ ਜੇ ਲੀਡਰ ਨਹੀਂ ਹੈ ਔਰ ਜਿਹੜੇ ਨੇ ਉਹ ਵਿਕੇ ਹੋਏ ਨੇ ਉਹਨਾਂ ਨੇ ਆਪਣੇ ਮੁੱਲ ਪੁਆਏ ਹੋਏ ਨੇ ਫੌਜ ਲੜ ਰਹੀ ਹੈ ਆਪਣੀ ਉਸੇ ਸਪਿਰਟ ਦੇ ਨਾਲ ਕਿ ਉਹ ਆਪਣੀ ਧਰਤੀ ਪੰਜਾਬ ਨੂੰ ਡਿਫੈਂਡ ਕਰ ਰਹੀ ਹੈ ਫਰੰਗੀ ਤੋਂ ਲੇਕਿਨ ਜਿਹੜੇ ਵਿਕੇ ਹੋਏ ਨੇ ਉਹਨਾਂ ਦਾ ਉਹਨਾਂ ਦਾ ਇੱਕਪਣਾ ਸੌਦਾ ਔਰ ਉਸ ਤੋਂ ਹੀ ਅਸੀਂ ਦੇਖਦੇ ਹਾਂ ਕਿ ਕਿਵੇਂ ਫਿਰ ਗਦਾਰਾਂ ਦੇ ਸਰਦਾਰ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਕਸ਼ਮੀਰ ਅੰਗਰੇਜ਼ ਜਿਹੜੇ ਨੇ ਉਹ ਇਨਾਮ ਦੇ ਤੌਰ ਤੇ ਦੰਦੇ ਨੇ ਉਸ ਗਦਾਰੀ ਦਾ ਅੱਛਾ ਔਰ ਜਿਹੜੇ ਦੂਜੇ ਲਾਲ ਸਿੰਘ ਤੇਜਾ ਸਿੰਘ ਯੂਪੀ ਦੇ ਬ੍ਰਾਹਮਣ ਮਿਸਰ ਜਿਨ੍ਹਾਂ ਨੇ ਸਿੱਖ ਫੌਜ ਨੂੰ ਕਰਾਇਆ ਪਾਇਆ ਉਹਨਾਂ ਨੂੰ ਰਾਜੇ ਦੇ ਖਿਤਾਬ ਦੇ ਨਾਲ ਨਵਾਜਿਆ ਜਾਂਦਾ ਹੈ ਲਾਲ ਸਿੰਘ ਨੂੰ ਤੇਜਾ ਸਿੰਘ ਨੂੰ ਰਾਜਾ ਬਣਾਇਆ ਜਾਂਦਾ ਹੈ ਲਾਹੌਰ ਚ ਲੈ ਆ ਕੇ ਸੋ ਕਿਉਂਕਿ ਜਦੋਂ ਤੁਸੀਂ ਕਰੰਟ ਚ ਦੇਖਦੇ ਹੋ ਅਸੀਂ ਉਹ ਬਹਾਦਰੀ ਵੀ ਦੇਖ ਰਹੇ ਹਾਂ ਕਿਵੇਂ ਉਹੀ ਪਟੜੀਆਂ ਤੇ ਸੁੱਤੇ ਨੇ ਉੱਥੇ ਹੀ ਜਿਹੜੀਆਂ ਨੇ ਬੀਬੀਆਂ ਵੀ ਨੇ ਉਹ ਵੀ ਵਿਚਾਰੀਆਂ ਨਾਲ ਰੋਟੀ ਪਾਣੀ ਵੀ ਹੈ ਬੱਚੇ ਵੀ ਨਾਲ ਤੇ ਫਿਰ ਇੱਕ ਪਾਸੇ ਤਾਂ ਸਵਾਏ ਅੱਖਾਂ ਚੋਂ ਅਥਰੂ ਵਗਣ ਦੇ ਕਿ ਵੀ ਦੁਨੀਆ ਜਿੱਥੇ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਔਰ ਜਿਹੜੀ ਕੌਮ ਜਿਸ ਦਾ ਜਨਮ ਹੀ ਜਿਹੜਾ ਉਸ ਸੰਘਰਸ਼ ਚੋਂ ਹੋਇਆ ਖੰਡੇ ਦੀ ਧਾਰ ਤੋਂ ਨਿਕਲ ਕੇ ਜੇ ਇਹ ਕੀ ਇਹ ਕਿਹਾ ਜਾਏ ਕਿ ਅਸੀਂ ਤਿੰਨ ਸਦੀਆਂ ਤਲਵਾਰ ਦੀ ਧਾਰ ਤੇ ਨੱਚ ਰਹੇ ਹਾਂ ਔਰ ਜਿਹੜਾ ਕੋਈ ਵਕਤ ਸਕੂਨ ਦਾ ਆਰਾਮ ਨਾਲ ਬਹਿਣ ਦਾ ਜਿੱਥੇ ਤੁਹਾਡੀ ਸਿਵਲਾਈਜ਼ੇਸ਼ਨ ਤੁਹਾਡੀ ਤਹਿਜ਼ੀਬ ਤੁਹਾਡਾ ਆਪਣਾ ਕਲਚਰ ਗੁਰੂਆਂ ਦਾ ਸਰਬੱਤ ਦੇ ਭਲੇ ਦਾ ਫਲਸਫਾ ਜਿਸ ਨੂੰ ਤੁਸੀਂ ਫਰਦਰ ਡਿਵੈਲਪ ਕਰ ਸਕੋ ਉਹ ਤੋਂ ਇੱਕ ਬਰੀਫ ਪੀਰੀਅਡ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਤੋਂ ਇਲਾਵਾ ਉਹ ਵੀ ਜੰਗਾਂ ਜੁੱਦਾਂ ਦੇ ਵਿੱਚ ਹੀ ਸੀਦਰ ਨੂੰ ਵੱਜ ਜਾਓ ਉਧਰ ਨੂੰ ਵੱਜ ਜਾਓ ਬਾਰਡਰ ਸਿਕਿਉਰ ਕਰੋ ਸੋ ਇਹ ਇੱਕ ਅਫਸੋਸ ਦੀ ਗੱਲ ਵੀ ਹੈ ਕਿ ਔਰ ਸਾਨੂੰ ਐਜ਼ ਅ ਪੀਪਲ ਐਜ਼ ਅ ਕਮਿਊਨਿਟੀ ਐਜ਼ ਅ ਨੇਸ਼ਨ ਇਹ ਦੇਖਣਾ ਵੀ ਪਵੇਗਾ ਕਿ ਅਸੀਂ ਕਿੱਥੇ ਫਾਲਟਰ ਕਰਦੇ ਹਾਂ ਬਿਲਕੁਲ ਨਾ ਜਜ਼ਬੇ ਦੀ ਕਮੀ ਹੈ ਨਾ ਭਾਵਨਾ ਦੀ ਕਮੀ ਔਰ ਹੁਣ ਵੀ ਇਸ ਬੈਟਲ ਦੇ ਵਿੱਚ ਜਿਹੜੀ ਜ਼ਾਹਰ ਹੈ ਕਿ ਇੱਕ ਪਾਸੇ ਦੇਖਣ ਨੂੰ ਲੱਗਦੀ ਹੈ ਕਿ ਵੀ ਇਹ ਪੰਜਾਬ ਵਰਸਸ ਦਿੱਲੀ ਬਣ ਗਿਆ ਨੈਰੇਟਿਵ ਦੇ ਵਿੱਚ ਵੀ ਦਿੱਲੀ ਦਰਬਾਰ ਦੀ ਗੱਲ ਹੁੰਦੀ ਹੈ ਜੇ ਪੰਜਾਬ ਅਸੈਂਬਲੀ ਯੂਨੀਨਿਮਸਲੀ ਭਾਜਪੀ ਦੇ ਭਾਵੇਂ 2 ਐਮਐਲਏ ਨੇ ਪਰ ਉਹ ਆਏ ਨਹੀਂ ਅਸੈਂਬਲੀ 'ਚ ਨਹੀਂ ਆ ਵੀ ਉਹਨਾਂ ਨੇ ਵਿਰੋਧ ਉਹ ਤਾਂ ਡਰਦਾ ਹੀ ਦੌੜ ਗਏ ਉਹਨਾਂ ਨੇ ਤਾਂ ਪਾਰਟੀ ਦੇ ਨਾਲ ਖਲੋਤੇ ਨੇ ਲੇਕਿਨ ਜੇ ਮੌਜੂਦ 115 ਦੇ 115 ਐਮਐਲਏ ਜਿਹੜੇ ਨੇ ਉਹ ਖਲੋਂਦੇ ਨੇ ਇਸ ਕਿਸਾਨਾਂ ਦੇ ਲਈ ਤੇ ਜ਼ाहिर ਹੈ ਕਿ ਇੱਕ ਯੂਫੋਰੀਆ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਹੁੰਦਾ ਤੁਹਾਡੇ ਲਈ ਵੀ ਇਹ ਗੱਲ ਚੰਗਾ ਲੱਗਦਾ ਇਹ ਹੈ ਲੇਕਿਨ ਸਿਰਫ ਇਸੇ ਤਰੀਕੇ ਜੀ ਹੁਣ ਹੋ ਗਿਆ ਉਸ ਤੋਂ ਅੱਗੇ ਤੁਸੀਂ ਕੀ ਦੇਖੋਗੇ ਬਿਲਕੁਲ ਇਹ ਜੇ ਤੋ ਇਸ ਦੇ ਉੱਤੇ ਅਸੀਂ ਵਿਚਾਰ ਨਹੀਂ ਕਰਦੇ ਕਿ ਕਿਸਾਨਾਂ ਲਈ ਕੀ ਕਰਨਾ ਬਣਦਾ ਹੈ ਕੀ ਇਹਨਾਂ ਦੇ ਨਾਲ ਲੜਾਈ ਜਿੱਤੀ ਗਈ ਹੈ ਜੇ ਨਹੀਂ ਹੈ ਤੇ ਅਗਲੇ ਸਟੈਪ ਕੀ ਹੋਏਗਾ ਹਾਲਾਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਕਾਫੀ ਲਾਈਕਲੀਹੂਡ ਹੈ ਕਿ ਗਵਰਨਰ ਨਹੀਂ ਸਾਈਨ ਨਹੀਂ ਕਰੇਗਾ ਔਰ ਇਹ ਇੱਕ ਕ੍ਰਾਈਸਿਸ ਪੈਦਾ ਹੋਏਗਾ لیکن اے بھی آیا کہ جی ਜਿਵੇਂ ਸਾਡਾ ਹੈ ਕਿ ਵੀ પ્રેસિડેન્ટ ਰੂਲ ਲਾਗੂ ਕਰਕੇ ਇੱਕ ਜਿਹੜਾ ਖੂਨਰੇਜ਼ੀ ਵੀ ਪੰਜਾਬ ਚ ਹੋ ਸਕਦੀ ਹੈ ਬਲੱਡ ਬਾਥ ਕਰ ਸਕਦੇ ਨੇ اور અમਰਿੰਦਰ ਨੇ ਜਦੋਂ ਇਹਨਾਂ ਬਿਲ ਪੇਸ਼ ਕਰਨ ਤੋਂ ਪਹਿਲਾਂ ਐਡਰੈਸ ਕੀਤਾ ਜ਼ਾਰ ਹੈ ਸਾਰਿਆਂ ਨੇ ਐਡਰੈਸ ਕੀਤੇ ਬੜੀ ਗਰਮ ਜੋਸ਼ੀ ਦੇ ਸੀ ਲੇਕਿਨ ਅਸੀਂ ਕੋਈ ਨਵਜੋਤ ਸਿੱਧੂ ਦੇ ਫੈਨ ਨਹੀਂ ਹੈ ਲੇਕਿਨ ਮੈਂ ਇਹ ਇਹ ਕਹਿੰਦਾ ਹੈ ਵੀ इवन ਉਸ ਮੁਕਾਮ ਤੇ ਵੀ ਜਿਹੜੀ ਆ ਉਹ ਸਿਆਸਤ ਹੀ ਹੋ ਰਹੀ ਹੈ ਕਿ ਜਦੋਂ ਨਵਜੋਤ ਸਿੱਧੂ ਐਡਰੈਸ ਕਰਨ ਲੱਗਦਾ ਹੈ ਤਾਂ ਜਿਹੜਾ ਐਸੈਂਬਲੀ ਦਾ ਜਿਹੜਾ ਉਹਨਾਂ ਦਾ ਮਾਈਕ੍ਰੋਫੋਨ ਸਿਸਟਮ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਬਾਹਰ ਉਹਨੂੰ ਸੁਣ ਨਹੀਂ ਸਕਦੇ ਰਾਏ ਸੋ ਇਹਦੇ ਤੋਂ ਤੁਹਾਡੀ ਬਦਨੀਤੀ ਵੀ ਝਾਰ ਹੁੰਦੀ ਹੈ ਕਿਉਂਕਿ ਆਲਮੋਸਟ 2017 ਦੇ ਵਿੱਚ ਐਸੈਂਬਲੀ ਚੋਣਾਂ ਹੋਈਆਂ ਨੇ ਪੰਜਾਬ ਦੀਆਂ ਅੱਜ 3 ਸਾਲ ਆਲਰੇਡੀ ਬੀਤ ਚੁੱਕੇ ਨੇ 2022 ਫ फेब्रुवारी ਦੇ ਵਿੱਚ ਹੁੰਦੀਆਂ ਸੋ ਆਲਮੋਸਟ ਅਸੀਂ ਡੇਢ ਸਾਲ ਦੀ ਗੱਲ ਕਰ ਰਹੇ ਹਾਂ ਸੋ ਇਹ ਹੁਣ ਜਿਹੜੀ ਬਹੁਤ ਸਾਰੀ ਪੋਸਚਰਿੰਗ ਹੈ ਉਹ ਅਕਾਲੀਆਂ ਦੀ ਹੋਏ ਅਮਰਿੰਦਰ ਦੀ ਹੋਏ ਆਮ ਆਦਮੀ ਪਾਰਟੀ ਦੀ ਹੋਏ ਜਾਂ ਕਿਸੇ ਹੱਦ ਤੱਕ ਨਵਜੋਤ ਸਿੰਘ ਸਿੱਧੂ ਵੀ ਜੇ ਕੋਈ ਆਪਣੀ ਖੇਡ ਖੇਡਣਾ ਚਾਹੁੰਦਾ ਤੇ ਉਹ ਸਾਰਾ ਬਹੁਤਿਆਂ ਨੂੰ ਕਿਸਾਨਾਂ ਜਾਂ ਉਹਨਾਂ ਨੂੰ ਤਾਂ ਇਹ ਲੱਗ ਰਿਹਾ ਹੈ ਕਿ ਇਸ ਪੀਰੀਅਡ ਦੇ ਵਿੱਚ ਖੜਾ ਕੀਤਾ ਗਿਆ ਉਹ ਬਾਹਰ ਜਿਹੜਾ ਹੈ ਉਹ ਸਾਨੂੰ ਕਿਵੇਂ ਕੈਸ਼ ਕਰਾ ਸਕਦਾ ਹੈ ਅਸੀਂ ਕੈਸ਼ ਕਰਾ ਸਕਦੇ ਸੋ ਉਹਦੇ ਲਈ ਜਦੋਂ ਅਮਰਿੰਦਰ ਕਹਿੰਦਾ ਹੈ ਕਿ ਜੀ ਜੇ ਮੈਨੂੰ ਇਹਨਾਂ ਨੇ ਡਿਸਮਿਸ ਕਰਨਾ ਹੈ ਮੈਂ ਕਾਂਗਾ ਜੇ ਮੈਂ ਤਾਂ ਅਸਤੀਫਾ ਜੇਬ ਚ ਪਾਇਆ ਹੋਇਆ ਹੈ ਕਿ ਜੀ ਮੈਨੂੰ ਡਿਸਮਿਸ ਕਰਨੀ ਮੈਂ ਆਪ ਹੀ ਅਸਤੀਫਾ ਦੇ ਦਿਆਂਗਾ ਸੋ ਉਹ ਵੀ ਦੱਸ ਰਿਹਾ ਹੈ ਕਿ ਜੀ ਅਸੀਂ ਕੁਰਬਾਨ ਕਰ ਦਿੱਤਾ ਹੈ ਕੁਰਬਾਨ ਹੁਣ ਇਸਾਰੇ ਵਿੱਚ ਕੋਈ ਸਵਾਲ ਨਹੀਂ ਪੁੱਛ ਰਿਹਾ ਕਿ ਭਾਈ ਇਹ ਜਦੋਂ ਆਰਡੀਨੈਂਸ ਲਾਗੂ ਰਹੇ ਨੇ 6 ਮਹੀਨੇ ਉਦੇ ਤੋਂ ਪਹਿਲਾਂ ਕੋਈ ਅਕਾਲੀਆਂ ਨੂੰ ਨਹੀਂ ਪੁੱਛ ਰਿਹਾ ਕਿ ਭਾਈ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਆਏ ਉਸ ਤੋਂ ਪਹਿਲਾਂ ਕੈਬਨਿਟ ਦਾ ਤੁਸੀਂ ਹਿੱਸਾ ਬਣੇ ਜਾਂ ਅਡਾਨੀ ਆਬਾਨੀ ਨੂੰ ਪਹਿਲਾ ਫੁੱਟ ਹੋਲਡ ਜਿਹੜਾ ਉਹ ਮਰਿੰਦਰ ਦੀ ਸਰਕਾਰ ਨੇ ਦਿੱਤਾ ਫਿਰ ਸੁਖਬੀਰ ਬਾਦਲ ਦੇ ਨਾਲ ਤੁਸੀਂ ਦੇਖਦੇ ਹੋ ਜਿਹੜੇ ਉੱਥੇ ਵੱਡੇਓ ਬਣਾਏ ਹੋਏ ਨੇ ਵੱਡੇ ਵੱਡੇ ਸਟੋਰ ਜਿਹਦੇ ਵਿੱਚ ਮਿਲੀਅਨਸ ਆਫ ਜਿਹੜੀਆਂ ਨੇ ਇਹਦੇ ਵੀਟ ਬੈਗਸ ਆ ਰਾਈਸ ਬੈਗਸ ਇੱਥੇ ਨੇ ਸਟੋਰ ਹੋ ਸਕਦੇ ਨੇ ਕਿਹਨਾਂ ਨੇ ਉਹਨਾਂ ਲਈ ਦਰਵਾਜ਼ਾ ਖੋਲ੍ਹੇ ਕੋਈ ਉਹਨਾਂ ਨੂੰ ਨਹੀਂ ਇਹ ਨਹੀਂ ਪੁੱਛਿਆ ਕਿਉਂਕਿ ਇਹ ਵੀ ਸਾਡਾ ਇੱਕ ਸੁਭਾਅ ਬਣਿਆ ਹੈ ਕਿ ਵੀ ਅਸੀਂ ਜਦੋਂ ਕੋਈ ਚੀਜ਼ ਸਾਹਮਣੇ ਆਂਦੀ ਹੈ ਤੇ ਫਿਰ ਅਸੀਂ ਕਹਿੰਦੇ ਜੀ ਛੱਡੋ ਜੀ ਛੱਡੋ ਜੀ ਹੁਣ ਬਦਲ ਗਿਆ ਮੈਂ ਕਹਾਂ ਜੀ ਫਿਰ ਬਦਲ ਜਾਏਗਾ ਜਨਾ ਨੂੰ ਬਦਲਣ ਦੀ ਆਦਤ ਹੁੰਦੀ ਹੈ ਹਾਂ ਕੋਈ ਕਨਵਿਕਸ਼ਨ ਕਿਸੇ ਦੀ ਬਦਲਦੀ ਉਹ ਇੱਕ ਵੱਖਰੀ ਗੱਲ ਹੈ ਪਰ ਜਦੋਂ ਤੁਸੀਂ ਵਿਕਣਾ ਹੀ ਸਿੱਖਿਆ ਹੋਇਆ ਹੈ ਜਾ ਤੁਹਾਡੀ ਦੌੜ ਸਿਰਫ ਤੇ ਸਿਰਫ ਪਾਵਰ ਲਈ ਹੈ ਕੁਰਸੀ ਲਈ ਹੈ ਔਰ ਅੱਧੀ ਸਦੀ ਜਿਨ੍ਹਾਂ ਨੇ ਆਰਐਸਐਸ ਦੀ ਐਕਸਟੈਂਸ਼ਨ ਬਣਾ ਕੇ ਪੰਥ ਨੂੰ ਸਾਡੀਆਂ ਸਾਰੀਆਂ ਇੰਸਟੀਚੂਨਸ ਡਿਸਟਰੋਏ ਕਰਵਾਈਆਂ ਉਹਨਾਂ ਨੂੰ ਅੱਜ ਨਜ਼ਰ ਆ ਰਿਹਾ ਜੀ ਅਸੀਂ ਇਹ ਸਾਡੀ ਧਰਤੀ ਤੋਂ ਬੜੇ ਰੈਵੋਲੂਸ਼ਨ ਨਿਕਲਦੇ ਨੇ ਬਹੁਤ ਨਿਕਲਦੇ ਨੇ ਤੁਹਾਡੇ ਕਹਿਣ ਨਾਲ ਤੇ ਨਹੀਂ ਨਿਕਲਣੇ ਜਾਂ ਨਹੀਂ ਨਿਕਲੇ ਕਦੇ ਲੇਕਿਨ ਤੁਸੀਂ ਇਹ ਦੇਖੋ ਵੀ ਆਪਣੀਆਂ ਸਕਸੈਸਿਵ ਸਰਕਾਰਾਂ ਵੇਲੇ ਤੁਸੀਂ ਕਿਵੇਂ ਉਹਨਾਂ ਰੈਵੋਲੂਸ਼ਨਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਵੇਂ ਤੁਸੀਂ ਨੌਜਵਾਨਾਂ ਨੂੰ ਅੰਦਰ ਦਿੱਤਾ ਹੈ ਕਿਵੇਂ ਤੁਸੀਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਕੌਣ ਲੈ ਕੇ ਆਇਆ ਹੁਣ ਜੇ ਸੁਮੇਧ ਸੈਣੀ ਦੇ ਖਿਲਾਫ ਕਿਸੇ ਅਦਾਲਤ ਦੀ ਕਾਰਵਾਈ ਦਾ ਵਾਰੰਟ ਨਿਕਲੇ ਜਿਸ ਨੂੰ ਅਮਰਿੰਦਰ ਸਿੰਘ ਨੂੰ ਪਾਕਿਸਤਾਨ ਤੋਂ ਇੱਕ ਤਾਰ ਹਿੱਲੇ ਤੇ ਨਜ਼ਰ ਆ ਜਾਂਦਾ ਹੈ ਕਿ ਜੀ ਪਾਕਿਸਤਾਨ ਦੀ ਆਈਐਸਆਈ ਨੇ ਭੇਜ ਦਿੱਤਾ ਹੈ ਉਹਨੇ ਅਸਲਾ ਭੇਜ ਦਿੱਤਾ ਹੈ ਤੇ ਦੂਜਾ ਸੁਮੇਧ ਸੈਣੀ ਕਿੰਨੇ ਹਫ਼ਤੇ ਕਿੱਥੇ ਲੁਕਿਆ ਰਿਹਾ ਇਹਨਾਂ ਦੀ ਪੁਲਿਸ ਜਾਂ ਦੂਜਿਆਂ ਨੂੰ ਕੋਈ ਨਜ਼ਰ ਨਹੀਂ ਆਇਆ ਕਿਉਂਕਿ ਇਹ ਸਾਰੀ ਸਿਆਸਤ ਜਿਹੜੀ ਹੈ ਮਿਲ ਕੇ ਕੀਤੀ ਜਾ ਰਹੀ ਔਰ ਮੈਂ ਇਹ ਨਹੀਂ ਹੈ ਕਿ ਮੈਂ ਪੈਸੀਮਿਸਟ ਐ ਜਾਂ ਹਰ ਗੱਲ ਨੂੰ ਠੀਕ ਐ ਮੈਂ ਵੀ ਵਧਾਈ ਦੇ ਦਿੰਨਾ ਕਿ ਜੀ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਵਾ 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 ਜਿੱਤ ਗਿਆ ਪੰਜਾਬ ਜਿੱਤ ਗਿਆ ਦੂਜਾ ਪਰ ਮੈਨੂੰ ਨਜ਼ਰ ਆ ਰਿਹਾ ਕਿ ਵੀ ਇੱਕ ਜਿਹੜੀ ਹੈ ਨਟੰਕੀ ਹੈ ਬਿਲਕੁਲ ਇਸ ਤੋਂ ਪਹਿਲਾਂ ਵੀ ਜਦੋਂ ਇਹ ਲੜਦੇ ਵੀ ਨੇ ਉਦੋਂ ਜਿਹਨੂੰ ਪਾਕਿਸਤਾਨੀ ਭਰਾ ਸਾਡੇ ਨੂਰਾ ਕੁਸ਼ਤੀ ਕਹਿੰਦੇ ਨੇ ਬਹੁਤ ਵਾਰੀ ਉਹ ਨੂਰਾ ਕੁਸ਼ਤੀ ਹੁੰਦੀ ਹੈ ਇਹ ਕਿ ਵੀ ਉਹ ਇਕ ਦੂਜੇ ਦਾ ਔਰ ਇਹੀ ਕਾਰਨ ਸੀ ਕਿ ਇਹਨਾਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਔਰ ਅਕਾਲੀਆਂ ਨੇ ਜੁਆਇੰਟ ਪੋਲੀਟੀਕਲ ਸਟ੍ਰੈਟਜੀ ਬਣਾਈ ਕਿਉਂਕਿ ਤੁਸੀਂ ਉਹੀ ਜ਼ਾਲਮ ਆਫੀਸਰ ਪੁਲਿਸ ਦੇ ਹੋਣ ਸਿਸਟਮ ਹੋਣ ਜਿਹੜੇ ਫਿਰਕੂ ਬਿਊਰੋਕਰੇਟ ਹੋਣ ਉਹੀ ਬਾਦਲਾਂ ਵੇਲੇ ਹੁੰਦੇ ਨੇ ਉਹੀ ਅਮਰਿੰਦਰ ਹੁੰਦਾ ਜੇ ਉਹਨੇ ਸੁਮੇਦ ਸੈਣੀ ਜਾਣਾ ਚਾਹੁੰਦਾ ਸੀ ਜਿਉਂ ਹੀ ਬਾਦਲ ਦੀ ਟਰਮ ਖਤਮ ਹੋ ਅਮਰਿੰਦਰ ਕਹਿੰਦਾ ਨਾ ਨਾ ਤੂੰ ਬਹੁਤ ਐਕਸਪੀਰੀਅੰਸ ਹੈ ਤੂੰ ਰਹਿ ਉਹਦੇ ਤੋਂ ਫਿਰ ਕੀ ਨਹੀਂ ਕਰਵਾਇਆ ਬਿਲਕੁਲ ਜੇ ਬਾਈਬਲ ਕਲਾ ਔਰ ਉਸ ਗੋਲੀ ਕਾਂਡ ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ ਬਾਦਲਾਂ ਦੀ ਸਰਕਾਰ ਹੈ ਲੋਕਾਂ ਨੂੰ ਭਰਮ ਪਾਣ ਲਈ ਗੁਟਕੇ ਤੇ ਹੱਥ ਰੱਖ ਕੇ ਕਿ ਜੀ ਅਸੀਂ ਜਿਹੜਾ ਉਹ ਪਨਿਸ਼ ਕਰਾਂਗੇ 3.5 ਸਾਲ ਲੰਘ ਗਏ ਨੇ ਕਿਨੂ ਕਿਨੂ ਕਿਨੇ ਕਿਨੂ ਪਨਿਸ਼ ਕੀਤਾ ਹੈ ਜੀ ਉਹੀ ਸੁਮੇਦ ਸੈਣੀ ਨੂੰ ਪ੍ਰੋਟੈਕਟ ਕਰ ਰਹੇ ਨੇ ਔਰ ਇਹੀ ਹਾਲ ਜਿਹੜਾ ਕੁਝ ਨਹੀਂ ਬਦਲਿਆ ਹੈ ਔਰ ਕੁਝ ਨਹੀਂ ਬਦਲਣਾ ਹੈ ਇਹ ਗੱਲ ਬਿਲਕੁਲ ਸਮਝ ਆ ਜਾਣੀ ਚਾਹੀਦੀ ਹੈ ਔਰ ਹੁਣ ਵੀ ਮੈਂ ਇਹ ਸਮਝਦਾ ਹਾਂ ਕਿ ਵੀ ਬੇਸ਼ੱਕ ਕਾਨੂੰਨ ਹੋਏਗਾ ਕਿ ਹੁਣ ਉਹਨਾਂ ਦਾ ਇਹ ਜਿਹੜਾ ਕਾਂਗਰਸ ਇਹ ਕਹਿ ਰਹੀ ਹੈ ਕਿ ਜੀ ਅਸੀਂ ਤਾਂ ਫਾਰਮ ਲਾਜ਼ ਕਾਂਗਰਸ ਰੈਡੀ ਫॉर ਕੋਰਟ ਬੈਟਲ ਸੇਜ਼ ਪੰਜਾਬ ਹੈਜ਼ ਗਿਵਨ ਪੀਐਮ ਅਨਦਰ ਚਾਂਸ ਟੂ ਕਰੈਕਟ ਬਲੈਕ ਲਾ ਬਲੰਡ ਹੁਣ ਤੁਸੀਂ ਕੋਰਟ ਬੈਟਲ ਚੋਂ ਅੱਗੇ ਕੀ ਕੱਢ ਲਿਆ ਔਰ ਇੱਕ ਇਨ ਐਗਜ਼ੈਂਪਲ ਹੈ ਸਾਡੇ ਸਾਹਮਣੇ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ 2004 ਕਿਉਂਕਿ 2002 ਦੇ ਵਿੱਚ ਅਮਰਿੰਦਰ ਦੀ ਸਰਕਾਰ ਬਣਦੀ ਹੈ ਬਿਲਕੁਲ ਇਹ ਕਾਨੂੰਨ ਜਿਹੜਾ ਪੰਜਾਬ ਅਸੈਂਬਲੀ ਯੂਨੀਨਿਮਸਲੀ ਪਾਸ ਕਿਉਂਕਿ ਉਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜੀ ਬਣਾਓ ਜਿਹੜਾ ਐਸਵਾਈਐਲ ਕਨਾਲ ਪੰਜਾਬ ਬਣਾਏ ਯੂਨੀਨਿਮਸਲੀ ਔਰ ਉਸ ਦਿਨ ਤੇ ਗਵਰਨਰ ਨੇ ਵਿਸਤਕਾਰ ਦਿੱਤੇ ਸੈਂਟਰ ਕੋਲ ਭੇਜ ਦਿੱਤਾ ਉਹਨੇ ਮਨਮੋਹਨ ਸਿੰਘ ਸੀ ਹਾਲਾਤੋਂ ਕਾਂਗਰਸ ਦੀ ਸਰਕਾਰ ਸੀ ਹੁਣ ਤਾਂ ਮੋਦੀ ਬੈਠਾ ਹੈ ਉੱਥੇ ਜੀ ਉਹਨੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਨਹੀਂ ਭੇਜ ਦਿੱਤਾ ਕਿ ਜੀ ਇਹ ਉਹਨੇ ਸੁਪਰੀਮ ਕੋਰਟ ਨੂੰ ਭੇਜ ਦਿੱਤਾ ਔਰ 2004 ਤੋਂ 16 ਸਾਲ ਹੋ ਗਏ ਨੇ ਉਹ ਤਲਵਾਰ ਵੀ ਸਿਰ ਤੇ ਲਟਕ ਰਹੀ ਹੈ ਕਿ ਹੁਣ ਫੈਸਲਾ ਆਇਆ ਹੁਣ ਪਾਣੀ ਖੋਣਾ ਉੱਥੇ ਕਾ ਲੇਖਨ ਉਹਨਾਂ ਨੂੰ ਇਹ ਹੋ ਗਿਆ ਜੀ ਜਿਹਨੂੰ ਤੁਸੀਂ ਜਿਹਨੂੰ ਵੱਟੇ ਖਾਤੇ ਕਹਿੰਦੇ ਨੇ ਬਾਣੀ ਆ ਉਹਦੇ ਚ ਪਾਣਾ ਛੱਡ ਦਿਓ ਅੱਛਾ ਕਸ਼ਮੀਰ ਲੈ ਲਓ ਕਸ਼ਮੀਰ ਤੋਂ ਇੰਪੋਰਟੈਂਟ ਦਾ ਕੁਝ ਨਹੀਂ ਹੈ ਕਿ ਆਰਟੀਕਲ 370 ਔਰ 35A ਇਹਨਾਂ ਦੇ ਬੇਸਿਕ ਕਨਸਟੀਟਿਊਸ਼ਨ ਦਾ ਹਿੱਸਾ ਹੈ ਆਰਟੀਕਲ 370 5 ਅਗਸਤ 2019 ਨੂੰ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਬਿਲਕੁਲ ਕਨਸਟੀਟਿਊਸ਼ਨ ਦੀਆਂ ਤਾਂ ਜੀਆਂ ਉਡਾਈਆਂ ਜਾਂਦੀਆਂ ਅੱਛਾ ਹੰਡਰਡਸ ਆਫ ਪੈਟੀਸ਼ਨ ਸੁਪਰੀਮ ਕੋਰਟ ਚ ਪਈ ਹੈ ਇੱਕ ਅੱਧੀ ਜਿਹੜੀ ਹੈ ਸ਼ੁਰੂਆਤ ਤੋਂ ਬਾਅਦ ਕਿਉਂ ਸੁਪਰੀਮ ਕੋਰਟ ਦੇ ਜੱਜਾਂ ਕੋਲ ਕੋਈ ਕੁੱਤਾ ਮਰੇ ਜਾਂ ਬਿੱਲੀ ਮਰੇ ਜਾਂ ਜਗਨਨਾਥ ਮੰਦਿਰ ਚ ਉਹਨਾਂ ਨੂੰ ਰਾਤ ਯਾਤਰਾ ਲਈ ਜਿਹੜਾ ਉਹ ਦਿੱਤਾ ਜਾਏ ਔਰ ਕੋਈ ਹੋਰ ਦਿੱਤਾ ਜਾਏ ਸੂ ਮੋਟੋ ਨੋਟਿਸ ਅਦਾਲਤਾਂ ਦੀ ਹੁਣ ਕ੍ਰਿਸ਼ਨ ਜਨਮ ਭੂਮੀ ਜਿਹੜੀ ਆ ਉਹ ਮਸਜਿਦ ਵੀ ਢਾਣੀ ਐ ਇਹਦੇ ਲਈ ਟਾਈਮ ਐ 14 ਮਹੀਨੇ ਚ ਉਹਨਾਂ ਕੋਲ ਕਸ਼ਮੀਰ ਜਨ ਨੂੰ ਇੱਕ ਖੁੱਲੀ ਜੇਲ ਬਣਾਇਆ ਉਹਦੇ ਲਈ ਟਾਈਮ ਨਹੀਂ ਹੈ ਕੌਣ ਨਹੀਂ ਜਾਣਦਾ ਕਿ ਸੁਪਰੀਮ ਕੋਰਟ ਚ ਕੀ ਚੱਲ ਰਿਹਾ ਔਰ ਅੱਗੇ ਕਿੰਨਾ ਕੁ ਜਸਟਿਸ ਜਿਹੜਾ ਪੰਜਾਬ ਦੇ ਮੁੱਦੇ ਤੇ ਜਿੱਥੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਈ ਇਹ ਜਿਹੜਾ ਰਿਵਰਸ ਨੇ ਇਸ ਸਟੇਟ ਸਬਜੈਕਟ ਹੈ ਉਹਦੇ ਵਿੱਚ ਉਹ ਉਹਨਾਂ ਨੂੰ ਅਵਾਰਡ ਕਰਦਾ ਹੈ ਕਿ ਭਾਈ ਇਹਨਾਂ ਨੂੰ ਬਣਾ ਕੇ ਦਿਓ ਤੁਸੀਂ ਕੈਨ ਔਲ ਬਿਲਕੁਲ ਔਰ ਜਿਹੜੇ ਇਹਨਾਂ ਨੇ ਤਿੰਨ ਬਿਲ ਪਾਸ ਕੀਤੇ ਨੇ ਮੈਂ ਉਹਦੀ ਹੁਣ ਡੀਟੇਲ ਚ ਨਹੀਂ ਪੜਾਂਗਾ ਲੇਕਨ ਉਹਦੇ ਵਿੱਚ ਇਹ ਠੀਕ ਹੈ ਕਿ ਜੀ ਉਹਨਾਂ ਨੇ ਜਿਹੜੇ ਸਰਕਾਰ ਦੇ ਨੇ ਉਹ ਤਿੰਨ ਹੀ ਰਿਜੈਕਟ ਕੀਤੇ ਨੇ ਇਧਰ ਵੀ ਉਹਨਾਂ ਨੇ ਕਿਹਾ ਜੀ 3 ਸਾਲ ਦੀ ਜੇ ਕੋਈ मिनिमम सपोर्ट प्राइस ਤੋਂ ਕੱਟ ਲੈਣਾ ਚਾਹੇਗਾ 3 ਸਾਲ ਦੀ ਕੈਦ ਵੀ ਹੋਏਗੀ ਜੁਰਮਾਨਾ ਵੀ ਹੋਏਗਾ ਔਰ ਇਹ ਫਾਰਮਰਸ ਪ੍ਰੋਡਿਊਸਟ ਟ੍ਰੇਡ ਐਂਡ ਕਮਰਸ ਸਪੈਸ਼ਲ ਪ੍ਰੋਵੀਜ਼ਨਸ ਐਂਡ ਪੰਜਾਬ ਐਮੈਂਡਮੈਂਟ ਬਿਲ ਐ ਫਿਰ empowerment ਐਂਡ ਪ੍ਰੋਟੈਕਸ਼ਨ ਐਗਰੀਮੈਂਟ ਔਰ ਪ੍ਰਾਈਸ ਅਸ਼ੋਰੈਂਸ ਐ ਐਸੈਂਸ਼ੀਅਲ ਕਮੋਡਿਟੀਜ਼ ਪ੍ਰੋਵੀਜ਼ਨ ਐਂਡ ਪੰਜਾਬ ਐਮੈਂਡਮੈਂਟ ਬਿਲ ਐ ਕਿ ਭਾਈ ਜਿਹੜੇ ਫਿਕਸ ਸਟਾਕ ਨੇ ਫੂਡ ਗ੍ਰੇਨਸ ਦੇ ਸਟੇਟ ਦੇ ਕੋਲ ਹੋਣਗੇ ਸੈਂਟਰ ਦੀਆਂ ਪਾਵਰ ਜਿਹੜੀਆਂ ਸਟਾਕ ਫਿਕਸ ਕਰਨ ਦੀਆਂ ਨਹੀਂ ਹੋਣਗੀਆਂ ਔਰ ਜਿਹੜਾ ਕੋਈ ਦੀ ਉਲੰਘਣਾ ਕਰੇਗਾ ਉਹਨੂੰ 3 ਸਾਲ 3-3 ਸਾਲ ਦੀ ਕੈਦ ਸਾਰਿਆਂ ਦੀ ਦਿੱਤੀ ਹੋਈ ਹੈ ਔਰ ਇਸ ਸਾਰੇ ਚੋਂ ਹੁਣ ਸਵਾਲ ਇਹ ਹੁੰਦਾ ਹੈ ਕਿ ਵੀ ਇੱਕ ਤਾਂ ਜਵੇਂ ਡਿਬੇਟ ਸੀ ਕਿ ਗਵਰਨਰ ਸਾਈਨ ਕਰੇਗਾ ਕਿ ਨਹੀਂ ਕਰੇਗਾ ਹਾਲਾਂਕਿ ਮੇਰਾ ਕੱਲ ਤੱਕ ਹੀ ਖਿਆਲ ਸੀ ਕਿ ਗਵਰਨਰ ਨਹੀਂ ਕਰੇਗਾ ਪਰ ਜੋ ਹੀ ਇਹ ਬਿੱਲ ਪਾਸ ਹੁੰਦੇ ਨੇ ਮੈਨੂੰ ਲੱਗਦਾ ਹੈ ਵੀ ਸੈਂਟਰ ਨੇ ਔਰ ਖਾਸ ਤੌਰ ਤੇ ਜਿਹੜੀ ਸਿਚੁਏਸ਼ਨ ਚਾਈਨਾ ਦੇ ਨਾਲ ਟਕਰਾਅ ਦੀ ਬਣੀ ਹੋਈ ਐ ਅਸੀਂ ਦੂਸਰੇ ਸੈਗਮੈਂਟਸ 'ਚ ਡਿਸਕਸ ਕਰਾਂਗੇ ਕਿ ਕਿਵੇਂ ਤਾਈਵਾਨ ਦੇ ਮੁੱਦੇ ਤੇ ਇੰਡੀਆ ਟ੍ਰੇਡ ਰਿਲੇਸ਼ਨਸ ਵਧਾ ਰਿਹਾ ਔਰ ਚਾਈਨਾ ਨੇ ਵਾਰਨ ਕੀਤਾ ਹੈ ਇੰਡੀਆ ਨੇ ਵੀ ਕਾਊਂਟਰ ਕੀਤਾ ਹੈ ਔਰ 2+2 ਡਾਇਲੌਗ ਵਾਲੇ ਸੈਕਟਰੀ ਆਫ ਡਿਫੈਂਸ ਐਂਡ ਸੈਕਟਰੀ ਆਫ ਸਟੇਟ ਇੰਡੀਆ ਜਾ ਰਹੇ ਨੇ ਉਸ ਸਾਰੇ ਦੇ ਥੱਲੇ ਹੁਣ ਜੇ ਪੰਜਾਬ ਇਸ ਵੇਲੇ ਇੱਕ ਬਲਦੀ ਭੱਠੀ ਬਣ ਗਿਆ ਹੈ ਰੋਹ ਦੇ ਨਾਲ ਤੇ ਫਿਰ ਜਿਹੜੇ ਉੱਥੇ ਬਿਠਾਏ ਹੋਏ ਨੇ ਸਿੱਖ ਰਜimentਾਂ ਦੇ ਔਰ ਦੂਸਰੇ ਜਿਹੜੇ ਨੇ ਉਹ ਵੀ ਪੰਜਾਬ ਦੇ ਪੁੱਤਰ ਨੇ ਜੇ ਉਹਨਾਂ ਦਾ ਭਰਾ ਉਹਨਾਂ ਦਾ ਪਿਓ ਉਹਨਾਂ ਦੀ ਬੀਬੀ ਉਹਨਾਂ ਦੀ ਭੈਣ ਉਹਨਾਂ ਨੂੰ ਕੋਈ ਫੜੇਗਾ ਜਾਂ ਕੋਈ ਪਰਸੀਕਿਊਸ਼ਨ ਹੋਏਗੀ ਫਿਰ ਉਹ ਉਹ ਤਾਂ ਨਹੀਂ ਨਾ ਇਹਨਾਂ ਦੇ ਲਈ ਲੜਨਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ ਇਹਦੇ باوجود ਕਿ ਵੀ ਉਹਨਾਂ ਨੂੰ ਪਤਾ ਵੀ ਉਹਨਾਂ ਨੇ ਕੀ ਕਰਨਾ ਹੈ ਅਲਟੀਮੇਟਲੀ ਪੰਜਾਬ ਦਾ ਔਰ ਜਿਵੇਂ ਇੱਕ ਉੱਥੇ ਸਪੀਕਰ ਨੇ ਕਿਹਾ ਵੀ ਤੁਸੀਂ ਜਿਹੜਾ ਉਹ ਕੱਢ ਰਹੇ ਹੋ ਹੱਲ ਕਿ ਜੀ ਇਹਨਾਂ ਦਾ ਹੱਲ ਕਿਵੇਂ ਨਿਕਲੇ ਜੇ ਉਹਨਾਂ ਨੇ ਇਹ ਮਿੱਥਿਆ ਹੋਏ ਕਿ ਵੀ ਤੁਹਾਡਾ ਜਿਹੜਾ ਉਹਨਾਂ ਨੇ ਖਾਤਮਾ ਕਰਨਾ ਹੈ ਤੇ ਤੁਸੀਂ ਕਿਨਾਂ ਤੋਂ ਹੱਲ ਲੱਭਦੇ ਹੋ ਜਿਹਨੂੰ ਆਮ ਅਸੀਂ ਜਿਹੜਾ ਉਹ ਪੰਜਾਬੀ ਖਾਣ ਚ ਕਹਿੰਦੇ ਆ ਕਿ ਉਹ ਕਹੇ ਨੱਥ ਕਢਾਣ ਨੂੰ ਤੇ ਉਹ ਫਿਰੇ ਨੱਕ ਵਢਾਣ ਨੂੰ ਹੁਣ ਇਸ ਸਾਰੇ ਚ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦਾ ਜਿਹੜਾ ਕੋਰਸ ਹੈ ਉਹ ਉਹੀ ਵਾਲਾ ਹੋਏਗਾ ਵਾਟਰ ਐਗਰੀਮੈਂਟ ਐਕਟ ਵਾਲਾ ਗਵਰਨਰ ਵੀ ਸਾਈਨ ਕਰ ਸਕਦਾ ਕਿਉਂਕਿ ਜਿਉਂ ਹੀ ਇਹ ਪਾਸ ਹੁੰਦੇ ਨੇ ਔਰ ਜਿਹੜਾ ਨਰਿੰਦਰ ਤੋਮਰ ਇਹਨਾਂ ਦਾ ਐਗਰੀਕਲਚਰ ਮਿਨਿਸਟਰ ਜਿਹੜਾ ਈਵਨ ਕਿਸਾਨਾਂ ਦਾ ਡੈਲੀਗੇਸ਼ਨ ਜਿਹੜਾ ਗਿਆ ਉਹਨੂੰ ਮਿਲਣ ਨਹੀਂ ਆਇਆ ਐਕਸੈਕਟਲੀ ਲੈਵਲ ਤੇ ਤੋੜ ਦਿੱਤਾ ਉਹ ਕਹਿ ਰਿਹਾ ਸੈਂਟਰ ਵਿਲ ਐਗਜ਼ਾਮਿਨ ਪੰਜਾਬ ਲਾਜ਼ ਟੇਕ ਸਟੈਪਸ ਇਨ ਬੈਸਟ ਇੰਟਰਸਟ ਆਫ ਫਾਰਮਰਸ ਤੋਮਰ ਉਹਨੇ ਕਿਹਾ ਜੀ ਜਦੋਂ ਸਾਨੂੰ ਇਹ ਆਣਗੇ ਉਹਨਾਂ ਨੂੰ ਅਸੀਂ ਜਿਹੜਾ ਬਿਲਾ ਨੂੰ ਦੇਖਾਂਗੇ ਕੀ ਹੈਗਾ ਔਰ ਅਸੀਂ ਜਿਹੜੇ ਵੀ ਉਹਦੇ ਲਈ ਜਿਹੜਾ ਆਈ ਹੈਵ ਕਮ ਟੂ نو ਪੰਜਾਬ ਅਸੈਂਬਲੀ ਐਸ ਪਾਸ ਸਰਟਨ farmers reform legislations when these are sent to the center and and the government will examine them and take steps for benefit of farmers so ye gold mold gallan kyunki unan nu ye shayad jis kisam da ro hai punjab jo samajhde si ke vi ye withdraw ho jayega par mainu ye sari khed is layi vi ik nautanki to vad ke kuch nahi lagdi ke jithe amrinder ne itthe ta ye ke ji mai istifa vi jeb ch rakha hai aur assi duja ਹੁਣ ਜਿਹੜੀ ਚੀਜ਼ ਹਰਟ ਕਰ ਰਹੀ ਹੈ ਸੈਂਟਰ ਨੂੰ ਵੀ ਔਰ ਦੂਜਾ ਇਹ ਨਹੀਂ ਕਿ ਤੁਸੀਂ ਡੈਮੋਨਸਟ੍ਰੇਸ਼ਨ ਤਾਂ ਉੱਥੇ ਜਾ ਪ੍ਰੋਟੈਸਟ ਕਰਕੇ ਤੁਸੀਂ ਲਾਇਆ ਹੋਇਆ ਤੰਬੂ ਉੱਥੇ ਬੈਠੇ ਰਹੋ ਦਿਨੇ ਵੀ ਬੈਠੇ ਰਹੋ 6 ਮਹੀਨੇ ਬੈਠੇ ਰਹੋ ਜੀ ਉਹਦਾ ਕੀ ਫਰਕ ਪੈਂਦਾ ਜੰਤਪੰਤ ਰੋਡ ਤੇ ਦਿੱਲੀ ਚ ਲੇਕਿਨ ਸਭ ਤੋਂ ਜ਼ਿਆਦਾ ਤਕਲੀਫ ਹੈ ਰੇਲਾ ਰੁਕੀਆਂ ਹੋਈਆਂ ਜੀ ਵੈਸੇ ਜਿਹੜਾ ਬਾਕੀ ਲਾਈਫ ਨੂੰ ਸਟੈਂਡਸਟਿਲ ਤੇ ਲਿਆਂਦਾ ਹੋਇਆ ਔਰ ਹੁਣ ਇਸ ਸਾਰੇ ਚ ਬਜਾਏ ਕਿ ਇਸ ਪਾਰਟ ਨੂੰ ਕਿ ਸੈਂਟਰ ਨੂੰ ਇਹ ਜੇ ਹੁਣ ਤੁਸੀਂ ਅਸਤੀਵਾ ਦੇਣ ਲਈ ਤਿਆਰ ਹੋ ਤਾਂ ਤੁਸੀਂ ਕਹੋ ਜੀ ਠੀਕ ਹੈ ਪੰਜਾਬ ਦੇ ਫਾਰਮਰਸ ਨੇ ਅਸੀਂ ਨਾਲ ਖੜੇ ਆ ਜੋ ਉਹਨਾਂ ਨੇ ਸਟੈਪ ਲੈਏ ਨੇ ਆਓ ਸਾਨੂੰ ਗ੍ਰਫਤਾਰ ਕਰੋ ਇਹ ਹੁਣ ਰੇਲਾ ਉਦੋਂ ਹੀ ਚੱਲਣ ਗਿਆ ਜਦੋਂ ਤੁਸੀਂ ਇਹ ਸਾਰੇ ਵਾਪਸ ਲਾਓ ਚਲੋ ਜੇ ਉਹਨਾਂ ਦਾ ਹੀ ਨੈਰੇਟਿਵ ਲੈਣਾ ਹੋਵੇ ਪਰ ਹੁਣ ਅਮਰਿੰਦਰ ਸਿੰਘ ਤਾਂ ਕਿਸਾਨਾਂ ਨੂੰ ਇਹ ਅਪੀਲ ਕਰ ਰਿਹਾ ਜੀ ਕਿ ਦੇਖੋ ਅਸੀਂ ਹੁਣ ਕਰਤਾ ਔਰ ਤੁਸੀਂ ਤੁਹਾਡਾ ਹੱਕ ਹੈ ਬਾਕੀ ਪ੍ਰੋਟੈਸਟ ਦਾ ਪਰ ਰੇਲਾ ਤੋਂ ਜਿਹੜਾ ਉਹ ਟਰੈਕਸ ਨੂੰ ਧਰਨੇ ਚੁੱਕੋ ਔਰ ਉਹਨਾਂ ਨੂੰ ਲੰਬਾ ਜੋੜਾ ਉਹ ਸੁਣਾ ਰਿਹਾ ਆਪਣੇ ਭਾਸ਼ਣ ਦੇ ਵਿੱਚ ਕਿ ਵੀ ਲਾਸਸ ਟੂ ਦਾ ਇੰਡਸਟਰੀ ਆਰ ਆਫ 40000 ਕਰੋੜ ਐਂਡ 170 ਲੱਖ ਟਨਸ ਆਫ ਪੈਡੀ ਬੀਇੰਗ ਪ੍ਰੋਕਿਊਰਡ ਥਿਸ ਈਅਰ ਕੈਨ ਬੀ ਅਕਮੋਡੇਟਿਡ ਓਨਲੀ ਇਫ ਦਾ ਟ੍ਰੇਨਸ ਆਰ ਅਲਾਉਡ ਟੂ ਟ੍ਰਾਂਸਫਰ ਦਾ ਪ੍ਰੀਵੀਅਸ ਈਅਰ ਸਟਾਕਸ ਜੇ ਸੇ ਟ੍ਰੇਨਸ ਬੰਦ ਕੀਤੀਆਂ ਕਿ ਵੀ ਇੱਥੋਂ ਜੇ ਸਟਾਕ ਚੁੱਕਣਗੇ ਤੇ ਫਿਰ ਹੀ ਹੋਏਗਾ ਨਹੀਂ ਤਾਂ 40000 ਕਰੋੜ ਦਾ ਇੰਡਸਟਰੀ ਨੂੰ ਲਾਸ ਹੋ ਰਿਹਾ ਹੈ ਔਰ 170 ਲੱਖ ਟਨ ਜਿਹੜੀ ਪੈਡੀ ਹੈ ਉਹ ਇਸ ਸਾਲ ਮਾਰਕੀਟ ਚ ਆਈ ਹੋਈ ਹੈ ਔਰ ਉਹਨੂੰ ਅਸੀਂ ਕਿਵੇਂ ਪ੍ਰੋਕਿਊਰ ਕਰਾਂਗੇ ਸੋ ਇਸ ਸਾਰੇ ਨੂੰ ਉਹਨੇ ਇਹ ਕਹਿ ਕੇ ਇਹ ਉਹਨਾਂ ਦੇ ਉੱਤੇ ਛੱਡ ਦਿੱਤਾ ਹੈ ਕਿ ਜੀ ਦੇਖੋ ਸਾਡੇ ਫਾਰਮਰ ਬਹੁਤ ਸਿਆਣੇ ਨੇ ਜੀ ਉਹ ਪੰਜਾਬ ਦਾ ਭਲਾ ਚਾਹੁੰਦੇ ਨੇ ਉਹ ਪੰਜਾਬ ਦੀ ਤਬਾਹੀ ਥੋੜੀ ਚਾਹਣਗੇ ਉਹ ਤਾਂ ਚਾਹਣਗੇ ਕਿ ਵੀ ਇਹ ਜਿਹੜਾ ਉਸ ਨੂੰ ਕਰੋ ਰਾਜੀ ਮੇਰੇ ਕਿਉਂਕਿ ਇਸ ਸਬਜੈਕਟ ਦੇ ਆਣ ਤੋਂ ਬਾਅਦ ਬਹੁਤ ਸਾਰੇ ਵੀਰਾਂ ਪੜਾਣਾਂ ਦੀਆਂ ਕਾਲਮ ਵੀ ਸਨ ਵੀਰ ਨਰਿੰਦਰ ਸਿੰਘ ਵਰਜੀਨੀਆਂ ਤੋਂ ਉਹਨਾਂ ਦੇ ਵੀ ਮੈਂ ਇੰਪੋਰਟ ਹਮੇਸ਼ਾ ਕੀਮਤੀ ਹੁੰਦੀ ਹੈ ਉਹਨਾਂ ਦੀ ਕਾਲ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਔਰ ਇਹੀ ਜਿੰਨਿਆਂ ਕੋ ਨੂੰ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਘੱਟੋ ਘਾਟ ਡਾਇਸਪੋਰਜ ਬੈਠੇ ਸਿੱਖ ਹੋ ਗਏ ਅ ਪੀਰੀਅਡ ਆਫ ਟਾਈਮ ਮੱਚ ਮੱਚ ਮੈਚੁਰ ਔਰ ਵਾਈਜ਼ਰ ਹੋਏ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਭਾਈ ਇਹ ਇੱਕ ਵਾਰ ਇਹ ਇਹਨਾਂ ਦਾ ਸਾਰੀ ਇਹ ਗੇਮ ਰਲ ਕੇ ਖੇਡ ਰਹੇ ਨੇ ਔਰ ਵਾਂਸ ਟੂ ਸੀ ਉਥੋਂ ਚੁੱਕ ਲਿਆ ਬਾਅਦ ਚ ਤ ਸਭ ਕੁਝ ਖਿੰਡ ਪੁੰਡ ਜਾਏਗਾ ਜਿੱਤ ਕੇ ਉਹ ਅੱਗੇ ਹੀ ਕਹਿ ਰਹੇ ਨੇ ਜੀ ਅਸੀਂ ਲੰਬੀ ਕਾਨੂੰਨੀ ਲੜਾਈ ਦੇ ਲਈ ਤਿਆਰ ਹੈ ਔਰ ਇਸ ਸਾਰੇ ਚੋਂ ਤੁਸੀਂ ਇੱਕ ਪਾਸੇ ਇਹ ਦੇਖੋ ਕਿ ਵੀ ਜੇ ਸੱਚਮੁੱਚ ਹੀ ਇਹ ਵਰੀ ਸਮ ਹੁੰਦਾ ਹੈ ਅੱਜ ਹੀ ਮੋਦੀ ਨੇ ਨੇਸ਼ਨ ਨੂੰ ਐਡਰੈਸ ਕਰਨ ਲਈ ਐਨ ਜਦੋਂ ਪੰਜਾਬ ਐਸੈਂਬਲੀ ਜਿਹੜੀ ਹੈ ਉਹ ਪਾਸ ਕਰ ਚੁੱਕੀ ਤੇ ਸ਼ਾਮ 6 ਵਜੇ ਦਾ ਟਾਈਮ ਉਹਨੇ ਨੇਸ਼ਨ ਨੂੰ ਐਡਰੈਸ ਕੀਤਾ ਲਗਭਗ ਮੇਰੇ ਖਿਆਲ ਹੈ 12 13 ਮਿੰਟ ਦੀ ਜਿਹੜੀ ਹੈ ਉਨੇ ਐਡਰੈਸ ਕੀਤਾ ਕਰੋਨਾ ਵਾਇਰਸ ਅਸੀਂ ਜਿੱਤ ਲਿਆ ਅਸੀਂ ਬਣਾ ਦੇਾਂਗੇ ਸਭ ਤੱਕ ਵੈਕਸੀਨ ਪਹੁੰਚਾ ਦੇਾਂਗੇ ਨਾਲ ਦੀ ਨਾਲ ਔਰ ਬਹੁਤ ਸਾਰਿਆਂ ਨੇ ਜਦੋਂ ਕਿ ਈਵਨ ਅਮਰਿੰਦਰ ਸਿੰਘ মিডিਆ ਨੂੰ ਐਡਰੈਸ ਕਰ ਰਿਹਾ ਸੀ ਗਵਰਨਰ ਨੂੰ ਮਿਲਣ ਤੋਂ ਬਾਅਦ ਤੇ ਪੱਤਰਕਾਰਾਂ ਨੂੰ ਸੀ ਕਿ ਸ਼ਾਇਦ ਅੱਜ ਮੋਦੀ ਕੋਈ ਖਾਸ ਅਨਾਉਂਸਮੈਂਟ ਕਰੇ ਫਾਰਮਰਜ਼ ਲਈ ਤੇ ਉਹਨਾਂ ਨੇ ਅਮਰਿੰਦਰ ਨੂੰ ਵੀ ਪੁੱਛਿਆ ਕਿ ਜੀ ਉਹ ਕੀ ਉਹ ਕਹਿੰਦੇ ਮੈਨੂੰ ਕੀ ਪਤਾ ਕੀ ਕਹਿਣ ਵਾਲਾ ਜੇ ਤੁਹਾਨੂੰ ਬਰੀਫ ਕੀਤਾ ਦੱਸ ਦਿਓ ਲੇਕਿਨ ਉਹਨੇ ਇੱਕ ਲਾਈਨ ਵੀ ਉਨੇ ਸਿਰਫ ਕਬੀਰ ਸਾਹਿਬ ਦਾ ਇੱਕ ਕੋਰਟ ਉਹ ਵੀ ਕਿਉਂਕਿ ਉਹ ਕੋਵਿਡ 19 ਦੇ ਹਵਾਲੇ ਉਧੇ ਜੀ ਆਪਣੀ ਜਿੱਤ ਦੱਸ ਰਿਹਾ ਹੈ ਅਮਰੀਕਾ ਨਾਲ ਬ੍ਰਾਜ਼ੀਲ ਨਾਲ ਔਰ ਫਿਲੀਪੀਨ ਨਾਲ ਆਪਣੀਆਂ ਫਿਗਰਸ ਕੰਪੇਅਰ ਕਰ ਰਿਹਾ ਹੈ ਕਿ ਜੀ ਦੇਖੋ ਉੱਥੇ ਮਿਲੀਅਨ ਚ ਇਹਨੇ ਮਰੇ ਅਸੀਂ ਤਾਂ ਬਹੁਤ ਘੱਟ ਸਾਡੀਆਂ ਮੋਰਟੈਲਿਟੀਆਂ ਔਰ ਅਸੀਂ ਹੁਣ ਵਰਕ ਕਰ ਰਹੇ ਆਂ ਵੈਕਸੀਨ ਪਹੁੰਚਾਉਣ ਦੇ ਲਈ ਹੱਥ ਵੀ ਧੋਵੋ ਮੂੰਹ ਵੀ ਧੋਵੋ ਔਰ ਦੂਸਰਾ ਵੀ ਕਰੋ ਉਹਦੇ ਚ ਨੇ ਕਿਹਾ ਕਿ ਜੀ ਬੇਸ਼ੱਕ ਲੱਗਦਾ ਵੀ ਚਲੀ ਗਈ ਕੋਵਿਡ ਕਿਤੇ ਨਹੀਂ ਗਈ ਔਰ ਉਹਦੇ ਚ ਉਹਨਾਂ ਨੇ ਭਗਤ ਕਬੀਰ ਦਾ ਇੱਕ ਜਿਹੜਾ ਦੁਹਰਾ ਕੇ ਜੀ ਜਿਹੜਾ ਕਿਸਾਨ ਹੈ ਸਮਝਦਾ ਹੈ ਕਿ ਜੀ ਜਦੋਂ ਉਸ ਦੇ ਖੇਤ ਦੇ ਵਿੱਚ ਫਸਲ ਪੱਕੀ ਹੋਈ ਹੈ ਉਹ ਬੜੇ ਮਾਣ ਨਾਲ ਮਹਿਸੂਸ ਕਰਦਾ ਹੈ ਕਿ ਭਈ ਮੈਂ ਜਿਹੜਾ ਮੇਰੀ ਫਸਲ ਪੱਕ ਗਈ ਹੈ ਔਰ ਮੈਂ ਹੁਣ ਸੁਰਖ ਰੂ ਹਾਂ ਪਰ ਉਹ ਜਿਹੜਾ ਉਹ ਉਦੋਂ ਹੀ ਸੁਰਖ ਰੂ ਹੋਏਗਾ ਜਦੋਂ ਕਿ ਉਹਦੀ ਉਹ ਫਸਲ ਜਿਹੜੀ ਆ ਉਹ ਘਰ ਆਏਗੀ ਨਹੀਂ ਤਾਂ ਜਿਹੜਾ ਉਹ ਗਰਭ ਦੇ ਵਿੱਚ ਮਾਰਿਆ ਜਾ ਸਕਦਾ ਖੜੀ ਫਸਲ ਦੇ ਉੱਤੇ ਵੀ ਘੜੇ ਮਾਰ ਹੋ ਇਸ ਕਿਸਮ ਦੀ ਡਰਾਮੇਬਾਜ਼ੀ ਕਰ ਨੋਟ ਅ ਸਿੰਗਲ ਵਰਡ ਸੋ ਉਹਦੇ ਤੋਂ ਦੋ ਹੀ ਨੇ ਕਿ ਵੀ ਇੱਕ ਤਾਂ ਇਹ ਹੈ ਕਿ ਵੀ ਉਹਨਾਂ ਨੇ ਫੈਸਲਾ ਕੀਤਾ ਹੈ ਉਹਨਾਂ ਨੇ ਕੀ ਕਰਨਾ ਹੈ ਬਿਲਕੁਲ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿਉਂਕਿ ਕਸ਼ਮੀਰ ਨੇ ਉਹਨਾਂ ਦੇ ਨੂੰ ਜਿਹੜਾ ਉਹ ਹੌਸਲਾ ਦਿੰਦਾ ਹੈ ਕਿ ਭਾਈ ਕੀ ਕਰ ਲਿਆ ਦੁਨੀਆ ਨੇ ਤੇ ਦੂਸਰਾ ਇਹ ਹੈ ਵੀ ਉਹਨੂੰ ਪਤਾ ਹੈ ਵੀ ਇਹ ਸਾਰੇ ਹੀ ਪਲੇਅਰ ਜਿਹੜੇ ਨੇ ਉਹਦੀ ਗੇਮ ਹੀ ਖੇਡ ਰਹੇ ਨੇ ਤੇ ਅਲਟੀਮੇਟਲੀ ਇਹ ਜਿੱਥੇ ਮਰਜੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਵੇਂ ਉਹ ਜਿਹੜੀ ਉਹ ਚਾਬੀ ਵਾਲੀ ਕਾਰ ਹੁੰਦੀ ਸੀ ਉਹ ਤੁਸੀਂ ਛੱਡ ਦਿਓ ਤੇ ਉਹਨੇ ਉਹਨਾਂ ਕੀ ਜਾਣਾ ਹੁੰਦਾ ਸੀ ਜਿੰਨੇ ਚਾਬੀ ਭਰੀ ਹੋਈ ਹੈ ਕਿਤੇ ਹਰ ਚਾਬੀ ਭਰੀ ਹੈ ਤੇ ਉਹਨੂੰ ਆ ਕੇ ਮੁੜ ਕੇ ਸਾਡੇ ਕੋਲ ਹੀ ਆਣੇ ਚਾਬੀ ਪਰਵਾਣ ਦੇ ਲਈ ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਾਨੂੰ ਅ ਚੁੱਕਣੇ ਹੋਣ ਦੀ ਲੋੜ ਹੈ ਬਿਲਕੁਲ ਔਰ ਇਸ ਸਾਰੇ ਚੋਂ ਇਹ ਦਬਾਅ ਬਣਿਆ ਰਹਿਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਜਿਹੜਾ ਉਹ ਬਿਲਕੁਲ ਟਿੱਲ ਨਹੀਂ ਦੇਣੀ ਚਾਹੀਦੀ ਦਾ ਮੂਮੈਂਟ ਉਹਨਾਂ ਨੇ ਆਪਣਾ ਇਹ ਟਰੈਕਸ ਔਰ ਉਤੋਂ ਉੱਠੇ ਤੇ ਹਕੂਮਤ ਦੇ ਲਈ ਜਿਹੜਾ ਇਹ ਇਹਨਾਂ ਦੀ ਵਿਕਟਰੀ ਹੋਏਗੀ ਔਰ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਭਾਈ ਇਸ ਵਾਰ ਅਸੀਂ ਜਿੱਤੀ ਬਾਜ਼ੀ ਜਿੱਤ ਦੇ ਵਿੱਚ ਔਰ ਇਹ ਵੀ ਜਿੱਤ ਨਹੀਂ ਹੈ ਜੇ ਉਹਨਾਂ ਨੂੰ ਤੰਨਾ ਨੂੰ ਰੱਦ ਵੀ ਕਰ ਦਿੰਦੇ ਨੇ ਖੇਤੀਬਾੜੀ ਕਾਨੂੰਨ ਵਾਪਸ ਵੀ ਲੈ ਲੈਂਦੇ ਨੇ ਜਿਹਦੀਆਂ ਕੋਈ ਪੋਸੀਬਿਲਟੀਜ਼ ਨਹੀਂ ਨਜ਼ਰ ਆਉਂਦੀਆਂ ਤੇ ਉਹ ਵੀ ਜੈਸੇ ਥੇ ਵਾਲੀ ਹੈ ਲੁੱਟ ਖਸੁੱਟ ਤਾਂ ਵੈਸੀ ਹੀ ਚੱਲ ਰਹੀ ਹੈ ਆਲਰੇਡੀ ਉਸ ਕਿਸਮ ਦੀ ਲੁੱਟ ਦਾ ਕੰਮ ਉਹਨਾਂ ਦਾ ਉਹ ਵੀ ਕਰ ਰਹੇ ਨੇ ਇਧਰ ਵੀ ਇਹਨਾਂ ਦੀ ਜਿਹੜੀ ਸਟੇਟ ਕਰ ਰਹੀ ਹੈ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਚਾਰ ਚਫੇਰੇ ਸਾਡੇ ਦਿਮਾਗਾਂ ਦੇ ਵਿੱਚ ਘੁੱਗੂ ਵੱਜਣਾ ਚਾਹੀਦਾ ਹੈ ਅਲਾਰਮ ਵੱਜਣਾ ਚਾਹੀਦਾ ਹੈ ਜਾਗਦੇ ਰਹੋ ਜਾਗਦੇ ਹੋਰ ਵੈਸੇ ਅਸੀਂ ਕਿਥੇ ਕੂਗੂ ਬਣ ਕੇ ਨਾ ਬਹਿ ਜਾਈਏ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੌਥਲਨ ਅਪਰੇਕ ਪਹਿਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਵੀ ਇਹ ਤੇ ਬੇਨਤੀ ਕਰਦੀ ਵੀਵਰਜ਼ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਰਿਹਾ ਸੋ ਅਸੀਂ ਚਾਹਾਂਗੇ ਕਿ ਜਿਹੜੀ ਇਹ ਆਵਾਜ਼ ਹੈ ਇਸੇ ਤਰ੍ਹਾਂ ਬੁਲੰਦ ਰਹੇ ਤਾਂ ਤੁਸੀਂ ਵਾਤ ਤੋਂ ਵਾਤ ਟੀਵੀ 84 ਨੂੰ ਸਪੋਰਟ ਕਰੋ ਮਾਈਕ ਸਾਥਾ ਕਰੋ ਆਪਣੀ ਮਾਈਕ ਸਾਥਾ ਸਾਡੀ ਬਸ ਟੀਵੀ 84 ਟਾਰ ਟੀਵੀ ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਹਨੀਓ ਲੌਂਗ ਆਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਥੈਂਕ ਯੂ ਸੋ ਮਚ ਵੀਵਰਜ਼ ਵਿਚਾਰਾਂ ਦਾ سلسلہ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਜਿਹੇ ਵਕਤ ਬਾਅਦ 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰੰਦੇ ਹਰੀ ਕੁ ਵਿਅਕਤੀ ਦੀ ਇੱਕ ਗਿਣਤੀ ਹੈ 2020 ਦੀ ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ 675 ਬਿਲੀਅਨ ਡਾਲਰ ਤੋਂ ਵੱਧ ਸੰਗੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ ਤੁਸੀਂ ਇੱਕ ਕੰਪਿਊਟਰ ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ ਤੁਹਾਡੀ ਜਾਣਕਾਰੀ ਗੁਪਤ ਹੈ ਆਪਣੇ ਆਪ ਨੂੰ ਸਿੱਖਾ ਵਜੋ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮ ਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ ਬਹੁਤ ਬਹੁਤ ਧੰਨਵਾਦੀ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੀਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੀਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕਵਿਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ Asif Management Commercial Real Estate Investment LLC ਸਾਰੀਆਂ ਸੇਵਾਵਾਂ ਲਈ ਅਮਰੀਕਾ ਭਾਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ٹرسٹ 701 ਨਾਰਥ ਪੋਸਟਓਕ ਰੋਡ ਸੂਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 127 ਤੇ ਵੀ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰਿਅਲਿਟੀ ਸਰਵਿਸਿਜ਼ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵੀਵਰਜ਼ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਹੋਰ ਬਤਾਂਦੇ ਹਾਂ ਦੂਸਰੇ ਅਹਿਮ ਮੁੱਦੇ ਦੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਅਮਰੀਕਾ ਦੇ ਮੋਢਿਆਂ ਤੇ ਚੜ ਕੇ ਭਾਰਤ ਜੜਾਇਓ ਉਹ ਚੀਨ ਦੇ ਖਿਲਾਫ ਜੜੀ ਲਗਾਤਾਰਤਾ ਨਾਲ ੜਕਾਉ ਜੜਾ ਮਾਹੌਲ ਹੈ ਉਸ ਸਿੱਤਰੇ ਅਤੇ ਤਾਈਵਾਨ ਨਾਲ ਵੀ ਭਾਰਤ ਨੇ ਮਪਾਲਕ ਜਿਹੜੇ ਸਬੰਧ ਨੇ ਉਹ ਅੱਗੇ ਤੋਰੇ ਹੋਏ ਨੇ ਜਿਸ ਨੂੰ ਲੈ ਕੇ ਚੀਨ ਨੇ ਭਾਰਤ ਨੂੰ ਇਸ ਦੇ ਸਿੱਧੀ ਜਿਹੜੀ ਧਮਕੀ ਆ ਉਹ ਦਿੱਤੀ ਹੈ ਜਦੋਂ ਕਿ ਭਾਰਤ ਦਾ ਕਹਿਣਾ ਹੈ ਕਿ ਚੀਨ ਆ ਭਾਰਤੀ ਮਾਮਲਿਆਂ ਤੋਂ ਦੂਰ ਰਹੇ ਅਸੀਂ ਆਪਣੇ ਜਿਹੜੇ ਫੈਸਲੇ ਨੇ ਖੁੱਦ ਲਈ ਆਜ਼ਾਦ ਹਾਂ ਚੀਨ ਸਾਡੇ ਮਾਮਲਿਆਂ ਵਿੱਚ ਜੜੀ ਇਹ ਦਖਲ ਅੰਦਾਜ਼ੀ ਨਾ ਕਰੇ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ ਅਹ ਦੇਖੋ ਅਸੀਂ ਕੱਲ ਇੱਕ ਆਪਣਾ ਸਾਡਾ ਓਪਨਿੰਗ ਸੈਗਮੈਂਟ ਕਾਫੀ ਡੀਟੇਲਸ ਉਸ ਖਿੱਤੇ ਦੇ ਹਾਲਾਤ ਨੂੰ ਲੈ ਕੇ ਸੀ ਜੀ ਉਹਦੇ ਵਿੱਚ ਜ਼ਾਹਰ ਹੈ ਕਿ ਕੁਆਡ ਉਹਦੇ ਥੱਲੇ ਆਸਟ੍ਰੇਲੀਆ ਨੂੰ ਪਰਮਾਨੈਂਟਲੀ ਮਾਲਾਬਾਰ ਐਕਸਰਸਾਈਜ਼ਸ ਦੇ ਵਿੱਚ ਸ਼ਾਮਲ ਕਰਨਾ ਜਿਹੜਾ ਫੈਸਲਾ ਭਾਰਤ ਨੇ ਕੀਤਾ ਜੀ ਫਿਰ ਅਸੀਂ ਦੇਖ ਰਹੇ ਹਾਂ ਕਿ 3 ਨਵੰਬਰ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੇ ਉਹ ਠੀਕ 4 ਦਿਨ ਪਹਿਲਾਂ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਔਰ ਸੈਕਟਰੀ ਆਫ ਸਟੇਟ ਦੋਨੋਂ ਹੀ ਉਹ ਦਿੱਲੀ ਟਰੈਵਲ ਕਰ ਰਹੇ ਨੇ ਪਹਿਲਾਂ ਸੀ ਕਿ ਉੱਥੋਂ ਬੰਗਲਾਦੇਸ਼ ਚ ਜਾਣਗੇ ਹੁਣ ਇਹ ਵੀ ਆਇਆ ਹੈ ਕਿ ਉਹ ਜਿਹੜੇ ਨੇ ਮਾਲਦੀਵਸ ਵੀ ਜਾ ਰਹੇ ਨੇ ਔਰ ਉਹਦੇ ਚ ਜਿਹੜੀ ਆਲਰੇਡੀ ਇਹਨਾਂ ਨੇ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲ ਔਰ ਸਾਊਥ ਚਾਈਨਾ ਸੀ ਔਰ ਉਸ ਪੈਸਿਫਿਕ ਓਸ਼ਨ ਦੇ ਵਿੱਚ ਜੋ ਇਹਨਾਂ ਦਾ ਰੋਲ ਹੈ ਆਂਡੀਆਂ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਦਾ ਇੱਕ ਪਿਆਦਾ ਬਣਿਆ ਹੋਇਆ ਉਹਨੂੰ ਅੱਗੇ ਤੋਰਨ ਦੀ ਹੈ ਜ਼ाहਰ ਹੈ ਕੁਝ ਹੋਰ ਵੀ ਐਗਰੀਮੈਂਟ ਹਥਿਆਰਾਂ ਨੂੰ ਵੇਚਣ-ਬੂਚਣ ਦੀ ਗੱਲ ਵੀ ਹੋਏਗੀ ਹਾਲ ਤਾਂ ਹੁਣ ਇਸ ਹੱਦ ਤੱਕ ਹੈ ਕਿ ਉਹ ਜਿਹੜਾ ਬਿਲਕੁਲ ਬੰਦ ਲਿਆ ਹੋਇਆ મોદી ਆਪਣਾ ਜਿਹੜਾ ਉਹਦੀ ਉਸੀ ਸ਼ਕਲ ਦੇਖੋ ਕੀ ਬਣਿਆ ਹੋਇਆ ਔਰ ਇਹ ਕਹਿ ਕੇ ਜੀ ਸੈਲਫ ਡਿਪੈਂਡੈਂਟ ਭਾਰਤ ਆਤਮ ਨਿਰਭਰ ਭਾਰਤ ਔਰ ਅੱਜ ਦੀ ਖਬਰ ਹੀ ਹੈ ਕਿ ਵੀ ਹੁਣ ਉਹ ਜਿਹੜੇ ਫੌਜੀ ਉੱਥੇ ਸੁੱਟੇ ਹੋਏ ਨੇ ਲਦਾਖ ਦੇ ਉੱਤੇ ਲੱਖ ਉਹਨਾਂ ਚੋਂ ਉਹ ਟੈਂਪਰੇਚਰ ਉੱਥੇ ਕਿੱਥੇ ਬਿਲਕੁਲ ਬਿਲੋ 16000 ਫੀਟ ਦੇ ਉੱਤੇ ਉਹਨਾਂ ਕੋਲ ਚਾਜ ਦੇ ਕੱਪੜੇ ਨਹੀਂ ਹੈ ਅਮਰੀਕਾ ਤੋਂ ਐਸਓਐਸ ਭੇਜ ਕੇ ਉਹਨਾਂ ਨੇ ਜੈਕਰ ਸੁਮਗਵਾਈਏ ਕਿ ਵੀ ਉਹਨਾਂ ਨੂੰ ਜਿਹੜੀਆਂ ਵਿੰਟਰ ਤੋਂ ਬਚਾਣ ਗਿਆ ਔਰ ਇਹ ਹੈ ਜੀ ਇਨੀਆਂ 30000 ਆ ਗਈਆਂ ਬਾਕੀ ਆਉਣ ਦਾ ਵੇ ਨੇ ਵੀ ਤੁਹਾਨੂੰ ਪਾਣ ਦੇ ਕਪੜੇ ਨਹੀਂ ਨੇ ਉਹੀ ਹਾਲ ਤੁਹਾਡਾ ਉਹ ਹੰਗਰ ਗਲੋਬਲ ਹੰਗਰ ਇੰਡੈਕਸ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਭੁੱਖੇ ਤੁਹਾਡੇ ਨੇ ਔਰ ਕਿਸ ਹੱਦ ਤੱਕ ਤੁਹਾਡਾ ਓਵਰ ਆਲ ਜਲੂਸ ਨਿਕਲਿਆ ਹੋਇਆ ਕਿੱਥੇ ਤੁਸੀਂ ਸੁਪਰ ਪਾਵਰ ਚੀਨ ਔਰ ਅਮਰੀਕਾ ਨਾਲ ਟੱਕਰਾ ਕਰਦੇ ਸੀ ਔਰ ਪ੍ਰੋਜੈਕਸ਼ਨਸ ਨੇ ਕਿ ਤੁਸੀਂ ਬੰਗਲਾਦੇਸ਼ ਜਿਹੜਾ ਉਹ ਸਾਊਥ ਏਸ਼ੀਆ ਦੀ ਤੁਹਾਡੀ ਸੁਪਰ ਪਾਵਰ ਇਕਨੋਮਿਕਲ ਹੋਏਗੀ ਇਹਨਾਂ ਹਾਲਾਤਾਂ ਚ ਵੀ ਜਿਵੇਂ ਇਸ ਨੂੰ ਇੱਕ ਤਾਂ ਪੰਜਾਬੀ ਚ ਇਹ ਕਹਿੰਦੇ ਨੇ ਕਿ ਵੀ ਜਿਹੜਾ ਉਹ ਜਿਹੜਾ ਰੱਸੀ ਸੜ ਜਾਂਦੀ ਹੈ ਟਵਲ ਨਹੀਂ ਜਾਂਦਾ ਹਾਂ ਉਹਦਾ ਵੱਟ ਨਹੀਂ ਜਾਂਦਾ ਕਿਉਂਕਿ ਹੁਣ ਇਹਦਾ ਵੀ ਇਹ ਹੈ ਕਿ ਬੈ ਪਈ ਹੈ ਉਹ ਸੜ ਗਈ ਪਰ ਸੜੀ ਦੇ ਵੀ ਤੁਸੀਂ ਸਵਾਦ ਉਹ ਦਿਓ ਵੱਟ ਉਹਦੇ ਚ ਪਿਆ ਹੁੰਦਾ ਕਿ ਵੀ ਇਹਨਾਂ ਦਾ ਬਿਲਕੁਲ ਜਲੂਸ ਨਿਕਲਿਆ ਹੋਇਆ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਔਰ ਅਸੀਂ ਜਿਵੇਂ ਇੱਕ ਤਾਈਵਾਨ ਦੇ ਹਵਾਲੇ ਨਾਲ ਗੱਲਬਾਤ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਅੱਛਾ ਕਿ ਕਿਵੇਂ ਤਾਈਵਾਨ ਨੂੰ ਲੈ ਕੇ ਚਾਈਨਾ ਦੀ ਸੈਂਸਿਟੀਵਿਟੀ ਕੀ ਹੈ ਬਿਲਕੁਲ ਔਰ ਭਾਰਤ ਨੇ ਵੀ ਜਿਹੜਾ ਆਫੀਸ਼ੀਅਲ ਪੋਜੀਸ਼ਨ ਚਾਈਨਾ ਦੇ ਨਾਲ ਉਹਦੇ ਵਿੱਚ ਵਨ ਚਾਈਨਾ ਪਾਲਿਸੀ ਹੈ ਅਮਰੀਕਾ ਦੇ ਨਾਲ ਵੀ ਹੈ ਪਰ ਕਿਉਂਕਿ ਹੁਣ ਅਮਰੀਕਾ ਨੇ ਉਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਚਾਈਨਾ ਨੂੰ ਰੈਟਲ ਕਰਨ ਦੀ ਵੀ ਹੈ ਉਹਨੂੰ ਕੰਟੇਨ ਕਰਨ ਦੀ ਵੀ ਹੈ ਔਰ ਬੈਲਟ ਐਂਡ ਰੋਡ ਇਨੀਸ਼ੀਏਟਿਵ ਨੂੰ ਰੋਕਣ ਦੀ ਵੀ ਹੈ ਇਸ ਸਾਰੇ ਦੇ ਥੱਲੇ ਜਿਹੜੇ ਦੋ ਤਿੰਨ ਕਾਰਡ ਉਹਨਾਂ ਨੇ ਕੱਢੇ ਨੇ ਹਾਲਤ ਤੇ ਬਦ ਕਾਰਡ ਟਰੰਪ ਨੇ ਆਪਣੇ ਐਡਮਿਨਿਸਟ੍ਰੇਸ਼ਨ ਵੇਲੇ ਕਦੇ ਵੀ ਉਹਨੂੰ ਇਹ 3.5 ਸਾਲ ਚ ਮਿਲਿਆ ਨਹੀਂ ਇਹ ਦলাই লামੇ ਨੂੰ ਹੁਣ ਔਰਫੇ ਸደን ਤੁਸੀਂ ਦੇਖੋਗੇ ਕਿ ਤਿੱਬਤ ਫੈਕਟਰ ਦੇ ਉੱਤੇ ਵੀ ਗੱਲ ਹੋਣੀ ਸ਼ੁਰੂ ਹੋ ਗਈ ਹੈ ਲੇਕਿਨ ਸਿੰਘ ਕਿਆਂਕ ਜਿਹੜਾ ਜਿਹਦੇ ਚ ਉਹਨਾਂ ਦੇ ਤੁਰਕੀ origin ਦੇ ਟਰਕਿਸ਼ ਜਾਂ ਵਿਆਗਰ ਉਹਨਾਂ ਨੂੰ ਸ਼ਾਇਦ ਵਾਇਗਰ ਜਾਂ ਵਿਆਗਰ ਕਹਿੰਦੇ ਨੇ ਮੁਸਲਮਾਨ ਨੇ ਉਜਗਰ ਉਹਨਾਂ ਦੇ ਉੱਤੇ ਜ਼ੁਲਮ ਤਾਂ ਕਰਦੇ ਨੇ ਚੀਨ ਵਾਲੇ ਲੇਕਿਨ ਉਹਨੂੰ ਇਸ਼ੂ ਬਣਾ ਕੇ ਜਿਵੇਂ ਯੂਐਸ ਕਾਂਗਰਸ ਨੇ ਵੀ ਕੀਤਾ ਕਿ ਜੀ ਦੇਖੋ ਉਹਨਾਂ ਦੇ ਉਹ ਰਾਈਟ ਵਾਇਲੇਟ ਕਿਉਂਕਿ ਉਹ ਵੀ ਚੀਨ ਨੂੰ ਰੈਟਲ ਕਰਨ ਲਈ ਹੈ ਕਿਉਂਕਿ ਉਹੀ ਉਦੇ ਰਾਈ ਤੁਸੀਂ ਕੋਰਾ ਕਰਮ اور ਦੂਸਰਾ ਸਾਰਾ ਜਿਹੜਾ ਬਾਰਡਰ ਵੀ ਲੱਗਦਾ ਹੈ ਇਧਰੋਂ ਅਫਗਾਨਿਸਤਾਨ ਨਾਲ ਪਾਕਿਸਤਾਨ ਉਹੀ ਖੁੰਜੇ ਦਾ ਪ੍ਰੋਵਿੰਸ ਹੈ ਔਰ ਬੜਾ ਰਿਚ ਹੈ ਵਿਦ ਮਿਨਰਲਸ ਐਂਡ ఎవਰੀਥਿੰਗ ਔਰ ਨਾਲ ਦੀ ਨਾਲ ਜਿਵੇਂ ਤਾਈਵਾਨ ਜਿਹੜਾ ਫਾਰਮੂਸਾ ਸੀ ਜਿੱਥੇ ਚਾਂਕਾਈ ਸ਼ੇਕ ਦੌੜ ਗਿਆ ਸੀ ਉਹਨਾਂ ਦਾ ਕਲਚਰਲ ਟ੍ਰੇਜਰ ਲੈ ਕੇ ਵੀ ਔਰ ਓਵਰ ਅ ਪੀਰੀਅਡ ਆਫ ਟਾਈਮ ਉਹ ਉਹਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਹੀ ਕਹਿੰਦੇ ਰਹੇ ਹਾਲਾਂਕਿ ਤੁਸੀਂ ਉਹਨਾਂ ਦਾ ਨਕਸ਼ਾ ਵੀ ਜਿਹੜਾ ਤਾਈਵਾਨ ਕਿਉਂਕਿ ਉਹ ਆਪਣੇ ਆਪ ਨੂੰ ਅਸਲੀ ਪੀਪਲਜ਼ ਰਿਪਬਲਿਕ ਆਫ ਚਾਈਨਾ ਕਹਿੰਦੇ ਨੇ ਉਹਦੇ 'ਚ ਵੀ ਅਕਸਾਈ ਚਨ ਲਦਾਖ ਦੂਜਾ ਉਹ ਤਿੱਬਦਾ ਜਿਹੜਾ ਉਹ ਚੀਨ ਦਾ ਹਿੱਸਾ ਦੱਸਿਆ ਹੋਇਆ ਲੇਕਿਨ ਇਹਨਾਂ ਨੇ ਤਾਂ ਕੋਈ ਸ਼ਰਮ ਨਹੀਂ ਹੈ ਇਹਨਾਂ ਨੇ ਇਹਨਾਂ ਦੀ ਖੇਡ ਖੇਡਣੀ ਹੈ ਉਹ ਕਹਿੰਦੇ ਪਹਿਲਾਂ ਉਹਨਾਂ ਦਾ ਨਕਸ਼ਾ ਕਰੈਕਟ ਕਰਾ ਲਓ ਤੁਸੀਂ ਤਾਂ ਚੀਨ ਨੂੰ ਕਹਿੰਦੇ ਹੋ ਜੀ ਉਹਨੇ ਅਕਸਾਈ ਚੇਨ ਜਾਂ ਦੂਜਾ ਦੱਸਿਆ ਹੈ ਲੇਕਿਨ ਇਹ ਇਸ ਵੇਲੇ ਕਿਉਂਕਿ ਜਦੋਂ ਤੁਸੀਂ ਗੇਸੇ ਦੇ ਪਿਆਦੇ ਬਣ ਜਾਂਦੇ ਹੋ ਫਿਰ ਤੁਸੀਂ ਉਸੇ ਦੀ ਖੇਡ ਖੇਡਦੇ ਹੋਰ ਐਗਜ਼ੈਕਟਲੀ ਇਹੀ ਹੋ ਰਿਹਾ ਹੈ ਹੁਣ ਇੱਕ ਪਾਸੇ ਤਾਂ ਜਿਵੇਂ ਚੀਨ ਨੇ ਉਹਨਾਂ ਨੇ ਆਪਣੀਆਂ ਫੌਜੀ ਮਸ਼ਕਾਂ ਵੀ ਕੀਤੀਆਂ ਮਿਲਟਰੀ ਐਕਸਰਸਾਈਜ਼ਸ ਅਸੀਂ ਕੱਲ ਡਿਟੇਲ ਚ ਗੱਲ ਕੀਤੀ 90% ਉਹਨਾਂ ਦੇ ਨਵੇਂ ਹਥਿਆਰ ਮਿਸਾਈਲਾਂ ਉਹਨਾਂ ਦੇ ਰਾਕਟ ਲਾਂਚਰ ਔਰ ਇਹਨਾਂ ਦਾ ਆਪਣਾ ਕਹਿਣਾ ਸੀ ਕਿ ਲਦਾਖ ਦੀਆਂ ਪਹਾੜੀਆਂ ਕੰਬੁੱਠੀਆਂ ਜੀ ਇਸ ਤੋਂ ਪਹਿਲਾਂ ਤਾਈਵਾਨ ਦੇ ਲਈ ਸੈਂਸਿਟੀਵਿਟੀ ਚੀਨ ਦੀ ਇਹ ਸੀ ਕਿ 10 ਅਕਤੂਬਰ ਜਿਹਨੂੰ ਕਿ ਉਹ ਸੋ ਕਾਲਡ ਆਪਣਾ ਫ੍ਰੀਡਮ ਡੇ ਕਹਿੰਦੇ ਨੇ 1911-11 ਦੇ ਪੀਰੀਅਡ ਨਾਲ ਜੋੜ ਕੇ ਚਾਂਗਕਾਈ ਸ਼ੇਕ ਦਾ ਗਰੁੱਪ ਉਦੋਂ ਸੀ ਕਿ ਜੀ ਅਸੀਂ ਆਪਣਾ ਬਣਾਇਆ ਉਹਨਾਂ ਉਹਨਾਂ ਨੇ ਕਿਹਾ ਸੀ ਖਬਰਦਾਰ ਤੁਹਾਡੇ মিডিਆ ਨੇ ਉਹਨਾਂ ਨੇ মিডিਆ ਨੂੰ ਉਹਨਾਂ ਦੀ ਚਾਈਨੀਸ ਐਮਬੈਸੀ ਨੇ ਦਿੱਲੀ 'ਚ ਭੇਜਿਆ ਕਿ ਖਬਰਦਾਰ ਇਸ ਨੂੰ ਪ੍ਰਮੋਟ ਕੀਤਾ ਹਾਲਾਂ ਇੰਡੀਆ ਨੇ ਉਹਨਾਂ ਕਿਹਾ ਜੀ ਸਾਡੀ ਫ੍ਰੀਡਮ ਆਫ ਪ੍ਰੈਸ ਹੈ ਬੜੀ ਤੁਹਾਡੇ ਉੱਤੇ ਫ੍ਰੀਡਮ ਆਫ ਪ੍ਰੈਸ ਹੈ ਲੇਕਿਨ ਚਾਈਨਾ ਨੇ ਦੱਸ ਦਿੱਤਾ ਇਹ ਉਹਨਾਂ ਦਾ ਤਰੀਕਾ ਹੈ ਆਦਰਵਾਇਜ਼ ਕੋਈ ਜ਼ਰੂਰੀ ਨਹੀਂ ਸੀ ਕਿ ਚਾਈਨੈਸ ਐਂਬੈਸੀ ਇੰਡੀਅਨ ਮੀਡੀਆ ਨੂੰ ਭੇਜੇ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਕੋਈ ਕੇਸ ਬਿਲਟ ਕਰ ਰਹੇ ਹੋ ਕਿ ਵੀ ਤੁਸੀਂ ਇੱਥੇ ਵੀ ਪ੍ਰੋਵੋਕੇਸ਼ਨ ਕੀਤੀ ਇੱਥੇ ਵੀ ਤੁਸੀਂ ਜ਼ਿਆਦਤੀ ਕੀਤੀ ਇੱਥੇ ਵੀ ਤੁਸੀਂ ਦਲਵਦੀ ਕੀਤੀ ਤੇ ਜਿਵੇਂ ਇਹ ਹੁੰਦਾ ਹੈ ਕਿ ਵੀ ਵਨ ਸਿਟ ਇਸ ਕੋਇਨਸੀਡੈਂਸ ਟਵਾਈਸ ਇਟ ਇਜ਼ ਅ ਚਾਂਸ ਥਰਾਈਸ ਇਟ ਇਜ਼ ਸਰਟਨ ਫਿਰ ਤੁਹਾਡਾ ਇਦੋਂ ਤੁਸੀਂ ਕੋਈ ਚੀਜ਼ ਲੈਣਾ ਹੈ ਫੈਸਲਾ ਫਿਰ ਤੁਹਾਨੂੰ ਹੁੰਦਾ ਜੀ ਠੀਕ ਹੈ ਹੁਣ ਜਿਹੜਾ ਚੀਨ ਨੇ ਇੱਕ ਹੋਰ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਵਾਰਨਿੰਗ ਦਿੱਤੀ ਹੈ ਕਿਉਂਕਿ 2018 ਦੇ ਵਿੱਚ ਇੰਡੀਆ ਨੇ ਟ੍ਰੇਡ ਦੇ ਬਹਾਨੇ ਨਾਲ ਉਹਨਾਂ ਨੂੰ ਕੋਈ ਰੈਕਗਨਾਈਜ਼ ਨਹੀਂ ਕੀਤਾ ਹੋਇਆ ਪਰ ਕਿਉਂਕਿ ਉਹ ਯੂਨੈਸਕੋ ਮੈਂਬਰ ਵੀ ਨਹੀਂ ਹੈ ਔਰ ਸਿਰਫ 10 ਦੇ ਕਰੀਬ ਦੇਸ਼ ਨੇ ਸਾਰੀ ਦੁਨੀਆ 'ਚ ਜਿਨ੍ਹਾਂ ਨੇ ਤਾਈਵਾਨ ਨੂੰ ਮਾਨਤਾ ਦਿੱਤੀ ਹੋਈ ਹੈ ਬਾਕੀ ਜਿਹੜੇ ਨੇ ਸਾਰੇ 183 ਦੇਸ਼ ਉਹਨੂੰ ਜਿਹੜਾ ਮੇਨ ਲੈਂਡ ਚਾਈਨਾ ਦਾ ਹਿੱਸਾ ਹੀ ਮੰਨਦੇ ਨੇ ਉਹਨਾਂ ਦਾ ਸੱਚ ਵੀ ਆ ਸਾਊਥ ਅਮਰੀਕਾ ਦੇਸ਼ਾਂ ਦੀ ਕੁਆਡੋਰ ਔਰ ਨਿਕੇ ਮੋਟੇ ਦੋ ਚੰਦ ਤਿੰਨ ਚਾਰ ਪਹਿਲਾਂ ਦੇ ਨੇ ਹਾਲਾਂ ਉਹ ਤਾਈਵਾਨ ਦੇ ਪਾਸਪੋਰਟ ਦੇ ਉੱਤੇ ਉਹ ਕਿਤੇ ਵੀ ਦੁਨੀਆ ਵਿੱਚ ਟਰੈਵਲ ਕਰ ਲੈਂਦੇ ਨੇ ਉਹਨਾਂ ਦੇ ਜਿਹੜੇ ਸ਼ਹਿਰੀ ਨੇ ਲੇਕਿਨ ਭਾਰਤ ਜਿਸ ਦਾ ਚ ਤਾਈਵਾਨ ਨੂੰ ਐਨਕਰੇਜ ਕਰ ਰਿਹਾ ਹੈ ਚੀਨ ਦੇ ਲਈ ਇਹ ਉਹਦੀ ਦੁਖਦੀ ਰਾਗੀ ਨਹੀਂ ਹੈ ਚਾਈਨਾ ਦੇ ਲਈ ਇਹ ਫਾਈਨਲੀ ਫਿਰ ਇਹ ਹੀ ਹੈ ਕਿ ਬਈ ਉਹ ਜਿਵੇਂ ਕਹਿੰਦੇ ਨੇ ਕਿ ਟੂ ਸ਼ੋ ਰੈਡ ਟੈਗ ਟੂ ਦਾ ਬੁੱਲ ਟੂ ਬੁੱਲ ਹਾਂ ਕਿ ਅਭੀ ਤੁਸੀਂ ਉਹਨੂੰ ਸਾਹ ਨੂੰ ਲਾਲ ਕਪੜਾ ਦਿਖਾਓ ਤੇ ਇਹ ਇਹ ਉਵੇਂ ਹੀ ਹੈ ਔਰ ਇਹਦੇ ਚ ਇਹ ਹੈ ਚਾਈਨਾ ਵਾਰਸ ਇੰਡੀਆ ਅਗੇਂਸਟ ਟਾਈਜ਼ ਵਿਦ ਤਾਈਵਾਨ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ ਔਰ ਉਹਦੇ ਚੁਣਾਨੇ ਅ ਦਾ ਸਟੇਟਮੈਂਟ ਫ্রম ਚਾਈਨਾਜ਼ ਫੋਰਨ ਮਿਨਿਸਟਰੀ ਕੇਮ ਇਨ ਰਿਸਪੌਂਸ ਟੂ ਅ ਰਿਪੋਰਟਸ ਥੈਟ ਇੰਡੀਆ ਐਂਡ ਤਾਈਵਾਨ ਵਰ ਕੰਸੀਡਰਿੰਗ ਗੋਇੰਗ ਫਾਰਵਰਡ ਵਿਦ ਟਾਕਸ ਓਨ ਅ ਟ੍ਰੇਡ ਡੀਲ ਕਬੀ ਇਹ 2018 ਚ ਜਿਹੜਾ ਉਹਨਾਂ ਨੇ ਕੀਤਾ ਸ਼ੁਰੂ ਤੇ ਅੱਗੇ ਜਾ ਰਹੇ ਨੇ ਔਰ ਉਸੇ ਚ ਉਹਨਾਂ ਨੇ ਕਿਹਾ ਦਾ ਵਨ ਚਾਈਨਾ ਪ੍ਰਿੰਸੀਪਲ ਇਜ਼ ਅ ਯੂਨੀਵਰਸਲ ਕੰਸੈਂਸਸ ਆਫ ਦਾ ਇੰਟਰਨੈਸ਼ਨਲ ਕਮਿਊਨਿਟੀ ਇਨਕਲੂਡਿੰਗ ਇੰਡੀਆ ਉਹਨਾਂ ਦੇ ਸਪੋਕਸਪਰਸਨ ਮਿਸਟਰ ਝਾਓ ਲਿਜਾਨ ਲਿਜਿਨ ਇਹ ਕਾਫੀ ਵੋਕਲ ਹੈ ਉਹਨੇ ਕਿਹਾ ਜੀ ਆਲਰੇਡੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਇਹ ਕੰਸੈਂਸਸ ਹੈ ਔਰ ਇੰਡੀਆ ਉਹਦਾ ਹਿੱਸਾ ਹੈ ਇਹ ਇੱਕ ਚਾਈਨਾ ਇਟ ਇਜ਼ ਆਲਸੋ ਦਾ ਪੋਲਿਟੀਕਲ ਬੇਸਿਸ ਫਾਰ ਚਾਈਨਾ ਟੂ ਡਿਵੈਲਪ ਟਾਈਜ਼ ਵਿਦ ਅਦਰ ਕੰਟਰੀਜ਼ ਕਿ ਅਸੀਂ ਤਾਂ ਉਹਦੇ ਨਾਲ ਟਾਈ ਨਹੀਂ ਬਣਾਉਂਦੇ ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਕਿ ਵੀ ਵਨ ਚਾਈਨਾ ਸੋ ਵੀ ਫਰਮਲੀ ਅਪੋਜ਼ ਐਨੀ ਆਫੀਸ਼ੀਅਲ ਐਕਸਚੇਂਜਸ ਬੀਟਵੀਨ ਕੰਟਰੀਜ਼ ਹੈਵਿੰਗ ਡਿਪਲੋਮੈਟਿਕ ਟਾਈਜ਼ ਵਿਦ ਚਾਈਨਾ ਐਂਡ ਤਾਈਵਾਨ ਔਰ ਸਾਈਨਿੰਗ ਐਨੀ ਆਫੀਸ਼ੀਅਲ ਡਾਕੂਮੈਂਟਸ ਕਿ ਵੀ ਤੁਸੀਂ ਡਿਪਲੋਮੈਟਿਕ ਟਾਈਜ਼ ਚਾਈਨਾ ਨਾਲ ਨੇ ਔਰ ਤੁਸੀਂ ਤਾਈਵਾਨ ਨਾਲ ਕੋਈ ਡੀਲ ਸਾਈਨ ਕਰੋ ਦਾ ਇੰਡੀਅਨ ਸਾਈਡ ਸ਼ੁੱਡ ਰਿਮੇਨ ਕਮਿਟਿਡ ਟੂ ਦਾ ਵਨ ਚਾਈਨਾ ਪ੍ਰਿੰਸੀਪਲ ਐਂਡ ਅਪਰੋਚ ਤਾਈਵਾਨ ਰਿਲੇਟਿਡ ਇਸ਼ੂਸ ਪ੍ਰੂਡੈਂਟਲੀ ਐਂਡ ਪ੍ਰੋਪਰਲੀ ਕਿ ਬੰਦੇ ਦੇ ਪੁੱਤ ਬਣੋ ਜਿਹੜਾ ਤੁਸੀਂ ਮੰਨਿਆ ਹੋਇਆ ਕਿ ਵਨ ਚਾਈਨਾ ਹੈ ਉਹਦੇ ਤੇ ਖਲੋਵੋ ਅੱਗੇ ਇਸ ਦੇ ਉੱਤੇ ਜਿਹੜਾ ਉਹ ਫਰਦਰ ਟਿੱਪਣੀਆਂ ਨੇ ਲੇਕਿਨ ਮੈਂ ਵਕਤ ਨੂੰ ਦੇਖਦੇ ਆ ਅੱਗੇ ਨਹੀਂ ਜਾਵਾਂਗਾ ਔਰ ਇਸ ਸਾਰੇ ਦੇ ਉੱਤੇ ਕਿਉਂਕਿ ਲਦਾਖ ਦੇ ਉੱਤੇ ਆਲਰੇਡੀ ਚਾਈਨਾ ਵਾਰਨਿੰਗ ਦੇ ਹੀ ਚੁੱਕਾ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਲਦਾਖ ਵੀ ਔਰ ਔਰ ਨੈਚਰਲ ਪ੍ਰਦੇਸ਼ ਹੋਈ ਇਹ ਓਕੂਪਾਈਡ ਟੈਰੀਟਰੀ ਨੇ ਔਰ ਇਹਦੇ ਤੇ ਤੁਸੀਂ ਇਹ ਤੁਹਾਡਾ ਨਹੀਂ ਅਸੀਂ ਨਹੀਂ ਮੰਨਦੇ ਔਰ ਇਹਦੇ ਤੇ ਇਹਨਾਂ ਦਾ ਮਨਿਸਟਰ ਹੈ ਜਿਹੜਾ ਮਨਿਸਟਰ ਆਫ ਸਟੇਟ ਫਾਰ ਹੋਮ ਜੀ ਕੇ ਰੈਡੀ ਉਹਦੀ ਸਟੇਟਮੈਂਟ ਹੈ ਕੀਪ ਆਫ ਇੰਡੀਆਜ਼ ਅਫੇਅਰਸ ਰੈਡੀ ਟੈਲਸ ਚਾਈਨਾ ਪਾਕਿਸਤਾਨ ਦੋਨਾਂ ਵਿੱਚੋਂ ਪਾਕਿਸਤਾਨ ਨੂੰ ਹੈ ਨਹੀਂ ਤੁਸੀਂ ਉਹਨੂੰ ਵੀ ਲਿਆ ਕੇ ਵਿੱਚ ਘੜੀਸੋ ਔਰ ਉਹਦੇ ਚੋਂ ਨੇ ਕਿਹਾ ਕਿ ਵੀ ਇਹ ਜਿਹੜਾ यूनियन मिनिस्टर ऑफ स्टेट फॉर होम जी के रेडी हू इज टूरिंग लद्दाख पाकिस्तान एंड चाइना अगेंस्ट इन इंडियाज इंटरनल अफेयर अंदरूनी मामले दखल अंदाजी ना करो और उन्हें क्या नो फॉरन कंट्री हैज एनी स्टैंड आई टू इंटरवीन इन द इंटरनल अफेयर ऑफ इंडिया वुड पाकिस्तान प्राइम मिनिस्टर इमरान खान and chinese minister comment on granting unity territory status to, to ladakh it is our internal issue ye dekho kya piddi kya piddi ka shorwa aur aage bhi ais kisam di unne un e kehya ke vi inanu koi haq nahi hai aur naale unne kashmiriyan nu aur jehda farooq abdullah di statement si china de utte ke kashmiris will like to be governed by china ode chune kehya how can a senior political leader who is a member of parliament talk about china support in restoring article 370 during the escalating tensions ohnu jenu bhi tusi phir kehna unnu oh sabit karo bi oh traitor hai lekin china kis had tak taiwan prati udi sensitivity hai aur kitthon tak hai ek khabar jedi hai oh es hawale nal hai ke bi kiven inada ek taiwan aur jede china de diplomat ne ਉਹ ਕਿਵੇਂ ਇੱਕ ਦੂਜੇ ਦੇ ਨਾਲ ਗੁੱਥਮ-ਗੁੱਥਾ ਹੋਏ ਕਿਉਂਕਿ 10 ਅਕਤੂਬਰ ਦਾ ਜਿਹੜਾ ਫੰਕਸ਼ਨ ਹੈ ਉਹ ਮਨਾ ਰਹੇ ਸੀ ਕਿਸੇ ਥਾਂ ਦੇ ਉੱਤੇ ਔਰ ਉਹਦੇ ਚ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਗਵਰਨੈਂਸ ਸਟੱਡੀਜ਼ ਜਿਹੜੀ ਹੈ ਉਹਦੇ ਚ ਉਹਨਾਂ ਨੇ ਫਿਜ਼ੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਮਾਮਲਾ ਫਿਜ਼ੀ ਦਾ ਨਹੀਂ ਹੈ ਜਿੱਥੇ ਵੀ ਤਾਈਵਾਨ ਨੂੰ ਲੈ ਕੇ ਕੁਝ ਵੀ ਹੋਏਗਾ ਉੱਥੇ ਚੀਨ ਦੇ ਡਿਪਲੋਮੈਟ ਦਖਲ ਦੇਣਗੇ ਕਿਉਂਕਿ ਫੀਜੀ ਦੇ ਵਿੱਚ ਇਹ ਮਨਾਰੇ ਸੀ ਤਾਈਵਾਨ والے 10 ਅਕਤੂਬਰ ਚੀਨ ਦੇ ਡਿਪਲੋਮੈਟ ਆ ਗਏ ਉਹਨਾਂ ਨੇ ਆ ਕੇ ਫੜ ਲਿਆ ਉੱਥੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਕੀ ਆ ਕੇ ਉਹਨਾਂ ਨੇ ਕੁੱਟ ਕੁੱਟ ਕਟਾਪਾ ਇੱਕ ਦੂਜੇ ਦੇ ਸਿਰ 'ਤੇ ਜੋ ਆਇਆ ਮਾਰਿਆ ਜਿਵੇਂ ਉਹਨਾਂ ਨੇ ਇੰਡੀਅਨ ਕੁੱਟੇ ਨਾਵੇਂ ਉੱਥੇ ਸੋ ਇਹ ਵੀ ਇੱਕ ਵੱਡੀ ਖਬਰ ਹੈ ਸਾਰੇ ਇੰਟਰਨੈਸ਼ਨਲ ਮੀਡੀਆ ਦੀ ਅੱਛਾ ਔਰ ਹੁਣ ਇੱਕ ਪਾਸੇ ਇਹਨਾਂ ਦੀ ਏਅਰ ਡਰਾਮੇਵਾਜ਼ੀ ਹੈ ਪਰ ਜਿਵੇਂ ਰਾਹੁਲ ਗਾਂਧੀ ਨੇ ਚੈਲੰਜ ਕੀਤਾ ਔਰ ਮੈਂ ਜਿਵੇਂ ਕੱਲ ਵੀ ਕਿਹਾ ਸੀ ਕਿ ਵੀ ਇੱਕ ਕ੍ਰੈਡਿਟ ਇਹਨਾਂ ਨੂੰ ਜ਼ਰੂਰ ਦੇਣਾ ਬਣਦਾ ਹੈ ਅੱਛਾ ਕਿ 2014 ਵਾਲੇ ਤੱਕ ਪਹੁੰਚਦੇ ਆ ਤੇ ਇਹਨਾਂ ਨੂੰ ਇਸ ਲੈਵਲ ਤੱਕ ਉਲ ਕਬਰਾ ਜਾਂਦੀ ਸੀ ਕਾਂਗਰਸ ਵੀ ਔਰ ਇਹ ਤਾਂ ਵੈਸੇ ਹੀ ਕਿਉਂਕਿ ਅੱਧਾ ਇਟਾਲੀਅਨ ਹੈ ਮਾਂ ਇਟਾਲੀਅਨ ਹੈ ਔਰ ਪਿਓ ਵੀ ਜਿਹੜਾ ਉਹ ਪਾਇਲਟ ਔਰ ਦੂਸਰਾ ਉਸ ਕਿਸਮ ਦਾ ਰਾਜੀਵ ਗਾਂਧੀ ਦਾ ਰਹਾ ਕੋਈ ਉਹਨੂੰ ਵੀ ਉਹਦੇ ਤਾਂ ਵੀ ਇਹ ਲੱਗਦਾ ਸੀ ਕਿ ਵੀ ਇਹਦੀ ਮਾਂ ਜਿਹੜੀ ਆ ਉਹ ਜ਼ੋਰੈਸਟੀਅਨ ਨਾਲ ਵਿਆਹੀ ਸੀਗੀ ਪਾਰਸੀ ਨਾਲ ਫਰੋਜ਼ ਗਾਂਧੀ ਨਾਲ ਸੋ ਉਹਦੇ ਚੋਂ ਇਹਦੀ ਵੀ ਮਾਂ ਜਿਹੜੀ ਆ ਉਹ ਤਾਂ ਬਿਲਕੁਲ ਹੀ ਇਟਾਲੀਅਨ ਹੈ ਹਾਂ ਜੀ ਉਹ ਤਾਂ ਜ਼ਰੂਰ ਹੈ ਸਤਿਅਨ ਚਲੋ ਈਰਾਨ ਨਾਲ ਹੀ ਲੱਗਦਾ ਸੀ ਬਿਲਕੁਲ ਹੁਣ ਲੇਕਨ ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਵੀ ਇਹ ਸਮਝ ਆਇਆ ਹੈ ਕਿ ਵੀ ਨਹੀਂ ਇਹ ਜਦੋਂ ਤੱਕ ਜੇ ਤੁਸੀਂ ਆਪੋਜੀਸ਼ਨ ਚ ਬਾੜੀ ਮੋਟੀ ਹੋਣ ਦੀ ਰੱਖਣੀ ਹੈ ਤੇ ਤੁਹਾਨੂੰ ਡਾਇਰੈਕਟ ਚੈਲੰਜ ਕਰਨਾ ਪੈਗਾ ਅੱਜ ਉਹਦਾ ਉਹਨੇ ਟਵੀਟ ਕੀਤਾ ਨੇਸ਼ਨ ਵਾਂਟਸ ਟੂ ਨੋ ਵੈਨ ਵਿਲ ਚਾਈਨੀਜ਼ ਟੂ ਬੀ ਥਰੋਨ ਆਊਟ ਆਫ ਇੰਡੀਅਨ ਟੈਰੀਟਰੀ ਰਾਹੁ ਟੂ ਪ੍ਰਾਈਮ ਮਿਨਿਸਟਰ ਕਾਂਗਰਸ ਲੀਡਰ ਅਕਿਊਜ਼ਸ ਮੋਦੀ ਆਫ ਵੀਕਨਿੰਗ ਕੰਟਰੀਜ਼ ਬੇਸਿਕ ਸਟਰਕਚਰ ਆਲਸੋ ਸਪੋਰਟਸ ਫਾਰਮਰਸ ਪ੍ਰੋਟੈਸਟ ਅਗੇਂਸਟ ਐਗਰੀਕਲਚਰ ਲੈਜਿਸਲੇਸ਼ਨ ਉਹਨੇ ਮੋਦੀ ਨੂੰ ਇੱਕ ਸਵਾਲ ਕੀਤਾ ਹੈ ਉਹਨੇ ਕਿਹਾ ਕਿ ਵੀ ਇਹ ਦਾ ਪ੍ਰਾਈਮ ਮਿਨਿਸਟਰ ਵਿਲ ਨਾਟ ਸੇ ਵਨ ਵਰਡ ਅਬਾਊਟ ਚਾਈਨਾ ਉਹਨੇ ਕਿਹਾ ਵੀ ਇਹ ਇੱਕ ਲਫ਼ਜ਼ ਵੀ ਮੂੰਹ ਚਾਈਨਾ ਲਫ਼ਜ਼ ਹੀ ਨਹੀਂ ਕੱਢਦਾ ਮੂੰਹ ਇਹ ਹੁਣ ਇਸ ਵੇਲੇ ਅਸੀਂ ਜਿਹੜਾ ਇਹ ਜਾਨਣਾ ਚਾਹੁੰਦੇ ਹਾਂ ਕਿ ਵੀ ਕੀ ਉਹ ਜਿਹੜਾ ਉਹ ਜਦੋਂ ਅਰੇ ਉਹਨੇ ਟਵੀਟ ਕੀਤਾ 6 ਵਜੇ ਉਹਨੇ ਐਡਰੈਸ ਕੀਤਾ ਮੋਦੀ ਨੇ 12 ਮਿੰਟ ਲਈ ਨੇਸ਼ਨ ਨੂੰ ਜਿਹਦੇ ਚ ਉਹੀ ਕਹਿ ਰਿਹਾ ਕਿ ਜੇ ਹੱਥ ਧੋਵੋ ਮੂੰਹ ਧੋਵੋ ہم جیت لیں گے سب کو ویکسینیشن پہنچا دیں گے اور ادھر اور ادھر تو انہیں کیا بھی 6 6 بجے جڑا بولنا ہے اس تو پہلا اے داسی دے کہ بھئی اے کدوں آئی ڈونٹ تھنک دیئر از اینی ادر کنٹری ان دا ورلڈ ٹوڈے ویئر اے فارن پاور کین ٹیک لینڈ فرام دا کنٹری اینڈ دین نو انسر فرام لیڈرشپ دس از شاکنگ ٹو می سو واٹ آئی وڈ لائک از دا پرائم منسٹر ٹو टेल دا نیشن ਵੈਨ ਦਾ ਚਾਈਨੀਜ਼ ਆਰ ਗੋਇੰਗ ਟੂ ਬੀ ਥਰੋਨ ਆਊਟ ਆਫ ਇੰਡੀਅਨ ਟੈਰੀਟਰੀ ਉਹਨੇ ਕਿਹਾ ਜੀ ਕੋਈ ਦੁਨੀਆ ਦਾ ਐਸਾ ਦੇਸ਼ ਨਹੀਂ ਹੋਏਗਾ ਜਿੱਥੇ ਕੋਈ ਦੂਸਰਾ ਦੇਸ਼ ਆ ਕੇ ਤੁਹਾਡੀ ਜ਼ਮੀਨ ਖੋਹ ਲੇ ਅੱਛਾ ਤੇ ਤੁਹਾਡੀ ਲੀਡਰਸ਼ਿਪ ਮੂੰਹ ਖੋਲਣ ਨੂੰ ਵੀ ਤਿਆਰ ਨਾ ਹੋਏ ਉਹ ਕਹਿੰਦੇ ਵੀ ਮੈਂ ਇਹ ਜਾਨਣਾ ਚਾਹਾਂਗਾ ਇਹ ਵੱਡਾ ਸ਼ੌਕ ਹੈ ਕਿ ਮੋਦੀ ਦੱਸੇ ਨੇਸ਼ਨ ਨੂੰ ਜਦੋਂ ਉਹਨੇ ਅੱਜ ਐਡਰੈਸ ਕਰਨਾ ਹੈ ਕਿ ਵੀ ਇਹ ਕਦੋਂ ਜਿਹੜਾ ਚੀਨਿਆਂ ਨੂੰ ਆਪਣੀ ਟੈਰੀਟਰੀ ਤੋਂ ਬਾਹਰ ਸੁੱਟਣਾ ਔਰ ਇਸ ਸਾਰੇ ਚੋਂ ਉਹਨਾਂ ਨੇ ਕਿਹਾ ਕਿ ਵੀ ਵਾਟ ਇਜ਼ ਦਾ ਡੇਟ ਬਾਏ ਵਿਚ ਦਾ ਚਾਈਨੈਸ ਸ਼ੋਲਡਜਰਸ ਆਰ ਗੋਇੰਗ ਟੂ ਬੀ ਕਿਕਡ ਆਊਟ ਆਫ ਚਾਈਨਾ ਆਊਟ ਆਫ ਇੰਡੀਆ ਥੈਟ ਇਜ਼ ਵਾਟ ਆਈ ਵਾਂਟ ਟੂ ਨੋ ਬਟ ਆਈ ਗਾਰੰਟੀ ਯੂ ਥੈਟ ਪ੍ਰਾਈਮ ਮਿਨਿਸਟਰ ਵਾਟ ਹੈਵ ਦਾ ਗੱਟਸ ਟੂ ਸੇ ਥੈਟ ਹੀ ਸੈਡ ਵੈਨ ਆਸਕਡ ਅਬਾਊਟ ਮੋਦੀਜ਼ ਐਡਰੈਸ ਔਰ ਗਾਲਵੇਸ ਉਹਦੀ ਗਲਤ ਨਹੀਂ ਨਿਕਲੀ ਉਹਨਾਂ ਨੇ ਵੀ ਹੱਥ ਮੂੰਹ ਤੋਂ ਨਹੀਂ ਕਿਹਾ ਕਿ ਵੀ ਹੱਥ ਤੋਂ ਮੂੰਹ ਤੋਂ ਔਰ वायरस ਪਹਿਲਾਂ ਕਹਦਾ ਸੀ ਇਹੀ ਨੇਸ਼ਨਲ ਅਡਰੈਸ ਲੋਕਾਂ ਦੀ ਕਿੰਨੀ ਦੀ ਯਾਦ ਆਸ਼ ਹੁੰਦੀ ਹੈ ਕਿ ਜੀ ਮਹਾਭਾਰਤ हमने 18 ਦਿਨ ਮੇ ਜੀਤਾ ਥਾ ਔਰ ਕੋਵਿਡ ਕੇ ਖਿਲਾਫ 21 ਦਿਨ ਮੇ ਹਮ ਜੀਤenge ਭਾਰਤ ਮਾਤਾ ਕੀ ਜੈ ਸੋ ਹੁਣ ਕਰਾ ਲੋ ਭਾਰਤ ਮਾਤਾ ਕਿ ਜਾਓ ਕਹਿੰਦਾ ਵੀ ਮੂੰਹ ਬੋਲ ਜੀ ਪੰਜਾਬੀ ਕਹਿੰਦਾ ਫੁੱਟ ਕੁਛ ਦਾ ਫੁੱਟ ਜੀ ਰਾਤ ਸਾਥ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਾਥ ਲਾਣੇ ਬ੍ਰੇਕ ਵਿਅਰਸ ਤੋ ਸਨ ਐਸੀ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ ਇਹ ਦੋ ਵਿਚਾਰਧਾਰਾਵਾ ਵਿਚਾਲੇ ਟੱਕਰ ਦੀ ਵਾਰਤਾ ਹੈ ਇਹ ਕਿਤਾਬ ਪੁਜਾਰੀ ਦੀ ਸਮਰਥਾ ਤੇ ਤੇਖੋ ਪ੍ਰਹਾਰ ਕਰਦੀ ਹੈ ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ ਫਰਕ ਇਹਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਚਾਰੀ ਕੋਲੋਂ ਪਾਲਦੇ ਹਨ ਜਦ ਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਚਲ ਹੁਕਮ ਦੀ ਅਗਵਾਈ ਵਿੱਚੋਂ ਰੌਸ਼ਨਾਂਦੇ ਹਨ ਸੋਲ ਐਨਮੀ ਆਫ ਅ ਸਿੱਖ ਬ੍ਰਾਹਮਨਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ ਤੁਸੀਂ ਐਮਾਜ਼ਨ ਬਾਂਜ਼ਨ ਨੋਬਲ ਜਾਂ ਫਲਿੱਪਕਾਰਟ ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ ਆਰ ਯੂ ਟਾਇਰਡ ਆਫ ਪ੍ਰੋਪਰਟੀ ਵਾਇਲੇਸ਼ਨਸ ਇਕਬ ਕੋਰਟ ਹੀਅਰਿੰਗਸ ਵੇਸਟਿੰਗ ਯੂਰ ਟਾਈਮ AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116 15 Myrtle Avenue in Richmond Hill. Call AM Expediting Drafting and Design now at 718 725 0059. ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੇ ਪੈ ਰਹੀਏ ਤੁਹਾਡੇ ਚੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸ ਹੋ ਜਾਦਾ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਪ ਟੇਲ ਨੂੰ ਕਾਲ ਕਰੋ ਬਾਪ ਟੇਲ ਤੁਹਾਡੀਆਂ ਇਨਵੋਇਸ ਇਸ ਸੇਮ ਡੇ ਫੰਡ ਕਰ ਸਕਦੇ ਹਨ ਫਾਰ ਅ ਸਮਾਲ ਫੀ ਨੋ ਕੰਟਰੈਕਟ ਨੋ ਰਿਜ਼ਰਵ ਐਂਡ ਨੋ ਹਿਡਨ ਫੀਸ ਅੱਜ ਹੀ ਕਾਲ ਕਰੋ ਬਾਪ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 B 84 ਅਗੇਨ 410 204 B 84 ਜੋ ਕੋ ਬਰੇਕ ਟੂ ਬਟਨ ਸਾਬ ਨੂੰ ਆਪਾਂ ਚਿਆਂ ਕੰਨਿਆ ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਿਹਾ ਕਿ ਜੁਨਾਈਟਡ ਨੇਸ਼ਨਸ ਹਾਈ ਕਮਿਸ਼ਨਰ ਨੇ ਭਾਰਤ ਸਰਕਾਰ ਵੱਲੋਂ ਜਿਹੜੇ ਕਾਨੂੰਨ ਨੇ ਜਿਹੜੇ ਪਾਸ ਕੀਤੇ ਜਾਂਦੇ ਨੇ ਉਸ ਵੱਲੋਂ ਸੋ ਜਿਹੜੇ ਕੁਝ ਕਾਨੂੰਨ ਨੇ ਉਹਨਾਂ ਬਾਰੇ ਜਿਹੜੀਆਂ ਜਿਹੜੀਆਂ ਸਖਤ ਟਿੱਪਣੀਆਂ ਕੀਤੀਆਂ ਨੇ ਔਰ ਇਸ ਦੇ ਲਈ ਭਾਰਤ ਨੇ ਮੋੜ ਮਾ ਜਿਹੜਾ ਜਵਾਬ ਦਿੱਤਾ ਹੈ ਸੋ ਵਿਊਅਰਸ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਜਿਹੜਾ ਐਕਸਪੋਜ਼ ਹੋ ਰਿਹਾ ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾ ਨਾਲ ਇਸੇ ਤਰ੍ਹਾਂ ਬਨੇ ਰਹਿਣਾ ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਅਸੀਂ ਪਿਛਲੇ ਦਿਨਾਂ ਚ ਪਾਕਿਸਤਾਨ ਦੇ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟ ਕੌਂਸਲ ਦੇ ਮੈਂਬਰ ਬਣਨ ਦੇ ਉੱਤੇ ਮੁਬਾਰਕਬਾਦ ਦਿੱਤੀ ਜੀ ਔਰ ਕਿਉਂਕਿ ਹਾਲਾਂਕਿ ਉਹਨਾਂ ਦੀ ਪਹਿਲੀ ਟਰਮ ਚੱਲ ਰਹੀ ਹੈ ਜਨੂਅਰੀ ਦੇ ਵਿੱਚ ਅਗਲੀ 3 ਸਾਲ ਦੀ ਟਰਮ ਸ਼ੁਰੂ ਹੋਣੀ ਹੈ ਜੀ ਸੋ ਜ਼ਾਹਰ ਹੈ ਕਿ 2024 ਤੱਕ ਪਾਕਿਸਤਾਨ ਮੈਂਬਰ ਰਹੇਗਾ ਤੇ ਅਸੀਂ ਇਸ ਗੱਲ ਦੀ ਅਹਿਮੀਅਤ ਨੂੰ ਸਮਝਦੇ ਸੀ ਔਰ ਜਿਵੇਂ ਇੰਡੀਆ ਨੇ ਵੀ ਰਿਐਕਟ ਕੀਤਾ ਕਿ ਦੇਖੋ ਇਹ ਦੇਖੋ ਕਿੰਨਾ ਕਹਿਰ ਹੋ ਗਿਆ ਜ਼ੁਲਮ ਹੋ ਗਿਆ ਕਿ ਉਜ਼ਬੇਕਿਸਤਾਨ ਪਾਕਿਸਤਾਨ ਚਾਈਨਾ ਨੇਪਾਲ ਜਿਹੜੇ ਖੁਦ ਵਾਇਓਲੇਟਰ ਨੇ ਹਿਊਮਨ ਰਾਈਟਸ ਦੇ ਉਹ ਹਿਊਮਨ ਰਾਈਟ ਕੌਂਸਲ ਚ ਬਹਿ ਗਏ ਨੇ ਉਹ ਹੁਣ ਡਿਸਾਈਡ ਕਰਨਗੇ ਕੀ ਹੈ ਔਰ ਜ਼ਾਰ ਹੈ ਕਿ ਜਦੋਂ ਦੁਸ਼ਮਨ ਨੂੰ ਇਹਨਾਂ ਨੂੰ ਤਕਲੀਫ ਹੋਏ ਇਹ ਗੱਲ ਸਮਝ ਆ ਸਕਦੀ ਹੈ ਕਿ ਭਾਈ ਕਿਵੇਂ ਦੂਸਰਿਆਂ ਦਾ ਫਾਇਦਾ ਹੋ ਰਿਹਾ ਹੈ ਕਟਗਣਤੀ ਖੋਮਾਂ ਦਾ ਫਾਇਦਾ ਹੋ ਰਿਹਾ ਹੈ ਇਹਨਾਂ ਨੂੰ ਕਿੰਨੀ ਤਕਲੀਫ ਹੈ ਉਹ ਹੁਣ ਜਿਹੜੀ ਖਬਰ ਤੁਸੀਂ ਦੇਖੋਗੇ ਜਿਹੜਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਹੈ ਇੱਕ ਪਾਵਰਫੁੱਲ ਬਾਡੀ ਹੈ ਔਰ ਮੈਂ ਅਕਸਰ ਜਦੋਂ ਇਹ ਸਟਰਕਚਰ ਜਿਹੜੀ ਹੈ ਯੂਨ ਦਾ ਐਕਸਪਲੇਨ ਕਰਦਾ ਹਾਂ ਤਾਂ ਮੈਂ ਇਹ ਦੱਸਦਾ ਹਾਂ ਵੀ 193 ਮੈਂਬਰ ਦੇਸ਼ ਨੇ ਨਿਊਯਾਰਕ ਇਹਨਾਂ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਟਰ ਹੈ ਜਿੱਥੇ ਯੂਨ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ ਜਾਂ ਅੱਜਕੱਲ ਤਾਂ ਖਰ ਵਰਚੂਅਲੀ ਕਾਨਫਰੰਸ ਹੋਈ ਐ ਤਕੀ ਸਾਰੇ ਬਿਲਕੁਲ ਲੇਕਿਨ ਜਿਹੜਾ ਕਿਉਂਕਿ ਯੂਨਾਈਟਿਡ ਨੇਸ਼ਨਸ ਦਾ ਜਾਂ ਚਾਰਟਰ ਦਾ ਬੇਸ ਤਾਂ ਹਿਊਮਨ ਰਾਈਟਸ ਦੇ ਨਾਲ ਹੀ ਬੱਝਿਆ ਬਾਕੀ ਫਿਰ ਜਿਨੀਵਾ ਪ੍ਰੋਟੋਕੋਲ ਆਏ ਉਹਨਾਂ ਦੀਆਂ ਕਨਵੈਨਸ਼ਨਸ ਆਈਆਂ ਸੋ ਜਿਹੜੀ ਇਹਨਾਂ ਦਾ ਯੂਨਾਈਟਿਡ ਨੇਸ਼ਨਸ ਦਾ ਸਭ ਤੋਂ ਪਾਵਰਫੁੱਲ ਰੋਲ ਹੈ ਉਹ ਇਹਨਾਂ ਦੇ ਜਿਸ ਨੂੰ ਹੁਣ ਜਿਹੜਾ ਉਹ ਯੂਨ ਐਨ ਹਿਊਮਨ ਰਾਈਟ ਕੌਂਸਲ ਕਹਿੰਦੇ ਨੇ ਉਹ ਉਹਨਾਂ ਦਾ ਹੈੱਡਕ quarter ਜਿਨੀਵਾ ਚ ਹੈ ਔਰ ਉੱਥੇ ਜਿਹੜਾ ਜੋ ਵੀ ਚੱਲ ਰਿਹਾ ਦੁਨੀਆ ਦੇ ਵਿੱਚ ਉਹਦਾ ਫੈਸਲਾ ਹੁੰਦਾ ਔਰ ਉਸ ਦੇ ਉੱਤੇ ਰਿਪੋਰਟਸ ਸੁਣਦੀਆਂ ਆ ਨੇ ਜਿਵੇਂ ਕਸ਼ਮੀਰ ਦੇ ਉੱਤੇ 49 ਪੇਜ ਰਿਪੋਰਟ ਆਲਮੋਸਟ 1 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਉਹਨਾਂ ਨੇ ਜਾਰੀ ਕੀਤੀ ਜਾਂ ਜਦੋਂ ਸੀਏ ਔਰ ਦੂਸਰੇ ਕਾਨੂੰਨ ਦੇ ਆਂਦੇ ਹਿਊਮਨ ਰਾਈਟ ਕਾਉਂਸਲ ਨੇ ਇਸ ਦੇ ਉੱਤੇ ਟਿੱਪਣੀ ਕੀਤੀ ਅੱਛਾ ਔਰ ਇੱਕ ਪਾਸੇ ਸੀਏ ਦੇ ਥੱਲੇ ਕਿਵੇਂ ਯੰਗ ਸਟੂਡੈਂਟਸ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦੇ ਜਾਮੀਆਂ ਮਿਲਿਆ ਇਸਲਾਮੀਆਂ ਦੇ ਉਹਨਾਂ ਨੂੰ ਯੂਪੀਐਲ ਆ ਕੇ ਅੰਦਰ ਢੱਕਿਆ ਹੋਇਆ ਔਰ ਇਸ ਕੋਵਿਡ-19 ਦੇ ਬਹਾਨੇ ਨਾਲ ਇਹਨਾਂ ਨੇ ਸਾਰਾ ਹੀ ਜਿਹੜਾ ਉਹਨੂੰ 15 ਕਰ ਦਿੱਤਾ ਸਾਰੇ ਕੰਮ ਨੂੰ ਔਰ ਫੜੋ ਫੜੀ ਵੀ ਕਿਸ ਲੈਵਲ ਤੇ ਹੈ ਔਰ ਇਹ ਨਹੀਂ ਹੈ ਕਿ ਵੀ ਇਹ ਜਿਵੇਂ ਕਹਿੰਦੇ ਨੇ ਕਿ ਜੀ ਇਸ ਜਿਹੜਾ ਆਫਤ ਨੂੰ ਮੌਕਾ ਬਣਾਓ ਇਹ ਨਹੀਂ ਵਿਪਤਾ ਜੋ ਵੀ ਕੱਢੋ ਕੱਢ ਰਹੇ ਨੇ ਔਰ ਜਿਹਨਾਂ ਦੇ ਭਾਜਪੀ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਨੱਡਾ ਔਰ ਜੇਪੀ ਨੱਡਾ ਉਹਨੇ ਜਾ ਕੇ ਕਿਹਾ ਹੈ ਅਸਾਮ ਦੇ ਵਿੱਚ ਸੀਏ ਵਿਲ ਸੀਏਏ ਵਿਲ ਬੀ ਇੰਪਲੀਮੈਂਟਡ ਰੂਲਸ ਆਰ ਬੀਇੰਗ ਫਰੇਮਡ ਸੇਜ਼ ਨੱਡਾ citizenship amendment act was delayed by pandemic work on it, on it has started as situation improves ਇਹ ਉਹਨੇ ਜਾ ਕੇ ਉਥੇ it is certain that you will get ca ਕਿ ਅਸੀਂ ਕੋਰੋਨਾ ਵਾਇਰਸ ਕਰਕੇ ਥੋੜਾ ਡਿਲੇ ਹੈ ਲੇਕਿਨ ਹੋਏਗਾ ਦਾ ਮਤਲਬ ਇਹ ਹੈ ਵੀ ਜਿਵੇਂ ਇਹਨਾਂ ਨੇ ਅਸਾਮ ਚ 20 ਲੱਖ ਲੋਕਾਂ ਨੂੰ ਸਟੇਟਲੈਸ ਬਣਾਇਆ ਹੋਇਆ ਉਹ ਸਾਰੇ ਵੀ ਬਾਹਰ ਹੋਣਗੇ ਔਰ ca ਤੋਂ ਬਾਅਦ ਤਾਂ ਉਸ ਦਾ ਵੱਡਾ ਇਫੈਕਟ ਭਾਰਤ ਦੇ ਜਿਹੜੇ ਅ ਦੋਸਤੋਂ ਮਿਲੀਅਨ ਦੇ ਕਰੀਬ ਮੁਸਲਮਾਨ ਨੇ ਜਿਹਨਾਂ ਚੋ 2 ਮਿਲੀਅਨ ਵੀ ਸ਼ਾਮਲ ਨੇ ਉਹਨਾਂ ਚੋਂ ਵੀ ਕਿੰਨਿਆਂ ਦੀ ਸਿਟੀਜ਼ਨਸ਼ਿਪ ਖੋਣੀ ਹੈ ਔਰ ਉਹਨਾਂ ਨੂੰ ਡੀਫ ਰੈਂਚਾਈਜ਼ ਕਰਨਾ ਹੈ ਵੋਟ ਦਾ ਹੱਕ ਕੌਣ ਹੈ ਇਸ ਲਈ ਔਰ ਅਸੀਂ ਸਮਝਦੇ ਹਾਂ ਕਿ ਵੀ ਕਟੋ ਕਟ ਜਦੋਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦੀ ਗੱਲ ਆndi ਆਉਣ ਵਾਲੇ ਪੀਰੀਅਡ ਚ ਵੀ ਅਸੀਂ ਦੇਖਾਂਗੇ ਕਿ ਮੋਰ ਅਗਰੈਸਿਵ ਸਟੈਂਸ ਹੋਏਗਾ ਔਰ ਅੱਜ ਜਿਹੜੀ ਇੱਕ ਸਟੇਟਮੈਂਟ ਜਿਹਦੇ ਤੇ ਇੰਡੀਆ ਨੇ ਬੜਾ ਤੜਫੀਆ ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕੇ ਜੀ ਅਸੀਂ ਸੋਵਰਨ ਕੰਟਰੀ ਹੈ ਸਾਨੂੰ ਕਿਸੇ ਦੀ ਐਡਵਾਈਸ ਦੀ ਲੋੜ ਨਹੀਂ ਔਰ ਉਹ ਹੈ ਕਿਉਂਕਿ ਇੱਕ ਬਾਡੀ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਯੂਨ ਦੀ ਜ਼ਾਰ ਹੈ ਹਿਊਮਨ ਰਾਈਟਸ ਤੇ ਪਰ ਜਿਹੜੇ ਉਹਨਾਂ ਦਾ ਕਰਤਾ ਧਰਤ ਹੈ ਜਿਹੜੇ ਉਸ ਯੂਨ ਐਚ ਆਰ ਸੀ ਦੇ ਬਿਹਾਫ ਤੇ ਸਟੇਟਮੈਂਟ ਦਿੰਦੇ ਨੇ ਜਾਂ ਜਿਹੜੀ ਅਥਾਰਟੀ ਹੈ ਉਹ ਹਾਈ ਕਮਿਸ਼ਨਰ ਨੂੰ ਕਹਿੰਦੇ ਨੇ ਯੂਨ ਹਾਈ ਕਮਿਸ਼ਨਰ ਫਾਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਔਰ ਇਸ ਵੇਲੇ ਮਿਸ਼ਲ ਬੈਸਲ ਜਿਹੜੇ ਨੇ ਉਹ ਇਸ ਦੇ ਹਾਈ ਕਮਿਸ਼ਨਰ ਨੇ ਇਸ UNHRC ਦੇ ਅੱਛਾ ਉਹਨਾਂ ਦੀ ਸਟੇਟਮੈਂਟ ਹੈ ਇੰਡੀਆ ਮਸਟ ਰਿਵਿਊ FCRA ਹੁਣ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨਾਂ ਨੇ ਫੋਰਨ ਜਿਹੜੀ ਹੈ ਕੰਟਰੀਬਿਊਸ਼ਨ ਉਹਦੇ ਰੈਗੂਲੇਸ਼ਨ ਐਕਟ ਬਣਾ ਕੇ ਕਿੰਨੇ 9000 ਦੇ ਕਰੀਬ NGO ਨੂੰ ਤਾਂ ਪਹਿਲਾਂ ਹੀ ਉਹਨਾਂ ਨੇ ਜਿਹੜਾ ਉਹ ਲੀਗਲ ਪਰਮਿਸ਼ਨ ਦੇਣ ਤੋਂ ਨਾ ਕਰ ਦਿੱਤੀ ਇਸ ਜਿਹਦੇ ਵਿੱਚ ਫੋਰਡ ਫਾਊਂਡੇਸ਼ਨ ਵੀ ਬਹੁਤ ਸਾਰੀਆਂ ਹੋਰ ਜਿਹੜੀਆਂ ਗ੍ਰੀਨ ਪਾਰਟੀ ਦੇ ਜਿਹੜੀਆਂ ਉੱਥੇ এনवायरमेंट ਨਾਲ ਸੰਬੰਧਤ ਟ੍ਰਾਈਬਲਸ ਦੇ ਹੱਕਾਂ ਲਈ ਖੜੋਣ ਵਾਲੀਆਂ ਐਨ ਜੀਓਜ਼ ਜੀ ਫੀਡ ਦਾ ਹੰਗਰੀ ਪ੍ਰੋਗਰਾਮ ਵਾਲੀਆਂ 크ਰਿਸਚੀਅਨ ਆਰਗੇਨਾਈਜੇਸ਼ਨ ਸੋ ਹੁਣ ਇਹਨਾਂ ਨੇ ਉਹਨੂੰ ਫਰਦਰ ਸਟ੍ਰਿੰਜੈਂਟ ਕਰਦਿਆ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਈਵਨ ਐਮਨੇਸਟੀ ਇੰਟਰਨੈਸ਼ਨਲ ਨੇ ਆਪਣਾ ਇੰਡੀਆ ਆਫਿਸ ਬੰਦ ਕਰਨਾ ਪਿਆ ਉਹਨਾਂ ਨੂੰ ਜੀ ਹੁਣ ਇਸ ਦੇ ਉੱਤੇ ਕਾਫੀ ਡੀਟੇਲਡ ਸਟੇਟਮੈਂਟ ਇਨਦੀ ਬੀਬੀ ਮਿਸ਼ਲ ਦੀ ਜਿਹੜੇ ਹਾਈ ਕਮਿਸ਼ਨਰ ਨੇ ਆਈ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਕਾਨੂੰਨ ਹੈ ਇਹ ਬਹੁਤ ਵੇਗ ਹੈ ਜਿਸ ਢੰਗ ਨਾਲ ਇਹ ਕਾਬੂ ਕਰ ਰਹੇ ਨੇ that criminalizes constructive criticism ਸੇਜ਼ ਹਾਈ ਕਮਿਸ਼ਨਰ ਮਿਸ਼ਲ ਬੈਸ਼ਲ ਕਿ ਵੀ ਇਹ ਕਾਨੂੰਨ ਨੂੰ ਇਸ ਢੰਗ ਨਾਲ ਲਾਗੂ ਕਰ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਸਰਕਾਰ ਨੂੰ ਚੈਲੰਜ ਕਰਨ ਵਾਲਾ ਕੋਈ ਐਨਜੀਓ ਹੈ ਜਾਂ ਕੋਈ ਅਦਰ ਵੇ ਹੈ ਉਹਨੂੰ ਕ੍ਰਿਮੀਨਲ ਬਣਾ ਦਿਓ ਔਰ ਉਹਨੂੰ ਜਿਹੜਾ ਧੱਕ ਦਿਓ ਔਰ ਇਹ ਪੂਰੀ ਉਹਨਾਂ ਦੀ ਡੀਟੇਲ ਹੈ ਕਿ ਵੀ ਦੇਹ Uh, she has appealed to government of india to review the foreign contribution regulation act and its compliance with international human rights norms and regretted that it was being used to deter or punish ngos for human rights reporting ke bhi ye jada toda kanun hai jada fcr hai inu tusi istemal kar rahe ho apni jadi ngos di awaz nu throttle karan layi aur criticism nu band karan layi constructive criticism is the life blood of democracy even if the authorities find it uncomfortable it should never be criminalized or outlawed mr uh, mrs baushal said unho ne kiah ji ye jada constructive criticism hai kise de utte alochana karna hai ye basic kise bhi jamhooriyat di oh jaan pran hai aur beshak unnu authorities nu pasand na hoye par innu tusi gair qanuni ya criminalized karke ਤੁਸੀਂ ਆਪਣੀ ਜਮਹੂਰੀ ਤਾਂ ਆਪਣੇ ਆਪ ਨੂੰ ਜਮਹੂਰੀयत ਨਹੀਂ ਕਹਿ ਸਕਦੇ ਹੁਣ ਤੁਸੀਂ ਡੀਟੇਲ ਚ ਦੇਖੋ ਵੀ ਅਸੀਂ ਜਦੋਂ ਕਹਿੰਦੇ ਆ ਵੀ ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਹੈ ਵੀ ਉੱਥੇ ਕੀ ਚੱਲ ਰਿਹਾ ਬਹੁਤ ਕਹਿੰਦੇ ਆ ਜੀ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਹੁਣ ਇਹ ਸਟੇਟਮੈਂਟ ਕਹਿ ਰਹੀ ਹੈ ਉਹਨਾਂ ਦੇ ਹਾਈ ਕਮਿਸ਼ਨਰ ਦੀ UNHRC ਸਟੇਟਮੈਂਟ ਰੈਫਰਡ ਟੂ ਓਵਰ 1500 ਅਰੈਸਟਸ ਮੇਡ ਇਨ ਰਿਲੇਸ਼ਨ ਟੂ ਪ੍ਰੋਟੈਸਟਸ ਅਗੇਂਸਟ ਦਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਕਿ 1500 ਤੋਂ ਜ਼ਿਆਦਾ ਗ੍ਰਫਤਾਰੀਆਂ ਤੁਸੀਂ ਕੀਤੀਆਂ ਨੇ ਯਾਰ ਨੇ ਸੀਏ ਦੇ ਖਿਲਾਫ ਪ੍ਰੋਸੈਸ ਪ੍ਰੋਟੈਸਟ ਕੀਤਾ ਐਂਡ ਫਾਰ ਵਾਇਓਲੇਟਿੰਗ ਅਨ ਲਾਫਲ ਐਕਟੀਵਿਟੀਜ਼ ਪ੍ਰिवेंशन ਐਕਟ ਐਸ ਵੈਲ ਐਸ ਦੋਜ਼ ਮੇਡ ਇਨ ਅਲਗਾਰ ਪਰਿਸ਼ਦ ਕੇਸ ਦੈਟ ਇਨਕਲੂਡਸ ਦਾ ਮੋਸਟ ਰੀਸੈਂਟ ਅਰੈਸਟ ਆਫ ਕੈਥੋਲਿਕ ਪ੍ਰੀਸਟ ਸਟੈਂਡ ਸੁਆਮੀ ਐਂਡ ক্লোਜ਼ਰ ਆਫ ਐਮਨੇਸਟੀ ਇੰਟਰਨੈਸ਼ਨਲ ਆਫਟਰ ਇਟਸ ਬੈਂਕ ਅਕਾਊਂਟਸ ਵਰ ਫਰੋਜ਼ਨ ਡਿਊ ਟੂ ਅਲੈਜਡ ਐਫਸੀਆਰਏ ਵਾਇਓਲੇਸ਼ਨ ਸੋ ਉਹਨਾਂ ਨੇ 1500 CA ਐਕਟੀਵਿਸਟ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਔਰ ਇੱਕ 80-82 ਸਾਲ ਦਾ ਬਜ਼ੁਰਗ ਕੈਥੋਲਿਕ ਪ੍ਰੀਸਟ ਮਿਸਟਰ ਸਤਨ ਸੁਆਮੀ ਜਿਹਨੂੰ ਇਹਨਾਂ ਨੇ ਯੂਪੀਏ ਦੇ ਥੱਲੇ ਫੜਿਆ ਝੂਠਾ ਕੇਸ ਬਣਾ ਕੇ ਉਹਦਾ ਹਵਾਲਾ ਕੀਤਾ ਐਮਨੇਸਟੀ ਦਾ ਦਫ਼ਤਰ ਹੋਣ ਦੀ ਬੰਦ ਕੀਤੀ ਔਰ ਉਹਦੇ ਚ ਉਹਨਾਂ ਨੇ ਕਿਹਾ ਆਈ ਅਰਜ ਦਾ ਗਵਰਨਮੈਂਟ ਟੂ ᱮਨਸ਼ੋਰ ਥੈਟ ਨੋ ਵਨ ਐਲਸ ਇਸ ਡੀਟੇਨਡ ਫਾਰ ਐਕਸਾਈਜ਼ਿੰਗ देयर ਰਾਈਟਸ ਟੂ ਫ੍ਰੀडम ਆਫ ਐਕਸਪ੍ਰੈਸ਼ਨ ਐਂਡ ਪੀਸਫੁਲ ਅਸੈਂਬਲੀ ਐਂਡ ਟੂ ਡੂ ਇਟਸ ਅਟ ਮੋਸਟ in law and policy to protect india's robust civil society ke bhai assi tuhanu eh kehnde hai ke kise nu bhi apne vicharan de prakatave di azadi da haq hai har ik nu utthe kise nu is layi giraftar na karo aur peaceful assembly da bhi haq hai aur unon kanoon de daire vich tusi ro kyunki eh international law de thalle bhi tusi ethe nahi jawab de ho i also urge authorities to carefully review the fcra फॉर इट्स कंप्लायंस विथ इंटरनेशनल ह्यूमेनाइज्ड स्टैंडर्ड एंड टू रिलीज पीपल चार्ज अंडर यूएपीए फॉर सिंपली एक्सरसाइजिंग बेसिक ह्यूमन राइट्स दैट इंडिया इज ऑब्लिगेटेड टू प्रोटेक्ट उन्होंने कहा जी अपना कानून जेड़ा एफसीआरए दे ਥੱਲੇ ਤੁਸੀਂ ਐਨ ਜੀਓਸ ਨੂੰ ਥਰੋਟਲ ਕੀਤਾ ਇਹਨੂੰ ਰਿਵਿਊ ਕਰੋ ਔਰ ਇਹ ਯੂएपीए ਜਨੂੰ ਮਰਜ਼ੀ ਤੁਸੀਂ ਐਡਿਸ਼ਨ ਲਾ ਕੇ ਕਰ ਦਿੰਦੇ ਹੋ ਇਹਨਾਂ ਨਾਲ ਜਿਹੜੇ ਫੜੇ ਹੋਏ ਨੇ ਉਹਨਾਂ ਨੂੰ ਛੱਡੋ ਬਿਲਕੁਲ ਔਰ ਇਸ ਸਾਰੇ ਚ ਉਹਨਾਂ ਨੇ ਕਿਉਂਕਿ ਫਿਰ ਇਹਨਾਂ ਦੀ ਸਟੋਰੀ ਚ ਇਹ ਆ ਕਿ ਕਿਵੇਂ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲਿਟਿਕਲ ਰਾਈਟਸ ਜਿਹੜਾ ਯੂਨ ਚਾਰਟਰ ਦਾ ਹਿੱਸਾ ਹੈ ਉਹਨੂੰ ਵੀ ਓਵਰਸੀ ਕਰਦੀ ਹੈ ਹਿਊਮਨ ਰਾਈਟਸ ਕਮੇਟੀ ਔਰ ਇਸ ਦੇ ਨਾਲ-ਨਾਲ ਇੰਡੀਆ ਨੇ ਕਿਉਂਕਿ ਸਾਈਨ ਕੀਤੇ ਹੋਏ ਨੇ ਇਸ ਕੋਵਨੈਂਟ ਤੇ ਔਰ ਇਹ ਜਿਹੜੀ ਹੈ ICCPR ਪ੍ਰੋਵਾਈਡਸ ਫॉर ਫਰੀडम ਟੂ ਫਾਰਮ ਐਸੋਸੀਏਸ਼ਨਸ ਐਂਡ ਰੀਸੀਵ ਫੰਡਸ ਫॉर ðiਸ ਐਸੋਸੀਏਸ਼ਨਸ ਔਰ ਇਹ ਜਿਹੜਾ ਉਹਨਾਂ ਨੇ FCRA ਦਾ ਉਨਾਂ ਨੇ ਕਿਉਂਕਿ ਫਾਈਨਲੀ ਹੁਣ ਆਇਆ ਲੇਟੈਸ ਜਿਹਦੇ ਥੱਲੇ ਅਮਨੇਸਟੀ ਨੇ ਵੀ ਆਪਣਾ ਦਫਤਰ ਬੰਦ ਕੀਤਾ ਹੈ। ਔਰ ਇਸ ਤੋਂ ਇਲਾਵਾ ਵੀ ਡੀਟੇਲ ਨੋਟ ਪ੍ਰਪੇਅਰਡ ਬਾਈ ਸਪੈਸ਼ਲ ਰਿਪੋਰਟਰ ਔਨ ਦਾ ਰਾਈਟਸ ਟੂ ਪੀਸਫੁਲ ਅਸੈਂਬਲੀ ਐਂਡ ਆਫ ਐਸੋਸੀਏਸ਼ਨ ਮੈਨੇ ਕੀ ਆਈ ਅਕੰਪਨੀਡ ਦਾ ਹਾਈ ਕਮਿਸ਼ਨਰ ਸਟੇਟਮੈਂਟ ਕਿ ਕੱਲਾ ਇਹ ਨਹੀਂ ਹੈ ਕਿ ਹਾਈ ਕਮਿਸ਼ਨਰ ਨੇ ਸਟੇਟਮੈਂਟ ਦਿੱਤੀ ਹੈ। ਜਿਹੜਾ ਉਹਨਾਂ ਨੇ ਸਪੈਸ਼ਲ ਰਿਪੋਰਟਰਸ ਬਣਾਇਆ ਹੋਇਆ ਜਿਹਨੇ ਰਾਈਟ ਟੂ ਪੀਸਫੁਲ ਅਸੈਂਬਲੀ ਆ ਉਹਨਾਂ ਦੀ ਰਿਪੋਰਟ ਵੀ ਦੇ ਨਾਲ ਲੱਗੀ ਹੈ। the note says that fcra violates india's obligation under iccpr as its vaguely defined grounds tantamount to a total ban on foreign funding for ngo ngos and civil society organizations unhone bhi special report di report bhi unhar laggi hai unhone kaha ki ye theek nahi hai aur tusi india jeda ye violate kar raha hai is convention nu jida unhone ਹਵਾਲਾ ਕੀਤਾ ਹੈ ਦੱਸਦਾ ਹੈ ਕਿ ਵੀ ਇਹ ਜਿਹੜਾ ਇੰਡੀਆ ਸਿਗਨੇਟਰੀ ਹੈ ਇਸ ਸਾਰੇ ਦੇ ਉੱਤੇ ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲਿਟੀਕਲ ਰਾਈਟਸ ਉਹਦੇ ਤੁਸੀਂ ਵਾਇਓਲੇਟਰ ਹੋ ਸੋ ਅਸੀਂ ਹਿਊਮਨ ਰਾਈਟ ਕੌਂਸਲ ਨੂੰ ਵੀ ਔਰ ਬੀਬੀ ਮਿਸ਼ਲ ਜਿਹੜੇ ਕਿ ਹਾਈ ਕਮਿਸ਼ਨਰ ਨੇ ਹਿਊਮਨ ਰਾਈਟਸ ਯੂਨਹਰ ਸੀ ਦੇ ਅ ਮੁਬਾਰਕਬਾਦ ਵੀ ਹੈ ਥੈਂਕ ਯੂ ਵੀ ਹੈ ਕਿਉਂਕਿ ਸਾਨੂੰ ਵੀ ਇਹ ਪਤਾ ਹੈ ਵੀ ਹੁਣਾ ਹਵਾਣਾ ਦਾ ਕੁਛ ਨਹੀਂ ਪਰ ਇਹ ਤਾਂ ਹੁੰਦਾ ਹੈ ਇਹ ਹਿਸਟਰੀ ਚ ਜਦੋਂ ਕੱਲ ਨੂੰ ਕੋਈ ਹੁੰਦਾ ਹੈ ਕਿ ਭਾਈ ਹਾ ਦਾ ਨਾਰਾ ਮਾਰਿਆ ਜੀ ਔਰ ਜਿਹੜੇ ਲੋਕ ਯੂਰਪ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਸੀਰੀਅਸਲੀ ਲਿਆ ਜਾਂਦਾ ਹੈ ਅਮਰੀਕਾ ਦਾ ਕਿਉਂਕਿ ਆਪ ਤਕਾ ਕਰਦੇ ਨੇ ਇਸ ਲਈ ਇਹ ਤਾਂ ਉਹਨੂੰ ਬਿਲਟਲ ਕਰਦੇ ਨੇ ਕਿ ਜੀ ਅਸੀਂ ਨਹੀਂ ਜਵਾਬ ਦੇ ਇਹਨਾਂ ਨੇ ਤਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਾਲੇ ਤੇ ਵੀ ਨਹੀਂ ਮੰਨਿਆ ਹੋਏ ਕਿਉਂਕਿ ਆਪ ਇਹਨਾਂ ਦੀ ਫੌਜਾਂ ਕਿ ਕ੍ਰਾਈਮ ਕਰਦੀ ਹੈ ਜਿੱਥੇ ਐ ਵਾਇਓਲੇਟ ਕਰਦੇ ਨੇ ਲੇਕਿਨ ਯੂਰਪ ਇਹ ਸਮਝਦਾ ਹੈ ਕਿ ਭਾਈ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਤੀਸਰੇ ਵੱਡੇ ਥਰਡ ਵਰਲਡ ਵਾਰ ਤੋਂ ਬਚੇ ਹੋਏ ਆਂ ਜਾਂ ਬਚੇ ਰਹਿਣੇ ਤੇ ਯੂਨਾਈਟਿਡ ਨੇਸ਼ਨਸ ਨੂੰ ਸਟਰੋਂਗ ਕਰਨ ਦੀ ਲੋੜ ਹੈ ਤੇ ਅਸੀਂ ਵੀ ਸਮਝਦੇ ਆਂ ਕਿ ਭਾਈ ਜੇ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਹੋਏ ਪੱਕੀ ਬਿਲਕੁਲ ਔਰ ਉਹਨੂੰ ਜਿਹੜੀ ਹੈ ਦੰਦ ਦਿੱਤੇ ਜਾਣ ਤੇ ਫਿਰ ਕੋਈ ਨਾ ਕੋਈ ਜਿਹੜਾ ਉਹ ਜਿਵੇਂ ਹੁੰਦਾ ਹੈ ਤੇ ਕਸ਼ਮੀਰ ਦਾ ਇਸ਼ੂ ਹੁਣ ਤੱਕ ਰਿਜ਼ੋਲਵ ਹੋਇਆ ਹੁੰਦਾ ਮਿਡਲ ਈਸਟ ਫਰਸਤੀਨੀਆ ਦਾ ਇਸ਼ੂ ਰਿਜ਼ੋਲਵ ਹੋਇਆ ਹੁੰਦਾ ਔਰ ਸਾਡੀਆਂ ਵਰਗੀਆਂ ਕੌਮਾਂ ਜਿਹੜੀਆਂ ਇੱਕ ਜਮਹੂਰੀਅਤ ਦੇ ਥੱਲੇ ਦਰੜੀਆਂ ਹੋਈਆਂ ਨੇ ਅਥਾਰਟੀਟੇਰੀਅਨ ਰੂਲ ਤੋਂ ਵੀ ਵੱਧਤਰ ਵੱਧਰ ਤਰੀਕੇ ਦੇ ਨਾਲ ਜੀ ਉਹਨਾਂ ਨੂੰ ਵੀ ਕੋਈ ਸਾਹ ਆ ਸਕਦਾ ਪਰ ਚਲੋ ਜਿੰਨਾ ਕੋਈ ਬੋਲ ਰਿਹਾ ਉਸੇ ਦਾ ਹੀ ਸ਼ੁਕਰੀਆ ਕਰ ਦਿੰਨੇ ਬਿਲਕੁਲ ਕਿਉਂ ਨਹੀਂ ਬਿਲਕੁਲ ਡਾਕਟਰ ਸਾਹਿਬ ਸਵਾਥਾ ਲੈਨੇ ਬ੍ਰੇਕ ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਜੇ ਬ੍ਰੇਕ ਤੋਂ ਬਾਅਦ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੀਰੇ ਸਮਾਂ ਪਿਤੌਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੀਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕਵਿਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ एसेट मैनेजमेंट कमर्शियल रियल एस्टेट इन्वेस्टमेंट विच सारिया सेवावां लई अमरीका भर विचों तुसी साडे तक पहुंच कर सकते हो आजाद कमर्शियल रियलिटी सर्विसेज ते आजाद फैमिली ट्रस्ट 701 सौ एक नॉर्थ पोस्ट ओक रोड सुइट नंबर दो सौ चार ह्यूस्टन टेक्सास तुसी सानू साडे फोन नंबर सैवन ਤੇ ਵੀ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਿਟੀ ਸਰਵਿਸਿਜ਼ 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰੰਦੇ ਹਰੀ ਕੁ ਵਿਅਕਤੀ ਦੀ ਇੱਕ ਗਿੰਦੀ ਹੈ 2020 ਦੀ ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ 675 ਬਿਲੀਅਨ ਡਾਲਰ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ ਤੁਸੀਂ ਇੱਕ ਕੰਪਿਊਟਰ ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ ਤੁਹਾਡੀ ਜਾਣਕਾਰੀ ਗੁਪਤ ਹੈ ਆਪਣੇ ਆਪ ਨੂੰ ਸਿੱਖਾਂ ਵਜੋਂ 카ਉਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ ਉੱਥੇ ਸਮ ਅਦਰ ਰੇਸ ਤੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਛਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਐਸ ਮਰਦਮ ਸ਼ਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ ਬਹੁਤ ਬਹੁਤ ਧੰਵਾਜੀ ਦੋਸਤੋ ਬਰੇਤ ਬਤੋਂ ਸੋਬ੍ਰੋਂ ਦਿਨ ਕਹਿੰਦੇ ਆ ਸੋ ਵੀਵਰਸ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ 312ਵਾਂ ਗੁਰਗੱਦੀ ਦਿਵਸ ਹੈ ਸੋ ਇਸ ਤੇ ਮੌਕੇ ਤੇ ਇਸ ਮੁਬਾਰਕ ਦਿਨ ਤੇ ਉੱਪਰ ਅਸੀਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਔਰ ਇਸੇ ਨਾਲ ਜੋ ਰਿਲੇਟਡ ਜੜੀਆਂ ਵਿਚਾਰਾਂ ਨੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਰਿਆਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੋਨੀ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਜਦੋਂ ਤੋਂ ਅਸੀਂ ਇਹ ਆਲਮੋਸਟ 8 ਸਾਲ ਪਹਿਲਾਂ ਤੋਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਸਾਡੇ ਨਾਲ ਜੁੜੇ ਨੇ ਇਸ ਪ੍ਰੋਗਰਾਮ ਰਾਈ ਜਿੱਤੇ ਉਹ ਸੇ ਕੌਮ ਨੂੰ ਪਿਆਰ ਕਰਦੇ ਨੇ ਖਾਲਸਾਣ ਦੇ ਸਪੋਰਟਰ ਨੇ ਉੱਥੇ ਉਹਨਾਂ ਚੋਂ ਕੁਝ ਜਿਹੜੇ ਹੋਰ ਵੀ ਅੱਗੋਂ ਖੋਜੀ ਮੰਨ ਵਾਲੇ ਨਹੀਂ ਉਹ ਸਿੱਖ ਮਤਵ ਬਾਰੇ ਜਾਂ ਸਾਡੀਆਂ ਰਵਾਇਤਾਂ ਸਾਡੇ ਹੋਰ ਚੀਜ਼ਾਂ ਜੁੜੀਆਂ ਉਹਦੇ 'ਚ ਵੀ ਦਿਲਚਸਪੀ ਰੱਖਦੇ ਨੇ ਸੋ ਮੈਂ ਜਦੋਂ ਵੀ ਕੋਈ ਇਸ ਕਿਸਮ ਦੀ ਪ੍ਰੈਜੈਂਟੇਸ਼ਨ ਦੰਨਾ ਹੈ ਕਿਉਂਕਿ ਜਦੋਂ ਤਾਂ ਅਸੀਂ ਜਿਹੜੇ ਸਾਡੇ ਸਿੱਖ ਵੀਰ ਪੈਣਾ ਨੇ ਉਹਨਾਂ ਨੂੰ ਤਾਂ ਇਹ ਪਤਾ ਹੈ ਕਿਉਂਕਿ ਸਾਡੇ ਇਤਿਹਾਸ ਦਾ ਇਹ ਹਿੱਸਾ ਨਹੀਂ ਸਾਡੇ ਫੇਤ ਦਾ ਰਿਸੈਟ ਲੇਕਿਨ ਦੂਸਰਿਆਂ ਦੇ ਸਮਝ ਗੋਚੜਾ ਕਰਨ ਲਈ ਮੈਂ ਜਿਹੜਾ ਇਸ ਨੂੰ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਹਮੇਸ਼ਾ ਸਮਝਾਣ ਦੀ ਜਾਂ ਦੱਸਣ ਦੀ ਸਮਝਣਾ ਤਾਂ ਜਿਹੜਾ ਹਰ ਇੱਕ ਦੀ ਕਪੜੀਆਂ ਅੰਡਰਸਟੈਂਡ ਦੱਸਣ ਦੀ ਜ਼ਰੂਰ ਮੈਂ ਕੋਸ਼ਿਸ਼ ਕਰਦਾ ਅੱਛਾ ਔਰ ਅਕਸਰ ਇੱਕ ਪਾਰਟ ਜਿਹੜਾ ਜਦੋਂ ਬਹੁਤ ਵਾਰ ਹੁਣ ਇਹ ਤਾਂ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਗਏ ਨੇ ਸਾਡੇ ਪਾਕਿਸਤਾਨੀ ਵੀਰ ਭੈਣਾਂ ਉਹਨਾਂ ਨੇ ਦੇਖਿਆ ਹੋਵੇਗਾ ਕਿ ਵੀ ਦਰਬਾਰ ਹਾਲ ਦੇ ਵਿੱਚ ਜਿੱਥੇ ਵੀ ਜਿਹੜੀ ਜਿੱਥੇ ਸੰਗਤ ਜੁੜਦੀ ਹੈ ਕੋਈ ਉੱਥੇ ਮੂਰਤੀ ਜਾਂ ਬੁੱਤ ਜਾਂ ਵੈਸੀ ਤਸਵੀਰ ਵੀ ਲਾਣ ਦਾ ਨਹੀਂ ਹੈ ਵਿਧਾਨ ਸਿਰਫ ਇੱਕ ਉੱਚੇ ਪਲੇਟਫਾਰਮ ਦੇ ਉੱਤੇ ਜਿਸ ਨੂੰ ਜਿਸ ਦੇ ਉੱਤੇ ਇੱਕ ਪਾਲਕੀ ਹੁੰਦੀ ਹੈ ਜਾਂ ਪਾਲਕੀ ਨਾ ਵੀ ਹੋਏ ਖੁੱਲੇ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਜਿਹਨੂੰ ਅਸੀਂ ਔਰ ਉੱਪਰ ਇੱਕ ਕੈਨੋਪੀ ਜਿਹਨੂੰ ਚੰਦੂਆ ਕਿਹਾ ਜਾਂਦਾ ਹੈ ਉਹ ਹੁੰਦਾ ਹੈ ਅੱਛਾ ਔਰ ਪਿੱਛੇ ਜਦੋਂ ਇੱਕ ਪੜ ਰਿਹਾ ਹੈ ਉਸ ਸਕ੍ਰਿਪਚਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਇੱਕ ਪਿੱਛੇ ਚੌਰ ਕਰ ਰਿਹਾ ਹੁੰਦਾ ਹੈ ਜਿਹੜਾ ਹੁਣ ਇਹ ਤਿੰਨੋ ਹੀ ਚੀਜ਼ਾਂ ਜਿਨ੍ਹਾਂ ਦੇ ਅਸੀਂ ਸਾਦਾ ਪੰਜਾਬੀ ਚ ਚਵਰ ਛਤਰ ਤਖਤ ਕਹਿੰਦੇ ਅੱਛਾ ਕਿ ਉਹ ਤਖਤ ਹੈ ਜਿਸ ਤੇ ਉੱਤੇ ਹੈ ਗੁਰੂ ਗ੍ਰੰਥ ਸਾਹਿਬ ਦਾ ਹੀ ਸਰੂਪ ਹੁੰਦਾ ਹੈ ਅਤੇ ਔਰ ਉੱਤੇ ਕੈਨੋਪੀ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਚੰਦੋਏ ਤੋਂ ਬਿਨਾ ਕਿਤੇ ਨਹੀਂ ਲੱਗ ਸਕਦਾ ਔਰ ਜਦੋਂ ਦੀਵਾਨ ਹੈ ਕੰਗਰੀਗੇਸ਼ਨ ਹੈ ਗੈਦਰਿੰਗ ਹੈ ਤੇ ਉਦੋਂ ਇੱਕ ਚੌਰ ਬਰਦਾਰ ਜਿਹੜਾ ਉਹ ਹੁੰਦਾ ਕਿਉਂਕਿ ਇਹ ਤਿੰਨੋਂ ਹੀ ਰਾਇਲਟੀ ਦੀਆਂ ਨਿਸ਼ਾਨੀਆਂ ਨੇ ਚਵਰ ਛਤਰ ਤਖਤ ਇਹ ਬਾਦਸ਼ਾਹਾਂ ਦੇ ਨਾਲ ਜੁੜਿਆ ਹੁੰਦਾ ਸੋਵਰਨ ਔਰ ਅਸੀਂ ਜਦੋਂ ਇਸ ਕਨਸੈਪਟ ਦੀ ਗੱਲ ਕਰਦੇ ਆ ਕਿ ਮੀਰੀ ਪੀਰੀ ਦਾ ਕਨਸੈਪਟ ਜਿਹੜਾ ਉਦੇ ਚ ਜ਼ਾਹਰ ਹੈ ਕਿ ਸੋਵਰਨਿਟੀ ਦੀ ਜਦੋਂ ਅਸੀਂ इवन ਜਦੋਂ ਅਮਰੀਕਾ ਦੀ ਉਹਨਾਂ ਨੇ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਲਿਖੀ ਤੇ ਇਹ ਵੀ ਜਿਹੜੀ ਸੋਵਰਨਿਟੀ ਹੈ ਰੱਬ ਚੋਂ ਨਿਕਲਦੀ ਹੈ ਜਦੋਂ 올 men are born equal ਦੀ ਗੱਲ ਹੁੰਦੀ ਹੈ ਉਹਦੇ ਚੋਂ ਨਿਕਲਦੀ ਹੈ ਸੋ ਦੁਨੀਆਦਾਰੀ ਦੇ ਵੈਸੇ ਗੁਰੂ ਨਾਨਕ ਸਾਹਿਬ 1469 ਈਸਵੀ ਦੇ ਵਿੱਚ ਸੰਨ ਦੇ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ ਜੀ ਔਰ ਉਹਨਾਂ ਦੀ ਜਿਹੜਾ 1539 ਦੇ ਵਿੱਚ ਉਹ ਜੋਤੀ ਜੋਤ ਸਮਾਉਂਦੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ ਔਰ ਲੇਕਿਨ ਸਾਡਾ ਇਹ ਮੰਨਣਾ ਸਿੱਖ ਟ੍ਰੈਡੀਸ਼ਨ ਦਾ ਪਰੰਪਰਾ ਦਾ ਕਿ ਬਾਡੀ ਤਾਂ ਆਣ ਜਾਣ ਵਾਲੀ ਹੈ ਉਹ ਕੋਈ ਨਬੀ ਨੇ ਅਵਤਾਰ ਨੇ ਗੁਰੂ ਨੇ ਪੈਗੰਬਰ ਨੇ ਵੱਡੇ ਸੂਫੀ ਨੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਬਾਰੀ ਪਰ ਗੁਰੂ ਨਾਨਕ ਸਾਹਿਬ ਇਸ ਧਰਤੀ ਤੋਂ ਜਿਹੜਾ ਜਾਣ ਤੋਂ ਪਹਿਲੇ ਆਪਣੀ ਰੌਸ਼ਨੀ ਆਪਣਾ ਨੂਰ ਆਪਣਾ ਪ੍ਰਕਾਸ਼ ਦੂਸਰੇ ਗੁਰੂ ਜਿਨ੍ਹਾਂ ਨੂੰ ਬਣਾਉਂਦੇ ਨੇ ਗੁਰੂ ਅੰਗਦ ਜੀ ਜਨਾਂ ਦਾ ਨਾਂ ਹੈ ਭਾਈ ਲੈਣਾ ਜੀ ਨਾਂ ਸੀ ਔਰ ਅਸੀਂ ਇਹ ਮੰਨਦੇ ਹਾਂ ਕਿ ਵੀ ਇਸ ਤਰੀਕੇ ਦੇ ਨਾਲ ਜਿਹੜੀ ਗੁਰੂ ਨਾਨਕ ਸਾਹਿਬ ਦੀ ਇਨਲਾਈਟਨਡ ਨੂਰ ਸੀ ਜਿਹੜਾ ਰੱਬ ਦੇ ਰਾਹੀ ਉਹਨਾਂ ਨੂੰ ਬਖਸ਼ਿਸ਼ ਹੋਇਆ ਸੀ ਉਹ 10 ਗੁਰੂ ਸਹਿਬਾਨ ਤੱਕ ਜਿਵੇਂ ਇੱਕ ਗੁਰਬਾਣੀ ਚ ਹੈ ਜੋਤ ਉਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਕਿ ਉਹੀ ਜੋਤ ਹੈ ਅੱਛਾ ਔਰ ਉਹੀ ਵੇ ਆਫ ਲਾਈਫ ਹੈ ਸਿਰਫ ਬਾਡੀ ਬਦਲੀ ਸੋ ਇਸ ਤਰੀਕੇ ਨਾਲ 1469 ਚ ਗੁਰੂ ਨਾਨਕ ਸਾਹਿਬ ਔਰ ਸਿੱਖ ਧਰਮ ਕੋਈ ਮਿਲ ਗੋਬਾ ਨਹੀਂ ਹੈ ਕਿ ਚਾਰ ਪ੍ਰਿੰਸੀਪਲ ਉਥੋਂ ਲੈ ਜਾ ਅਸੀਂ ਸਿੱਖ ਧਰਮ ਨੂੰ ਰਿਵੀਲਡ ਧਰਮ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਨੇ ਜਿਨਾਂ ਨੂੰ ਇਲਹਾਮ ਹੋਇਆ ਵਹੀ ਆਈ ਔਰ ਜਿਹੜੋਂ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜਿਓ ਜਿਹੜੀ ਬਾਣੀ ਹੈ ਜਿਹਦੀ ਗੁਰੂ ਗ੍ਰੰਥ ਸਾਹਿਬ ਚ ਹੈ ਗੁਰੂ ਸਾਹਿਬਾਂ ਦੀ ਔਰ ਜਵੇਂ ਮੈਂ ਓਪਨਿੰਗ ਚ ਕਿਹਾ ਸੀ ਬਾਬਾ ਫਰੀਦ ਗਨਸ਼ਕਰ ਪਾਈ ਭੀਖਣ ਔਰ ਬਾਕੀ ਭਗਤ ਕਬੀਰ ਸਾਹਿਬ ਰਵਿਦਾਸ ਜੀ ਪੰਡਿਤ ਰਾਮਾਨੰਦ ਨਾਮਦੇਵ ਜੀ 15 ਤੋਂ ਜ਼ਿਆਦਾ ਜਿਹੜੇ ਭਗਤ ਨੇ ਔਰ ਪਾਟ ਨੇ ਉਹਨਾਂ ਦੀ ਬਾਣੀ ਔਰ ਇੱਕ ਵਖਰੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ 31 ਰਾਗਾਂ ਦੇ ਉੱਤੇ 베ਸਟ ਹੈ ਸੋ ਇਹ ਹੁਣ ਗੁਰੂ ਨਾਨਕ ਸਾਹਿਬ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਿਹੜੇ ਕਿ 1664 ਦੇ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਪਟਨਾ ਸਾਹਿਬ ਜਦਾ ਜਦਾ ਬਿਹਾਰ ਹੈ ਬਿਲਕੁਲ ਔਰ ਸੋ ਔਰ ਉਸ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਉਂਦੇ ਨੇ ਹੁਣ ਜ਼ਾਹ ਰਿਹਾ ਕਿ ਇਹ ਇੱਕ ਜਿਹੜਾ ਫਿਜ਼ੀਕਲ ਫਾਰਮ ਦੇ ਵਿੱਚ ਗੁਰੂਆਂ ਦੀ ਕੰਟੀਨਿਉਟੀ ਸੀ 10 ਸਿੱਖ ਗੁਰੂ ਨੇ ਗੁਰੂ ਡਿਸਪੈਲਰ ਆਫ ਦਾ ਡਾਰਕਨੈਸ ਹੈ ਰੱਬ ਦਾ ਰੱਬ ਇੱਕੋ ਹੀ ਆਕਾਲ ਪੁਰਖ ਔਰ ਇਹੀ ਮੈਸੇਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉਸ ਉੱਚੇ ਆਲਟਰ ਤੇ ਔਰ ਆਪਣਾ ਜਾਗਤ ਗੁਰੂ ਕਹਿੰਦੇ ਆਂ ਤੇ ਜਾਂ ਇਟਰਨਲ ਗੁਰੂ ਕਹਿੰਦੇ ਆਂ ਇਹ ਕੋਈ ਭੁਤ ਪਰਸਤੀ ਨਹੀਂ ਹੈ ਜਾਂ ਇਹ ਕੋਈ ਨਹੀਂ ਹੈ ਕਿ ਕਿਸੇ ਹੋਰ ਦੇ ਅੱਗੇ ਝੁਕਿਆ ਜਾਂਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਗੁਰੂਆਂ ਦੇ ਟੱਬਰਾਂ ਦੀਆਂ ਕਹਾਣੀਆਂ ਨਹੀਂ ਨੇ ਸਿਰਫ ਤੇ ਸਿਰਫ ਜਿਹੜੀ ਹੈ ਉਹ ਰੱਬ ਦੀ ਸਿਫਤ ਸਲਾਹ ਦੀ ਗੱਲ ਹੈ ਔਰ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਰੱਬ ਦੇ ਅੱਗੇ ਝੁਕਦੇ ਹੋ ਕਿਉਂਕਿ ਗੁਰੂ ਗ੍ਰੰਥ ਸਾਹਿਬ 1430 ਪੇजेस ਇਹਨਾਂ ਨੂੰ ਅਸੀਂ ਹੰਗ ਕਹਿੰਦੇ ਹਾਂ ਕਿਉਂਕਿ ਇਹ ਪਾਰਟ ਆਫ ਦਾ ਬੀਇੰਗ ਹੈ ਔਰ ਇਟਰਨਲ ਗੁਰੂ ਨੇ ਫੋਰਐਵਰ ਕਿਉਂਕਿ ਇਹ ਹੁਕਮ 10ਵੇਂ ਪਾਤਸ਼ਾਹ ਨੇ ਜਦੋਂ ਇਸ ਧਰਤੀ ਨੂੰ ਅਲਵਿਦਾ ਕਿਆ ਜੋਤੀ ਜੋਤ ਸਮਾਏ ਉਸ ਤੋਂ ਦੋ ਤਿੰਨ ਦਿਨ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹਦੀ ਜਿਹੜਾ ਮੁਕੰਮਲ ਤਾਂ 1604 ਦੇ ਵਿੱਚ ਹੋ ਜਾਂਦਾ ਜਦੋਂ ਕਿ ਗੁਰੂ ਅਰਜਨ ਸਾਹਿਬ ਨੇ ਜਿਨ੍ਹਾਂ ਨੇ ਸਾਈ ਮੀਆਂ ਮੀਰ ਤੋਂ ਹਰਮੰਦਰ ਸਾਹਿਬ ਦੀ ਨੀਂ ਰਖਾਈ ਅਤੇ ਪਹਿਲਾ ਪ੍ਰਕਾਸ਼ ਵੀ ਕੀਤਾ ਹੈ ਬਿਲਕੁਲ ਔਰ ਦਸਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਸਿਰਫ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਐਡ ਕੀਤੀ ਜਾਂਦੀ ਹੈ ਔਰ ਜਿਸ ਨੂੰ ਫਾਈਨਲੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਿਊਚਰ ਦੇ ਲਈ ਸਿੱਖਾਂ ਦੇ ਸਪਿਰਚੁਅਲ ਸੋਵਰਨ ਜਿਹੜੇ ਗੁਰੂ ਦੇ ਤੌਰ ਤੇ ਸਟੈਬਲਿਸ਼ ਕੀਤਾ ਹੈ ਇਹ ਗੁਰੂ ਦਸਵੇਂ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਕਿ ਹੁਣ ਫਰਮ ਨੌ ਉਨਵਰਡਸ ਕੋਈ ਫਿਜ਼ੀਕਲ ਫਾਰਮ ਚ ਗੁਰੂ ਨਹੀਂ ਹੋਏਗਾ ਗੁਰੂ ਗ੍ਰੰਥ ਸਾਹਿਬ ਜਿਹਦੇ ਚ ਕਿ ਰੱਬ ਦੀ ਜਿਹੜੀ ਹੈ ਸਿਫਤ ਸਲਾਹ ਬਾਣੀ ਹੈ ਇਸ ਤੋਂ ਤੁਸੀਂ ਅਗਵਾਈ ਲੈਣੀ ਹੈ スピリチュアルフィールド ਦੇ ਵਿੱਚ ਤੇ ਇਸ ਲਈ ਜਦੋਂ ਅਸੀਂ ਇਵਨ ਗੁਰਦੁਆਰੇ ਦੇ ਵਿੱਚ ਕੀਰਤਨ ਹੁੰਦਾ ਜਿਹੜਾ ਕਿ ਇਨਸਟਰੂਮੈਂਟਸ ਦੇ ਨਾਲ ਜਿਹੜਾ ਉਹ ਪੁਰਾਣੇ ਵੇਲੇ ਸਾਸ ਸੀ ਰਬਾਬ ਔਰ ਦੂਸਰੇ ਹੁਣ ਹਾਰਮੋਨੀਅਮ ਤਬਲੇ ਦਾ ਇਸਤੇਮਾਲ ਹੁੰਦਾ ਸੋ ਉਹਦੇ ਵਿੱਚ ਸਿਰਫ ਉਹ ਬਾਣੀ ਗਾਈ ਜਾਂਦੀ ਹੈ ਔਰ ਉਹ ਰੱਬ ਦੀ ਸਿਫਤ ਸਲਾਹ ਹੁੰਦੀ ਹੈ ਜਦੋਂ ਅਸੀਂ ਗੁਰਦੁਆਰੇ ਚ ਜੁੜ ਕੇ ਅਰਦਾਸ ਵੀ ਕਰਦੇ ਆਂ ਦੁਆ ਵੀ ਕਰਦੇ ਆਂ ਬੇਸ਼ੱਕ ਸਾਡੇ ਹੱਥ ਜੁੜੇ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਪਰ ਉਹ ਦੁਆਰ ਰੱਬ ਨੂੰ ਹੁੰਦੀ ਹੈ ਅਕਾਲ ਪੁਰਖ ਨੂੰ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਐਜ਼ ਅ ਵਿਟਨੈਸ ਹੁੰਦੇ ਨੇ ਸੋ ਇਸ ਗੱਲ ਦਾ ਧਿਆਨ ਰੱਖਿਆ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣਾ ਜਾਂ ਮੱਥਾ ਟੇਕਣਾ ਇਹ ਜਿਹੜਾ ਉਸ ਰੱਬ ਦੇ ਅੱਗੇ ਆਪਣੇ ਆਪ ਨੂੰ ਹੈ ਜਿਵੇਂ ਨਮਾਜ਼ ਅਦਾ ਕਰਨ ਤੋਂ ਬਾਅਦ ਬੇਸ਼ੱਕ ਕਿਸੇ ਵੀ ਨਮਾਜ਼ ਅਦਾ ਕਰਨ ਵਾਲਾ ਜਿਹੜਾ ਨਮਾਜ਼ੀ ਹੈ ਉਹ ਮਗਰਬ ਵੱਲ ਹੁੰਦਾ ਹੈ ਕਿਉਂਕਿ ਉੱਥੇ ਕਾਬਾ ਹੈ ਸੋ ਦਾ ਮਤਲਬ ਇਹੀ ਹੁੰਦਾ ਹੈ ਵੀ ਹੈ ਉਹ ਅੱਲਾ ਨੂੰ ਸਮਰਪਿਤ ਹੁੰਦਾ ਹੈ ਔਰ ਉਸ ਨੂੰ ਰੱਬ ਦਾ ਘਰ ਕਾਬਾ ਰੱਬ ਦਾ ਘਰ ਸਮਝਿਆ ਜਾਂਦਾ ਹੈ ਸੋ ਇੱਥੇ ਰੱਬ ਦਾ ਕਲਾਮ ਹੈ ਰੱਬ ਦੀ ਸਿਫਤ ਸਲਾ ਹੈ ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਕਰਦੇ ਹਰੇ ਅਰਦਾਸ ਜਦੋਂ ਨਹੀਂ ਵੀ ਹੈ ਗੁਰੂ ਗ੍ਰੰਥ ਸਾਹਿਬ ਅਸੀਂ ਘਰਚ ਕਰਦੇ ਫਿਰ ਵੀ ਅਸੀਂ ਉਸ ਰੱਬ ਦੇ ਅੱਗੇ ਸਿਰ ਝੁਕਾਉਂਦੇ ਹਾਂ ਔਰ ਬਾਕੀ ਕਿਸੇ ਬੁੱਤ ਜਾਂ ਕਿਸੇ ਦੁਨਿਆਵੀ ਇਨਸਾਨ ਦੇ ਅੱਗੇ ਨਾ ਝੁਕਣਾ ਇਹ ਬੇਸਿਕ ਹੈ ਸੋ ਜਦੋਂ ਮੈਂ ਮੀਰੀ ਪੀਰੀ ਦੀ ਗੱਲ ਕਰਦਾ ਸਿੱਖੀ ਦੇ ਇਹ ਦੋ ਪਿਲਰ ਨੇ ਔਰ ਸਪਿਰਚੁਅਲਿਟੀ ਦੇ ਵਰਲਡ ਜਿਵੇਂ ਬਾਦਸ਼ਾਹ ਸੋਵਰਨਿਟੀ ਚਵਰ ਚਤਰ ਤਖਤ ਗੁਰੂ ਗ੍ਰੰਥ ਸਾਹਿਬ ਹੈ ਇਸ ਤੋਂ ਬਿਨਾ ਸਿੱਖ ਦਾ ਕਿਸੇ ਹੋਰ ਦੇ ਅੱਗੇ ਝੁਕਣਾ ਜਾਂ ਕਿਸੇ ਤੋਂ ਅਗਵਾਈ ਲੈਣੀ ਨਹੀਂ ਹੁੰਦੀ ਔਰ ਹਰ ਗੱਲ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਕੇ ਸ਼ੁਰੂ ਕੀਤੀ ਜਾਂਦੀ ਹੈ। ਜੀ। ਲੇਕਿਨ ਜਿਹੜੀ ਡਿਸੀਜਨ 메ਕਿੰਗ ਇਨ ਦਾ ਟੈਂਪੋਰਲ ਵਰਲਡ ਹੈ। ਦੋ ਵਰਲਡ ਇੱਕ ਸਪਿਰਚੁਅਲ ਹੈ, ਇੱਕ ਟੈਂਪੋਰਲ ਹੈ, ਇੱਕ ਰੋਹਾਨੀ ਹੈ, ਇੱਕ ਦੁਨਿਆਵੀ ਹੈ। ਜੀ। ਦੁਨਿਆਵੀ ਵਰਲਡ ਦੇ ਵਿੱਚ ਜਿਹੜਾ ਫੈਸਲਾ ਕਰਨ ਜਿਹੜੀ ਤਾਕਤ ਹੈ ਉਹ ਖਾਲਸਾ ਪੰਥ ਕੋਲ ਹੈ। ਖਾਲਸਾ ਅਮਰਤ ਹਾਰਿ ਸਿੱਖ ਜਿਹੜੇ ਪੰਜ ਕਕਾਰ ਕੇਸ ਕਚਹਿਰਾ ਕੰਗਾ ਕੜਾ ਕਰ ਪਾਨ ਰੱਖਦੇ ਨੇ ਗੁਰੂ ਦੇ ਖੰਡੇ ਬਾਟੇ ਦਾ ਅਮਰਤ ਲੈਂਦੇ ਨੇ ਉਹਨਾਂ ਦੇ ਸਮੂਹ ਨੂੰ ਪੰਥ ਕਿਹਾ ਜਾਂਦਾ ਔਰ ਸਾਡਾ ਇਹ ਮੰਨਣੇ ਕਿ ਵਿਸ਼ਵਾਸ ਹੈ ਕਿ ਗੁਰੂ ਕਲਗੀਧਰ ਪਾਤਸ਼ਾ ਆਪਣੇ ਪੰਥ ਦੇ ਵਿੱਚ ਵਸਦੇ ਨੇ ਔਰ ਇਹ ਉਹਨਾਂ ਦਾ ਫਰਮਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਿ ਖਾਲਸ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ ਖਾਲਸਾ ਮੇਰੋ ਮੈਂ ਖਾਲਸੇ ਦਾ ਉਤਪੂਤ ਸਾਗਰ ਬੁੰਦੇ ਰੋ ਕਿ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ ਦੇ ਵਿੱਚ ਉਤਪਰੋਤ ਨੇ ਇਵੇਂ ਮੈਂ ਖਾਲਸੇ ਚਾ ਇਸ ਲਈ ਬੇਸ਼ੱਕ 10 ਗੁਰੂ ਸਾਹਿਬਾਨ ਹੀ ਸਾਡੇ ਲਈ ਮੁਕੱਦਸ ਹਨ ਉਹਨਾਂ ਦੀਆਂ ਪਰਸਨੈਲਿਟੀਆਂ ਨੇ ਪਰ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚਦੇ ਆ ਦਸਵੇਂ ਪਾਤਸ਼ਾਹ ਦੇ ਵਿੱਚ ਜਦੋਂ ਸਿੱਖ ਆਪਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਵੀ ਰੱਬ ਦਾ ਸੂਚਕ ਹੈ ਕਿ ਭਾਈ ਜਿਹੜਾ ਵੀ ਬੋਲੇਗਾ ਉਹ ਨਿਹਾਲ ਹੋਏਗਾ ਨਿਹਾਲ ਹਫਜ਼ ਉਰਦੂ ਜਾਂ ਫਰਸੀਅੰਦ ਹੈ ਕਿ ਭਈ ਉਹਨੂੰ ਆਲਵੇਜ਼ ਉਹ ਬlesed ਹੋਏਗਾ ਬleseful ਹੋਏਗਾ ਜੁਆਇਜ ਹੋਏਗਾ ਜਿਹੜਾ ਇਹ ਯਕੀਨ ਕਰਦਾ ਹੈ ਕਿ ਸਤਿ ਸ੍ਰੀ ਅਕਾਲ ਕਿ ਜਿਹੜਾ ਰੱਬ ਹੈ ਉਹ ਅਲਟੀਮੇਟ ਟਰੂਥ ਹੈ ਸੋ ਮਤਲਬ ਫੇਥ ਉਸ ਰੱਬ 'ਚ ਹੀ ਹੈ ਔਰ ਇਹ ਇੰਸਟੀਚਿਊਸ਼ਨ ਦੋਨੋ ਗੁਰੂ ਗ੍ਰੰਥ ਔਰ ਗੁਰੂ ਪੰਥ ਜੀ ਔਰ ਪੰਥ ਜਦੋਂ ਵੀ ਕੋਈ ਫੈਸਲਾ ਲੈਂਦਾ ਜਿਹਨੂੰ ਗੁਰਮਤਾ ਕਿਹਾ ਜਾਂਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਔਰ ਇਹ ਜਿਸ ਨੂੰ ਜਿਹੜੇ ਵੈਸਟਰਨ ਸਕਾਲਰ ਵੀ ਨੇ ਉਹ ਡਾਕਟਰੀਨ ਆਫ ਡਬਲ ਸੋਵਰਨਿਟੀ ਕਹਿੰਦੇ ਨੇ ਕਿ ਡਬਲ ਸੋਵਰਨਿਟੀ ਹੈ ਇੱਕ ਪਾਸੇ ਸੋਵਰਨਿਟੀ ਮੀਰੀ ਦੀ ਹੈ ਮੀਰੀ ਪਰਸ਼ਨ ਚੋਂ ਆਇਆ ਔਰ ਉਸ ਦਾ ਮਤਲਬ ਹੀ ਸੋਵਰਨ ਹੈ ਔਰ ਦੂਸਰਾ ਪੀਰੀ ਹੈ ਪੀਰ ਵੀ ਪਰਸ਼ਨ ਚੋਂ ਆਇਆ ਸਪਿਰਿਟ ਸੋ ਜਿਹੜੀ ਪੀੜੀ ਦਾ ਉੱਚ ਮੁਕਾਮ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਹੈ ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਚੁਕਾਉਂਦੇ ਹਾਂ ਅਸੀਂ ਕੱਲਾ 10 ਗੁਰੂ ਸਾਹਿਬਾਨ ਦੇ ਅੱਗੇ ਨਹੀਂ ਚੁਕਾ ਰਹੇ ਹੁੰਦੇ ਸਾਡਾ ਸਿਰ ਜਿਹੜਾ ਹੈ ਬਾਬਾ ਫਰੀਦ ਗਨ ਸ਼ੱਕਰ ਦੇ ਕਲਾਮ ਅੱਗੇ ਵੀ ਝੁੱਕਦਾ ਹੈ ਸਾਡਾ ਸਿਰ ਜਿਹੜਾ ਉਹ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਜਿਨ੍ਹਾਂ ਦੇ ਕਲਾਮ ਉਹਦੇ ਚ ਨੇ ਔਰ ਇਹ ਸਾਡੀ ਸਬਮਿਸ਼ਨ ਹੁੰਦੀ ਹੈ ਜਦੋਂ ਤੁਸੀਂ ਝੁੱਕਦੇ ਕਦੇ ਅੱਗੇ ਉਹ ਇਹ ਹੁੰਦਾ ਹੈ ਕਿ ਭਾਈ ਇਹ ਰੱਬ ਦਾ ਨਾਮ ਹੈ ਰੱਬ ਦੀ ਗੱਲ ਹੈ ਰੱਬ ਦਾ ਪਿਆਰ ਹੈ ਔਰ ਇਸ ਸਾਰੇ ਚੋਂ ਹੀ ਜਿਹੜਾ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਕਾਨਸੈਪਟ ਨਿਕਲਦਾ ਕਿਉਂਕਿ ਜੇ ਗੁਰੂ ਪੰਥ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਕਾਨਸੈਪਟ ਨੂੰ ਅੱਗੇ ਕਿਨੇ ਤੋਰਨਾ ਸਾਡਾ ਜਦੋਂ ਹੁਣ ਟਕਰਾਅ ਵੀ ਪਿਛਲੇ 72 ਸਾਲ ਚ ਉਥੋਂ ਦੇ ਜਿਹੜੇ ਫੇਕ ਗੁਰੂ ਬਣਾਏ ਜਾਂਦੇ ਨੇ ਸਰਕਾਰਾਂ ਵੱਲੋਂ ਉਹਨਾਂ ਨਾਲ ਹੁੰਦਾ ਉਹ ਸੌਦਾ ਸਾਧ ਹੋਇਆ ਜਿਹਨੂੰ ਸੱਚਾ ਸੌਦਾ ਕਿਹਾ ਗਿਆ ਜਾਂ ਨਾਮਤਾਰੀ ਜਾਂ ਰਾਧਾ ਸੁਆਮੀ ਜਾਂ ਨਰੰਕਾਰੀ ਇਹ ਉਹ ਲੋਕ ਨੇ ਕਿਉਂਕਿ ਜਿਹੜੀ ਭਾਰਤੀ ਹਕੂਮਤ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਫਿਜ਼ੀਕਲ ਜਿਹੜੇ ਇਸ ਕਿਸਮ ਦੇ ਉਹਨਾਂ ਦੇ ਏਜੰਟ ਕਿਸਮ ਦੇ ਲੋਕ ਨੇ ਉਹਨਾਂ ਦੇ ਨਾਲ ਜੋੜਿਆ ਜਾਏ ਸੋ ਸਾਡਾ ਫੇਸ ਅੱਜ ਦਾ ਦਿਨ ਖਾਸ ਸਹਮiyet ਵਾਲਾ ਹੈ ਕਿਉਂਕਿ ਠੀਕ ਜਦੋਂ ਅਸੀਂ 1708 ਦੀ ਗੱਲ ਕਰਦੇ ਤੇ ਅੱਜ 312ਵਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ ਹੈ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਵੀ ਔਰ ਸਾਡੇ ਪਾਕਿਸਤਾਨੀ ਪੈਣਪਰਾ ਜਿਹੜੇ ਸਾਡੇ ਹੁਣ ਦੁੱਖ ਸੁੱਖ ਦੇ ਸ਼ਰੀਕ ਨੇ ਬਿਲਕੁਲ ਫਤਿਹ ਦੇ ਨਾਲ ਸਾਡੀ ਅਸਲਾਮ ਅਲੈਕਮ ਵੀ ਹੈ ਬਿਲਕੁਲ ਔਰ ਜਿੱਥੇ ਅੱਲਾਹ ਹੁ ਅਕਬਰ ਹੈ ਕਿ ਰੱਬ ਹੀ ਹੈ ਅਲਟੀਮੇਟ ਟਰੂਥ ਉੱਥੇ ਸਤਿ ਸ੍ਰੀ ਅਕਾਲ ਵੀ ਹੈ ਸੋ ਇਹ ਸਾਡੀਆਂ ਸਾਂਝਾਂ ਵੀ ਨੇ ਦੋਨੋਂ ਕੌਮਾਂ ਦੀਆਂ ਜਿਸ ਨੂੰ ਅਲਾਮਾ ਇਕਬਾਲ ਨੇ ਜਦੋਂ ਇਸ ਤੌਹੀਦ ਦੀ ਗੱਲ ਨੂੰ ਸਮਝਾਇਆ ਤੇ ਉਹਨਾਂ ਦੀ ਇਹ ਸਿੰਪਲ ਗੱਲ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਿਲ ਨੇ ਜਗਾਇਆ ਖਾਬ ਸੇ ਔਰ ਇਹੀ ਸੀ ਕਿ ਜਦੋਂ ਪੰਜਾਬ ਦੀਆਂ ਲੋਕ ਬੋਲੀਆਂ ਚ ਲੋਕ ਅਖਾਣਾ ਦੇ ਵਿੱਚ ਇਹ ਗੱਲ ਵੀ ਆਈ ਕਿ ਨਾਨਕ ਬਾਬਾ ਨਾਨਕ ਸ਼ਾ ਫਕੀਰ ਸਿੱਖ ਦਾ ਗੁਰੂ ਮੁਸਲਮਾਨ ਦਾ ਪੀਰ ਸੋ ਇਹ ਬਾਬੇ ਨਾਨਕ ਦੀ ਸਾਹ ਚ ਭਾਈ ਮਰਦਾਨੇ ਦੀ ਰਬਾਬ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਈ ਮੀਆਂ ਮੀਰ ਔਰ ਗੁਰੂ ਅਰਜਨ ਸਾਹਿਬ ਜਿਹੜੇ ਸਾਈ ਮੀਆਂ ਮੀਰ ਨੂੰ ਗੁਰੂ ਅਰਜਨ ਸਾਹਿਬ ਖਾਸ ਸੱਦਾ ਦੇ ਕੇ ਪਾਲਕੀ ਭੇਜ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਸੰਗੇ ਬੁਨਿਆਦ ਰੱਖਣ ਲਈ ਕਰਦੇ ਨੇ ਔਰ ਮੈਂ ਦੇਖ ਰਿਹਾ ਸੀ ਅਸੀਂ ਗੱਲ ਵੀ ਕਰਾਂਗੇ ਕਿ ਜਿਸ ਦਿਨ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਇਨੋਗਰੇਸ਼ਨ ਇਮਰਾਨ ਖਾਨ ਸਾਹਿਬ ਨੇ ਕੀਤੀ ਜੀ ਔਰ ਕਿਰਪਾਨ ਬਾਹਰ ਹੈ ਜਿਸ ਤੋਂ ਪਰਦਾ ਚੁੱਕਿਆ ਹੈ 9 ਨਵੰਬਰ ਦਾ ਦਿਨ ਹੀ علامه اقبال ਦਾ ਜਨਮ ਦਿਨ ਵੀ ਸੀ ਉਹਨਾਂ ਨੇ ਸੋ ਮੈਂ ਕਿਹਾ ਕਿ ਬਈ ਇਹ ਜਿਹੜੀ ਨਿਸ਼ਾਨਦੇਹੀ ਉਹਨਾਂ ਨੇ ਤੌਹੀਦ ਦੀ ਕੀਤੀ ਪਤਾ ਨਹੀਂ ਇਹਨਾਂ ਨੇ ਦਿਨ ਰੱਖਣ ਲੱਗੇ ਹੋ ਸ਼ਾਇਦ ਇਹ ਜ਼ਰੂਰ ਵਿਚਾਰ ਰਿਹਾ ਹੋਵੇਗਾ ਕਿ ਭਾਈ علامه اقبال ਨੇ ਹੀ ਪਾਕਿਸਤਾਨ ਦਾ ਜਿਹੜਾ ਉਹ ਤਸਵਰ ਵੀ ਦਿੱਤਾ ਉਹਨਾਂ ਨੇ ਉਹ ਥਾਟ ਪ੍ਰੋਸੈਸ ਦਿੱਤੀ ਕਾਇਦੇ ਆਜ਼ਮ ਨੇ ਉਸ ਤੇ ਇਮਾਰਤ ਬਣਾਈ ਔਰ 9 ਨਵੰਬਰ ਦਾ ਦਿਨ ਹੀ ਚੁਣਿਆ ਗਿਆ ਹੈ ਜਦੋਂ ਕਿ ਇਹ ਜਿਹੜਾ ਪਿਆਰ ਦਾ ਬ੍ਰਿਜ ਹੈ ਜਿਹੜੇ ਬਾਬਾ ਨਾਨਕ ਉਸ ਧਰਤੀ ਤੇ ਸਾਂਝ ਦੇ ਪੈਗੰਬਰ ਨੇ ਸਾਂਝ ਦੇ ਪੀਰ ਨੇ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦੇ ਵਸਤੇ ਮੌਕੇ ਆਪਣੇ ਪਾਕਿਸਤਾਨੀ ਭੈਣਾ ਭਰਾਵਾਂ ਨੂੰ ਵੀ ਔਰ ਆਪਣੀ ਸਮੂਹ ਸਿੱਖ ਸੰਗਤ ਨੂੰ ਬਹੁਤ ਬਹੁਤ ਬਾਰਗਵਾਦ ਦਿੰਦੇ ਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਈ ਹੋਵੇਗੀ ਸੋ ਇੱਥੇ ਲੈਨੇ ਆ ਆਪਣੇ ਵੀਅਰਸ ਕੋਲ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਅਤੇ ਇਸ ਮਾਪਦ ਨੇ ਤੁਸੀ ਆਪਣਾ ਰਾਈਟੇ ਸੁਝਾ ਸਾਨੂੰ ਭੇਜਣਾ ਪਹੁੰਚਾ ਸਾਡੇ ਇਸ ਪਤੇ ਤੇ ਐਸਓਐਸ 824 டਾਰ ਟੀਵੀ ਤੇਸੀ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਦੱਸਵਾ ਗਿਆ ਦਿਓ ਦਿੱਖਤੀ ਰਚੀ ਵੀ 824 ਬਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰਾਖਾ